जी सारे दोस्तों नू जी एन यंग लैलपुर हिस्टोरियन क्लब विच जेडे दोस्त सानू वेख रहे ने प्लीज उन्हां नू रिक्वेस्ट है बेनती है दरखास्त है कि ये वीडियो नू शेयर कर दें और बाकियां नू भी दस दें कि प्रोग्राम दा टाइम हो गया है ते आ जान सारे फिर असीं अपनी जिहड़ी गलबात है शुरू करांगे। साडे गैस साडे मेहमान परौणे साडे अज दी गलबात करन वास्ते साडे नाल साडे कोल आ गए ने स्टूडियो दे विच ते बस सारे दोस्त आ जाण ताकि फिर असीं अपनी गलबात जिहड़ी है उहनूं जिहड़ा शुरू कर सकीए। सो अज मैं सारे दोस्तां नाल कुछ अपने क्लब दे हवाले नाल कुछ सांझियां करदा जावां गल्लां जिहड़े आ गए ने दोस्त कि असीं उहनां इस वारी कोशिश कर रहे हैं कि असीं सिटी एज इट वॉज दे विच वी इक जिहड़ा साडा तीजा पंजाब है उधरों ਜਿਹੜੇ ਪੰਜਾਬੀਆਂ ਦਾ ਬਾਹਰ ਪੰਜਾਬ ਤੋਂ ਗਏ ਹੋਏ ਲੋਕਾਂ ਦਾ ਜਿਹੜਾ ਕਿਰਦਾਰ ਹੈ ਉੱਥੇ ਦੀ ਤਾਰੀਖ ਦੇ ਵਿੱਚ ਉੱਥੇ ਦੀ ਡਿਵੈਲਪਮੈਂਟ ਦੇ ਵਿੱਚ ਉਹ ਵੀ ਅਸੀਂ ਡਿਸਕਸ ਕਰੀਏ। ਸੋ ਉਹਦੇ ਹਵਾਲੇ ਨਾਲ ਵੀ ਅਸੀਂ ਕੁਛ ਜਲਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਦੀ ਨਾਲ ਇੱਕ ਲੈਕਚਰ ਦੀ ਜਿਹੜੀ ਹੈ ਨਾ ਇੱਕ ਪੂਰੀ ਸਾਡੇ ਨਾਲ ਚੱਲਦੀ ਹੈ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਸਫ ਹੋਤ ਆਇਆ ਸੀ ਇੱਥੇ ਉਹਨੇ ਲਾਇਲਪੁਰ ਦੇ ਵਿੱਚ ਜਿਹੜੇ ਥੀਏਟਰ ਦੀ ਹਿਸਟਰੀ ਦੇ ਹਵਾਲੇ ਨਾਲ ਗੱਲਬਾਤ ਕੀਤੀ ਸੀ। ਸੋ ਉਹ ਉਸ ਦਿਨ ਉਹਨਾਂ ਨੇ ਕਿਹਾ ਵੀ ਕਿ ਮੈਨੂੰ ਲੱਗਦਾ ਹੈ ਕਿ ਮਜ਼ੀਦ ਦੇ ਤੇ ਦੋ ਲੈਕਚਰ ਹੋਣੇ ਚਾਹੀਦੇ ਨੇ ਤੇ ਜਿਹਦੇ ਵਿੱਚ ਅਸੀਂ ਲਾਇਲਪੁਰ ਦੀ ਪੂਰੀ ਹਿਸਟਰੀ ਨੂੰ ਡਿਸਕਸ ਕਰ ਸਕੀਏ ਥੀਏਟਰ ਦੀ। ਸੋ ਅਸੀਂ ਇਸ ਚੀਜ਼ ਨੂੰ ਵੀ ਸਮਝਨੇ ਕਿ ਥੀਏਟਰ ਦੇ ਰਾਹੀਂ ਔਰ ਡਰਾਮਾ ਪਲੇਸ ਦੇ ਰਾਹੀਂ ਜਿਹੜਾ ਲੋਕਾਂ ਦਾ ਇੱਕ ਖਾਸ ਤਰ੍ਹਾਂ ਦੀ ਤਾਰੀਖ ਬਿਆਨ ਕੀਤੀ ਜਾ ਸਕਦੀ ਉਹਦੀ ਵੀ ਇੱਕ ਅਹਿਮੀਅਤ ਹੈ। ਸੋ ਅੱਜ ਅਸੀਂ ਇਸੇ ਗੱਲ ਨੂੰ ਜਿਹੜਾ ਹੈ ਉਹ ਸਾਹਮਣੇ ਰੱਖਦੇ ਹੋਏ ਮੁੱਖ ਰੱਖਦੇ ਹੋਏ ਆ ਅਸੀਂ ਅੱਜ ਸਾਡੇ ਨਾਲ ਬਹੁਤ ਹੀ ਸਾਡੇ ਸੀਨੀਅਰ ਔਰ ਬਹੁਤ ਹੀ ਪਿਆਰੇ ਸਾਡੇ ਮਹਿਮਾਨ ਅੱਜ ਪ੍ਰੋਫੈਸਰ ਡਾਕਟਰ ਵਿਵੇਕ ਸਚਦੇਵਾ ਜੀ ਅੱਜ ਸਾਡੇ ਨਾਲ ਨੇ। ਗੱਲਬਾਤ ਅੱਜ ਜਿਸ ਤਰ੍ਹਾਂ ਤੁਸੀਂ ਸਾਡੇ ਪੋਸਟਰ ਤੋਂ ਪੜ੍ਹ ਹੀ ਲਈ ਹੋਏਗੀ ਕਿ ਰੀਵਿਜ਼ਿਟਿੰਗ ਪਾਰਟੀਸ਼ਨ ਥਰੂ ਪੰਜਾਬੀ ਪਲੇਸ ਅੱਜ ਅਸੀਂ ਉਹਦੇ ਹਵਾਲੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਜਿਹੜੇ ਮਹਿਮਾਨ ਨੇ ਉਹਨਾਂ ਦਾ ਤਾਰਫ ਸਾਡੇ ਦੋਸਤਾਂ ਤੱਕ ਬਹੁਤ ਜ਼ਿਆਦਾ ਹੈ ਪਰ ਅਸੀਂ ਫਿਰ ਵੀ ਇੱਕ ਰਸਮੀ ਜਿਹੜਾ ਤਾਰਫ ਹੈ ਉਹ ਜ਼ਰੂਰ ਕਰਾਵਾਂਗੇ ਕਿ ਪ੍ਰੋਫੈਸਰ ਸਾਹਿਬ ਜਿਹੜੇ ਨੇ ਉਹਨਾਂ ਦਾ ਜਿਹੜਾ ਮਾਸਟਰਸ ਔਰ ਪੀਐਚਡੀ ਹੈ ਡਿਪਾਰਟਮੈਂਟ ਆਫ ਇੰਗਲਿਸ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੈ। ਆਪ ਜਿਹੜੇ ਐਸ ਪ੍ਰੋਫੈਸਰ ਹੁਣ ਯੂਨੀਵਰਸਿਟੀ ਜਿਹੜੀ ਯੂਨੀਵਰਸਿਟੀ ਸਕੂਲ ਆਫ ਹਿਊਮੈਨਿਟੀ ਐਂਡ ਸੋਸ਼ਲ ਸਾਇੰਸਿਸ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਨਿਊ ਦਿੱਲੀ ਦੇ ਵਿੱਚ ਅੱਜਕੱਲ੍ਹ ਪੜ੍ਹਾ ਰਹੇ ਨੇ ਔਰ ਇਸ ਤੋਂ ਪਹਿਲੇ ਆਪ ਮੁਖਤਲਿਫ ਹੋਰ ਅਦਾਰਿਆਂ ਦੇ ਵਿੱਚ ਵੀ ਪੜ੍ਹਾਉਂਦੇ ਰਹੇ ਜਿਹਦੇ ਵਿੱਚ ਡੀਵੀਏ ਕਾਲਜ ਅੰਮ੍ਰਿਤਸਰ ਹੈ ਔਰ ਹਰਿਆਣਾ ਦੀਆਂ ਯੂਨੀਵਰਸਿਟੀਜ਼ ਨੇ ਔਰ ਇਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਪਬਲੀਕੇਸ਼ਨਸ ਨੇ ਔਰ ਪਬਲੀਕੇਸ਼ਨਸ ਦਿੱਲੀਆਂ ਨੇ ਉਹ ਮੁਖਤਲਿਫ ਯਾਨੀ ਅਸੀਂ ਅਗਰ ਗੱਲ ਕਰੀਏ ਕਿ ਸਿਨੇਮਾ ਦੇ ਹਵਾਲੇ ਨਾਲ ਔਰ ਆਇਡੈਂਟੀਟੀ ਦੇ ਹਵਾਲੇ ਨਾਲ ਇੱਕ ਇਹਨਾਂ ਦੀ ਇੱਕ ਜਿਹੜਾ ਨਾ ਉਹ ਬਹੁਤ ਹੀ ਡਿਫਰੈਂਟ ਔਰ ਬਹੁਤ ਕਮਾਲ ਕਿਸਮ ਦਾ ਕੰਮ ਹੈ। ਸੋ ਅੱਜ ਅਸੀਂ ਉਹਨਾਂ ਦੇ ਨਾਲ ਆਪਣੀ ਜਿਹੜੀ ਹੈ ਉਹ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਅਸੀਂ ਸੁਣਾਂਗੇ ਉਹਨਾਂ ਦੀ ਗੱਲਬਾਤ ਅੱਜ ਸਾਡੇ ਸਾਰਿਆਂ ਨਾਲ ਸਾਂਝੀ ਹੋਏਗੀ ਕਿ ਉਹ ਪੰਜਾਬੀ ਪਲੇਸ ਦੇ ਥਰੂ ਉਹਨਾਂ ਨੇ ਪਾਰਟੀਸ਼ਨ ਨੂੰ ਕਿਸ ਤਰ੍ਹਾਂ ਵੇਖਿਆ ਕਿਉਂਕਿ ਆਪ ਦੀ ਇੱਕ ਬਹੁਤ ਖੂਬਸੂਰਤ ਸਟੱਡੀ ਸਿਨੇਮਾ ਤੇ ਬੰਗਾਲ ਦੇ ਸਿਨੇਮਾ ਨੂੰ ਲੈ ਕੇ ਵੀ ਔਰ ਮੁਖਤਲਿਫ ਹੋਰ ਵੀ ਮਿਊਜ਼ਿਕ ਨੂੰ ਵੀ ਬੜਾ ਅੱਛਾ ਸਮਝਦੇ ਨੇ ਤੇ ਅੱਜ ਫਿਰ ਅਸੀਂ ਉਹਨਾਂ ਨੂੰ ਜਿਹੜਾ ਹੈ ਉਹ ਦਾਵਤ ਦਿੰਦੇ ਹਾਂ ਤੇ ਆ ਕੇ ਗੱਲਬਾਤ ਸਾਡੇ ਨਾਲ ਸਾਂਝੀ ਕਰਨ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਸਾਡੇ ਲਾਇਲਪੁਰ ਵਿੱਚ ਅੱਜ ਬਹੁਤ ਬਹੁਤ ਸ਼ੁਕਰੀਆ ਤੁਹੀਨ ਸਾਹਿਬ ਤੇ ਬੜਾ ਅੱਛਾ ਲੱਗ ਰਿਹਾ ਤੁਹਾਡੇ ਕਲੱਬ ਦੇ ਮੈਂਬਰ ਬਣ ਕੇ। ਸਰ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਅੱਜ ਟਾਈਮ ਕੱਢਿਆ ਔਰ ਸਾਡੀ ਬੜੀ ਖਾਹਿਸ਼ ਸੀ ਕਿ ਅਸੀਂ ਇਸ ਤਰ੍ਹਾਂ ਵੀ ਪਾਰਟੀਸ਼ਨ ਦੇ ਇੱਕ ਆਰਕਾਈਵਲ ਡਾਟਾ ਔਰ ਓਰਲ ਹਿਸਟਰੀ ਔਰ ਉਹਦੇ ਨਾਲ ਨਾਲ ਅਸੀਂ ਇੱਕ ਪਰਫਾਰਮਿੰਗ ਆਰਟ ਜਾਂ ਇੱਕ ਪਲੇ ਵੱਲੋਂ ਵੀ ਇਹਨੂੰ ਅਸੀਂ ਵੇਖ ਸਕੀਏ ਤੇ ਤੁਸੀਂ ਸਾਡਾ ਅੱਜ ਸਾਥ ਬਣੇ। ਸਰ ਅਸੀਂ ਹੁਣ ਤੁਹਾਡੀ ਗੱਲਬਾਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਮਿਲਨੇ ਕੁਐਸਚਨ ਲੈ ਕੇ ਕੁਝ ਸਵਾਲ ਲਾਂਗੇ। ਜੀ ਸਰ ਬਹੁਤ ਬਹੁਤ ਸ਼ੁਕਰੀਆ ਤੁਹੀਨ ਸਰ। ਮੈਂ ਸਭ ਤੋਂ ਪਹਿਲਾਂ ਸ਼ੁਕਰੀਆ ਕਰਦਾ ਤੌਹੀਦ ਦਾ ਕਿ ਜਿਹਨੇ ਇੱਕ ਬੜਾ ਅੱਛਾ ਇਨੀਸ਼ੀਏਟਿਵ ਲਿਆ ਹੋਇਆ COVID-19 ਦੇ ਦਿਨਾਂ 'ਚ ਕਿ ਇੱਕ ਲੰਬੀ ਲੈਕਚਰ ਸੀਰੀਜ਼ ਕਰਵਾ ਰਿਹਾ ਅਤੇ ਲੈਕਚਰ ਸੀਰੀਜ਼ ਦੇ ਦੌਰਾਨ ਪੰਜਾਬ ਦੇ ਉੱਤੇ ਜਿਸ ਤਰ੍ਹਾਂ ਦਾ ਫੋਕਸ ਤੌਹੀਦ ਨੇ ਰੱਖਿਆ ਪੰਜਾਬ ਦੇ ਅਲੱਗ ਅਲੱਗ ਆਸਪੈਕਟਸ ਸਾਡੀ ਨਜ਼ਰਾਂ 'ਚ ਸਾਹਮਣੇ ਆ ਰਹੇ ਅਤੇ ਆਉਣ ਵਾਲੇ ਟਾਈਮ 'ਚ ਵਾਕਈ ਇੱਕ ਐਸਾ ਆਰਕਾਈਵਲ ਸੋਰਸ ਬਣ ਜਾਏਗਾ ਕਿ ਜਿਹਨੇ ਪੰਜਾਬ ਨੂੰ ਸਮਝਣਾ ਹੈ ਉਹਦੇ ਕਾਫੀ ਲੈਕਚਰ ਇਸ ਪੂਰੇ ਦੇ ਸੀਰੀਜ਼ 'ਚੋਂ ਪ੍ਰੋਗਰਾਮ 'ਚੋਂ ਵੀ ਮਿਲ ਜਾਣਗੇ। ਜਿਸ ਤਰ੍ਹਾਂ ਕਿ ਤੁਸੀਂ ਤੁਹਾਨੂੰ ਦੱਸ ਰਹੇ ਸੀਗਾ ਕਿ ਮੇਰਾ ਫੀਲਡ ਪੰਜਾਬ ਸਟੱਡੀਜ਼ ਨਹੀਂ ਹੈ, ਫੀਲਡ ਮੇਰਾ ਬੇਸਿਕਲੀ ਫਿਲਮ ਸਟੱਡੀਜ਼ ਹੈ। ਮੈਂ ਅਡੈਪਟੇਸ਼ਨ 'ਤੇ ਕੰਮ ਕੀਤਾ ਹੈ, ਸ਼ਿਆਮ ਬੇਨੇਗਲ ਫਿਲਮ ਮੇਕਰ ਹੈ ਉਹਨਾਂ 'ਤੇ ਕੰਮ ਕੀਤਾ ਹੈ
लेकिन पंजाबी लिटरेचर के नाल एक होर ताल्लुक है मेरा। मैं रीसेंटली एक पंजाबी पोइट्री की किताब ट्रांसलेट की है जी किसी एक लार्जर वे प्रोजेक्ट का पार्ट है। उस तो बाद अजकल मैं पंजाबी के कुछ प्लेस पार्टीशन के उपर जो प्लेस ने वो ट्रांसलेट कर रहा। उस दौरान कि पंजाबी पोइट्री बाबा फरीद तो लैके मॉडर्न टाइम्स तक पार्टीशन के जोड़े प्लेस ने बहुत वाला कॉर्पस है पंजाबी दे जोड़े लेखकों ने पार्टीशन के उपर प्लेस लिखे ने। इन प्लेस के थ्रू असी पार्टीशन किस तरह समझ सकते हैं? उस तो पहला ये जरूरी है कि असी अज के दौर जो तो बैठे हैं 21वीं सदी साढ़े वास्ते पार्टीशन का मतलब की है, 1947 का मतलब की है। आम तौर पर असी 1947 देखते किस तरह तो साड़ी पॉपुलर इमेजिनेशन के अंदर पार्टीशन के अलग अलग पैटर्नस की ने, उनके पॉपुलर लोगों के अंदर उनके मतलब की ने, जिहड़ा लिटरेचर है पार्टीशन के उपर लिखा गया वो सानू किस डर कि डायरेक्शन दे रहा है, वो पॉपुलर मतलब मीनिंग्स को पॉपुलर अंडरस्टैंडिंग्स को किस तरह चेंज करता है, किस तरह क्वेश्चन करता है। आई थिंक जिहड़े भी पार्टीशन के प्लेस ने सानू इस पूरे दे पूरे एक प्रोसैस में समझने बहुत अच्छी तरह हैल्प कर सकते। मैं अपनी गलबात शुरू करन तो पहला दो इंसीडेंट्स शेयर करना चाहूँगा जितों कि मेरा अपना भी किस तरह नज़रिया चेंज हो रहा है बॉर्डर नू लेके पार्टीशन नू लेके। साड़ी फैमिली पाकिस्तान तो आई सी 47 चो, दादके मेरे कसूर के लागे एक छोटा जिहा पिंड सी उतों आए सी, ते नानके मेरे गुजरां वाले साइड तो आए सी। दादके मेरे कसूर के पिंड कोलों आए फिर उस कोल सैटल हो गए, नानके मेरे गुजरां वाला तो आए पहले अमृतसर सैटल होए, उस तो बाद मेरे नाना जी की डैथ हो गई है तो उस परिवार का एक अपना स्ट्रगल रहा, फिर वो जलंधर रहे जगाधरी रहे थोड़ी देर। हूँ बचपन मेरा फिरोजपुर च बीतया, पाकिस्तान का जो हिंदू पाकिस्तान का बॉर्डर है कोई 10-12 किलोमीटर दूर है साढ़े घर तो। स्कूल के दिनों के साडा एक तुम शुगल कह लो बच्चों का जो शुगल होंगे, असी छुट्टियां के दिनों साइकिल चकने 8-10 बच्चों का ग्रुप बनाना तो बॉर्डर चले, बॉर्डर गए भगत सिंह का मेमोरियल है समाध है, भगत सिंह की समाध देखी, उत्थे फौजियों नाल हाथ फुल मिलाए गलबात की, साइकिल दे नाल साइकिल चक्के तो वापस। कोई रिश्तेदार आ रहा है फिर उसको छोटा जी जगह कितने लेके चली है, चलो बॉर्डर लेके चली। तो बॉर्डर कितने कितने सानू ये लगता था कि शायद बच्चों वास्ते एक पिकनिक की जगह बनी हुई है। याद है मैं बचपन 7वीं-8वीं क्लास से होऊंगा, उस तो वड्डा नहीं सका मैं, 15 अगस्त का दिन सी ते मैं अपनी दादी नू कह बैठा कि दादी मुबारक आज आज़ादी का दिन है, आज़ादी मुबारक। तो मेरी दादी के चेहरे से उदासी सी, उन्हें दो गल्लां मैनू कहियां, कहिंदी कांदी आज़ादी साढ़े वास्ते तो वंड पै गई सी, असी उजड़ के आ गए से उतों इतने, इन्हें की खुशियां मनाने वाली गल, ये एपीसोड इतने खत्म होता। फिर मेरी करियर की शुरुआत होंगी है, मैं पहली पक्की नौकरी DAV कॉलेज अमृतसर मिलती है। मेरे मामा जी जेडे कि अपनी फैमिली के स्ट्रगल देख रहे थे, जलंधर के कोल बंगा एक पिंड से उत्थे रहिंदे सीगे, बंगा तो वो चले गए इंग्लैंड शिफ्ट हो गए। जो तो उन्होंने पता लगा कि मैं अमृतसर जॉब कर रहा तो उन्होंने शौक आया कि मैं जरा मिल के आऊँ तो मैं अमृतसर दोबारा देखा। वो अमृतसर आए, मेरे मोटरसाइकिल मेरे पिछे बैठे थे, वो मैंने गाइड कर रहे हैं कि फलानी जगह तो चल, फलानी इलाके तो चल, फलानी गली तो चल। उन्होंने एक पुराना घर होंगे सी अमृतसर, वो घर के सामने जाके उन्होंने मोटरसाइकिल खड़ा करवाता, उस घर पर कब्जे हो चुके थे 3-4 लोगों ने, काफ़ी वड्डा घर से। तो मैं क्या अंदर जाना है, कहते नहीं अंदर नहीं जाना, मैं क्या होर, कहते होर कितने चली है, मेरे फिर मुँह चो ही गल निकली, मैं क्या अपना गोल्डन टेंपल देख लिया, दुर्गाना मंदिर तुम हो लिया, पुराना घर तुम देखना सी देख लिया, बॉर्डर चलिए। उन्होंने चेहरे पर खौफ
the expression. ਕਹਿੰਦੇ ਉਹ ਜਗ੍ਹਾ ਮੈਂ ਇੱਕ ਵਾਰੀ ਕ੍ਰੋਸ ਕਰ ਲਈ ਹੈ, ਦੁਬਾਰਾ ਉੱਥੇ ਨਹੀਂ ਜਾਣਾ। ਇਹ ਦੋ ਐਪੀਸੋਡਸ ਉਹਨਾਂ ਲੋਕਾਂ ਦੇ ਨੇ ਜਿਹੜੇ ਲੋਕ 47 ਦੇ ਵੇਲੇ ਪਾਕਿਸਤਾਨ ਤੋਂ ਹਿੰਦੁਸਤਾਨ ਸ਼ਿਫਟ ਹੋ ਗਏ। ਇਹਨਾਂ ਦੋਨਾਂ ਲੋਕਾਂ ਦੀ ਮੈਮਰੀ ਦੇ ਅੰਦਰ ਇਸੇ ਤਰ੍ਹਾਂ ਦੀ ਕੋਈ ਖੁਸ਼ੀ ਨਹੀਂ ਹੈ 47 ਨੂੰ। ਇਹਨਾਂ ਦੋਨਾਂ ਲੋਕਾਂ ਦੇ ਦਿਮਾਗ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਉਮੰਗ ਨਹੀਂ ਹੈ ਕਿ ਅੱਜ ਦੇ ਦਿਨ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਸੀ ਤਾਂ ਅਸੀਂ ਇਸ ਆਜ਼ਾਦੀ ਨੂੰ ਸੈਲੀਬ੍ਰੇਟ ਕਰੀਏ। ਕਾਫੀ ਦੇਰ ਦੇ ਬਾਅਦ ਇਹ ਜਜ਼ਬਾ ਰਿਹਾ ਹੋਏਗਾ ਲੋਕਾਂ ਦੇ ਦਿਲਾਂ ਦੇ ਅੰਦਰ, ਪਰ ਜਿਹੜੇ ਲੋਕ ਉਦੋਂ ਸ਼ਿਫਟ ਹੋ ਕੇ ਆਏ ਉਹਨਾਂ ਦੇ ਨਾਲ ਇੱਕ ਟਰੋਮਾ ਜੁੜਿਆ ਹੋਇਆ ਸੀਗਾ। ਉਹ ਟਰੋਮਾ ਉਸ ਵਾਇਲੈਂਸ ਦਾ ਸੀਗਾ, ਉਹ ਟਰੋਮਾ ਆਪਣੇ ਘਰੋਂ ਅਪਰੂਟ ਹੋ ਕੇ ਦੂਸਰੀ ਜਗ੍ਹਾ ਜਾਣ ਦਾ ਵੀ ਸੀਗਾ। ਲੇਕਿਨ ਜਿਹੜਾ ਘਰੋਂ ਬੇਘਰ ਹੋਣਾ ਅਤੇ ਬੇਘਰ ਹੋ ਕੇ ਨਵੀਂ ਜਗ੍ਹਾ 'ਤੇ ਆਪਣੇ ਆਪ ਨੂੰ ਸਟੈਬਲਿਸ਼ ਕਰਨਾ, ਉਹ ਤਾਂ ਇੱਕ ਆਪਣੇ ਆਪ 'ਚ ਟਰੋਮੈਟਿਕ ਐਕਸਪੀਰੀਅੰਸ ਹੈ ਹੀ। ਉਸ ਦੇ ਉੱਪਰ ਇੱਕ ਹੋਰ ਟਰੋਮਾ ਲੋਕਾਂ ਦੀ ਯਾਦਾਂ 'ਚ ਬੈਠ ਗਿਆ। ਉਸ ਟਰੋਮਾ ਸੀਗਾ ਵਾਇਲੈਂਸ ਦਾ, ਜੋ ਮਾਰਕੱਟ ਹੋਈ, ਜੋ ਲੁੱਟਪਾਟ ਹੋਈ, ਜੋ ਔਰਤਾਂ ਦੇ ਨਾਲ ਹੋਇਆ, ਉਹਨਾਂ ਸਭ ਹਾਦਸਿਆਂ ਨੇ ਇਹਨਾਂ ਲੋਕਾਂ ਦੀ ਜ਼ਹਿਨ ਦੇ ਅੰਦਰ, ਮੈਮਰੀ ਦੇ ਅੰਦਰ 47 ਦਾ ਮਤਲਬ ਕੁਛ ਹੋਰ ਹੀ ਰੱਖਿਆ ਹੋਇਆ ਸੀ। ਇਹ ਸ਼ਾਇਦ ਉਹ ਮਤਲਬ ਹੈ ਜਿਹੜੇ ਸਾਡੀ ਵਰਗੀ ਜਨਰੇਸ਼ਨ ਜਿਹੜੀ ਕਿ ਆਜ਼ਾਦ ਹਿੰਦੁਸਤਾਨ 'ਚ ਪੈਦਾ ਹੋਈ, ਉਹਨਾਂ ਨੇ ਉਹ ਐਕਸਪੀਰੀਅੰਸ ਨਹੀਂ ਕੀਤਾ। ਲੇਕਿਨ ਘਰਾਂ 'ਚ ਗੱਲਾਂ ਸੁਣੀਆਂ ਸੀਗੀਆਂ ਕਿ ਕਿਸ ਤਰ੍ਹਾਂ ਗੱਡੀਆਂ ਦੀ ਗੱਡੀਆਂ ਵੱਡੀਆਂ ਆਉਂਦੀਆਂ ਸੀਗੀਆਂ, ਕਿਸ ਤਰ੍ਹਾਂ ਖੂਨ ਖਰਾਬੇ ਹੋਏ, ਕਿਸ ਤਰ੍ਹਾਂ ਰੌਲੇ ਪਏ। ਉਹ ਮੈਮਰੀ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਸਾਨੂੰ ਮਿਲੀ ਹੈ। ਸ਼ਾਇਦ ਮੈਂ ਵੀ ਕਹਿ ਸਕਦਾ ਕਿ ਇਹ ਕਿਤੇ ਨਾ ਕਿਤੇ ਸਾਡੇ ਪੰਜਾਬ ਦੀ ਇੱਕ ਵਿਰਾਸਤ ਹੈ। ਕੋਈ ਇੰਨੀ ਖੂਬਸੂਰਤ ਵਿਰਾਸਤ ਨਹੀਂ ਹੈ, ਲੇਕਿਨ ਇਸ ਵਿਰਾਸਤ ਨੂੰ ਯਾਦ ਰੱਖਣਾ ਬੜਾ ਜ਼ਰੂਰੀ ਹੈ ਸਾਡੇ ਲਈ। ਪਰ ਇਹ ਵਿਰਾਸਤ ਸਾਨੂੰ ਸਾਰਿਆਂ ਨੂੰ ਮਿਲੀ ਹੈ ਪੋਸਟ ਮੈਮਰੀ। ਡਾਇਰੈਕਟਲੀ ਫੈਮਿਲੀ 'ਚੋਂ ਸਾਨੂੰ ਕਹਾਣੀਆਂ ਸੁਣਨ ਨੂੰ ਮਿਲੀਆਂ ਕਿ ਕਿਸ ਤਰ੍ਹਾਂ ਕੋਈ ਬੱਚਾ ਰਹਿ ਗਿਆ ਸੀਗਾ, ਮੈਨੂੰ ਮੇਰੇ ਫਾਦਰ ਜੋ ਟਰੱਕ ਚੱਲਿਆ ਤਾਂ ਰਹਿ ਗਏ ਸੀਗੇ ਅਤੇ ਟਰੱਕ 'ਤੇ ਲਟਕਦੇ ਆਏ ਸੀਗੇ ਲਾਈਕ ਦੈਟ। ਕਾਫੀ ਗੱਲਾਂ ਸੁਣਨ ਨੂੰ ਮਿਲੀਆਂ। ਹੁਣ ਕੁਛ ਜਨਰੇਸ਼ਨ 1960 'ਚ ਪੈਦਾ ਹੋ ਰਹੀ ਹੈ, ਕੁਛ 70 'ਚ ਪੈਦਾ ਹੋ ਰਹੀ ਹੈ, ਕੁਛ 80 'ਚ ਪੈਦਾ ਹੋ ਰਹੀ ਹੈ। ਅੱਜ ਦੇ ਟਾਈਮ 'ਚ ਅਸੀਂ ਬੈਠ ਕੇ ਸਵਾਲ ਇਹ ਹੈ ਕਿ ਪਾਰਟੀਸ਼ਨ ਦੀ ਗੱਲ ਕਿਉਂ ਕਰ ਰਹੇ ਹਾਂ ਅਤੇ ਪਾਰਟੀਸ਼ਨ ਸਾਡੇ ਵਾਸਤੇ ਕੀ ਮਤਲਬ ਰੱਖਦੀ ਹੈ ਅਤੇ ਲਿਟਰੇਚਰ ਉੱਥੇ ਕੀ ਰੋਲ ਪਲੇ ਕਰੇਗਾ। ਹਿਸਟੋਰੀਅਨਸ ਨੇ ਕਾਫੀ ਕੰਮ ਕੀਤਾ ਪਾਰਟੀਸ਼ਨ ਦੇ ਉੱਪਰ ਅਤੇ ਹਿਸਟੋਰੀਅਨਸ ਨੇ ਸਾਰੇ ਫੈਕਚੁਅਲ ਸਟੱਡੀ ਕੀਤੀ ਹੈ ਕਿ ਪਾਰਟੀਸ਼ਨ ਕਿਉਂ ਹੋਈ, ਬ੍ਰਿਟਿਸ਼ ਪੋਲਿਸੀਸ ਕਿਆ ਸੀ, ਮੁਸਲਿਮ ਲੀਗ ਦਾ ਰੋਲ ਕਿਆ ਸੀਗਾ, ਕਾਂਗਰਸ ਦਾ ਰੋਲ ਕਿਆ ਸੀਗਾ, ਫਲਾਂ ਲੀਡਰ ਦਾ ਰੋਲ ਕਿਆ ਰਿਹਾ ਹੋਏਗਾ, ਫਲਾਂ ਲੀਡਰ ਦਾ ਰੋਲ ਕਿਆ ਰਿਹਾ ਹੋਏਗਾ, ਲੋਕਾਂ ਦੇ ਸੈਂਟੀਮੈਂਟਸ ਕਿਆ ਸੀਗੇ। ਲੇਕਿਨ ਇੱਕ ਬੜਾ ਇੰਪੋਰਟੈਂਟ ਆਸਪੈਕਟ ਪਾਰਟੀਸ਼ਨ ਦਾ ਇਹ ਹੈ ਕਿ ਜੋ ਪਾਰਟੀਸ਼ਨ ਹੋਵੇ ਉਦੋਂ ਲੋਕਾਂ ਦੇ ਕੀ ਬੀਤਿਆ, ਉਹ ਲੋਕਾਂ ਨੇ ਜੋ ਐਕਸਪੀਰੀਅੰਸ ਕੀਤਾ, ਇਹ ਕੰਮ ਸਾਨੂੰ ਲਿਟਰੇਚਰ ਦੇ ਅੰਦਰ ਮਿਲਦਾ। ਜਿਹੜੇ ਪੰਜਾਬੀ ਦੇ ਪਾਰਟੀਸ਼ਨ ਦੇ ਪਲੇਸ ਨੇ, ਇਹ ਕੁਛ ਨਾਟਕ ਤਾਂ ਉਦੋਂ ਲਿਖੇ ਗਏ ਉਹਨਾਂ ਲੋਕਾਂ ਦੁਆਰਾ ਜਿਨ੍ਹਾਂ ਨੇ ਕਿ ਪਾਰਟੀਸ਼ਨ ਨੂੰ ਦੇਖਿਆ ਸੀਗਾ, ਜਿਨ੍ਹਾਂ ਨੇ ਪਾਰਟੀਸ਼ਨ ਦਾ ਸੰਤਾਪ ਹੰਡਾਇਆ ਸੀਗਾ, ਜਿਨ੍ਹਾਂ 'ਚੋਂ ਗੁਰਦਿਆਲ ਸਿੰਘ ਖੋਸਲਾ ਹੈ, ਹਰਚਰਨ ਸਿੰਘ ਨੇ, ਹਰਸਰਨ ਸਿੰਘ ਨੇ, ਕਪੂਰ ਸਿੰਘ ਘੁੰਮਣ ਹੈ, ਸਾਗਰ ਸਰਹੱਦੀ ਹੈ, ਗੁਰਸ਼ਰਨ ਸਿੰਘ ਨੇ ਕਾਫੀ, ਹਾਲਾਂਕਿ ਉਹਨਾਂ ਨੇ ਡੇਟ ਲਿਖਣੇ ਸ਼ੁਰੂ ਕੀਤੇ, ਰੋਸ਼ਨ ਲਾਲ ਉਹੋ ਜਿਹੇ, ਇਹਨਾਂ ਲੋਕਾਂ ਨੇ ਉਹ ਸਾਰੀ ਗੱਲਾਂ ਲਿਖੀਆਂ ਪਾਰਟੀਸ਼ਨ ਦੇ ਬਾਰੇ ਜੋ ਕੁਛ ਉਹਨਾਂ ਨੇ ਦੇਖਿਆ। ਲੇਕਿਨ ਸਾਰਿਆਂ ਦੇ ਨਾਟਕਾਂ ਦੇ ਅੰਦਰ ਵਾਇਲੈਂਸ ਦਾ ਉਹ ਸੀਨ ਨਹੀਂ ਇਮਰਜ ਹੋ ਗਿਆ। ਜਿਸ ਤਰ੍ਹਾਂ ਕਿ ਜੇ ਅਸੀਂ ਗੱਲ ਕਰੀਏ ਹਰਚਰਨ ਸਿੰਘ ਉਹਨਾਂ ਦੇ ਨੋਵਲ ਆਪਣੇ ਨਾਟਕਾਂ ਦੀ, ਚੌਧਰੀ ਨਾਮ ਦਾ ਇੱਕ ਪਲੇ ਹੈ ਜਿਹੜਾ ਕਿ ਕੈਰੈਕਟਰ ਹੈ, ਉਹਦਾ ਕੰਮ ਹੈ ਕਿ ਔਰਤਾਂ ਨੂੰ ਬਚਾ ਦੇ, ਮੁਸਲਮਾਨ ਔਰਤਾਂ ਨੂੰ ਖਰਾਬ ਹੋਣ ਤੋਂ, ਉਹਨਾਂ ਦੇ ਨਾਲ ਕੁਛ ਨਾਜਾਇਜ਼ ਹੋਣ ਤੋਂ ਬਚਾ ਰਿਹਾ। ਉਹਦੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਸੇਫਲੀ ਪਾਕਿਸਤਾਨ ਬਾਰਡਰ ਕ੍ਰੋਸ ਕਰਵਾ ਦਿੱਤਾ ਜਾਵੇ। ਹੇਠਲੇ ਉੱਤੇ ਇੱਕ ਪਲੇ ਹੈ ਜਿਹੜਾ ਕਿ ਇਸ ਬਾਰੇ ਹੈ ਕਿ ਜਿਹੜੇ ਲੋਕ ਉੱਧਰ ਸੀਗੇ ਪਾਕਿਸਤਾਨ, ਉਹਨਾਂ ਦੇ ਕੋਲ ਕਿਆ ਜ਼ਮੀਨ ਜਾਇਦਾਦ ਸੀ, ਜਦੋਂ ਇੱਧਰ ਆਏ ਤਾਂ ਉਹਨਾਂ ਦੀ ਹਾਲਤ ਕੀ ਹੋ ਗਈ,
ਤੇ ਜਿਹੜੇ ਉਧਰ ਮਾੜੇ ਹਾਲਾਤਾਂ 'ਚ ਸੀਗੇ ਉਹ ਸ਼ਾਇਦ ਇੱਧਰ ਆ ਕੇ ਦੁਬਾਰਾ ਉਹਨਾਂ ਨੂੰ ਨਵੇਂ ਮੌਕੇ ਮਿਲੇ ਅਤੇ ਉਹਨਾਂ ਦੀ ਇਕਨੋਮਿਕ ਹਾਲਤ ਸੁਧਰ ਗਈ। ਕੁਛ ਇਸ ਤਰ੍ਹਾਂ ਦੀਆਂ ਹਰਚਰਨ ਸਿੰਘ ਉਹਨਾਂ ਨੇ ਆਪਣੇ ਇਸ ਨਾਟਕ 'ਚ ਗੱਲ ਕੀਤੀ। ਸਾਗਰ ਸਰਹੱਦੀ ਉਹਨਾਂ ਦਾ ਇੱਕ ਪਲੇਅ ਹੈ ਜਿਹੜਾ ਕਿ ਇਸ ਪ੍ਰੋਜੈਕਟ ਦਾ ਪਾਰਟ ਵੀ ਹੈ, ਜਿਹੜੇ ਮੈਂ ਟ੍ਰਾਂਸਲੇਟ ਕਰ ਰਹੀ ਮਸੀਹਾ, ਉਹ ਮੈਂ ਗੱਲ ਕਰੂੰਗਾ ਜਦੋਂ ਮੈਂ ਉਹਨਾਂ ਡਿਫਰੈਂਟ ਪਲੇਸ ਦੀ ਗੱਲਬਾਤ ਇਹਦੇ 'ਚ ਕਰੂੰਗਾ। ਉਸ ਤੋਂ ਬਾਅਦ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਥੋੜ੍ਹੀ ਕੁ ਦੇਰ ਵਾਸਤੇ ਸ਼ਾਇਦ ਇੱਕ ਖਾਮੋਸ਼ੀ ਆਈ ਪਾਰਟੀਸ਼ਨ ਦੇ ਨਾਟਕਾਂ ਦੇ ਵਿੱਚ। ਲੇਕਿਨ 1965-1966 ਦੇ ਆਸ ਪਾਸ ਕਪੂਰ ਸਿੰਘ ਘੁੰਮਣ ਦੇ ਦੋ ਪਲੇਸ ਆ ਰਹੇ। ਕਪੂਰ ਸਿੰਘ ਘੁੰਮਣ ਦੇ ਜਿਹੜੇ ਪਲੇਸ ਨੇ ਉਹ ਸਾਨੂੰ ਉਸ ਟਾਈਮ ਪੀਰੀਅਡ 'ਚ ਲਿਖੇ ਜਾ ਰਹੇ ਨੇ ਜਦੋਂ ਕਿ ਅਸੀਂ ਚੜ੍ਹਦੇ ਪੰਜਾਬ ਦੇ ਅੰਦਰ ਇੱਕ ਨਵਾਂ ਪਾਰਟੀਸ਼ਨ ਦਾ ਡਿਬੇਟ ਚੱਲ ਰਿਹਾ ਸੀ ਕਿ ਪੰਜਾਬ ਦੇ ਅੰਦਰੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਉਹ ਦੋ ਸਟੇਟ ਹੋਰ ਕੱਢੇ ਜਾ ਰਹੇ ਸੀਗੇ ਅਤੇ ਪੰਜਾਬ ਦੀ ਇੱਕ ਨਵੀਂ ਵੰਡ ਹੋ ਗਈ ਸੀ। ਉਸ ਤੋਂ ਬਾਅਦ ਇੱਕ ਮੂਮੈਂਟ ਪੰਜਾਬ ਦੇ ਅੰਦਰ ਐਸੀ ਆਉਂਦੀ ਹੈ ਜਿਹਨੇ ਪੰਜਾਬ ਦੇ ਸਾਹਮਣੇ ਐਸੇ ਸਵਾਲ ਖੜ੍ਹੇ ਕਰਤੇ। ਮੈਂ ਚੜ੍ਹਦੇ ਪੰਜਾਬ ਦੀ ਗੱਲ ਕਰ ਰਿਹਾ, ਈਸਟਰਨ ਪੰਜਾਬ ਦੀ, ਹਿੰਦੁਸਤਾਨੀ ਪੰਜਾਬ ਦੀ, ਇੰਡੀਆ ਦੇ ਵੱਲੋਂ ਸਾਈਡ ਜਿਹੜਾ ਹੈ, ਜਿਹਨੇ ਪੰਜਾਬ ਦੇ ਸਾਹਮਣੇ ਐਸੇ ਸਵਾਲ ਖੜ੍ਹੇ ਕੀਤੇ ਜਿਹਨੂੰ ਲੋਕਾਂ ਨੇ 47 ਦੀ ਯਾਦ ਦਿਵਾਈ। ਉਹ ਟਾਈਮ ਹੈ 1980 ਦੇ ਪੂਰੇ ਦੀ ਪੂਰੀ ਡੈਕੇਡ। ਉਸ ਡੈਕੇਡ ਦੇ ਅੰਦਰ, 80 ਦੇ ਅੰਦਰ ਜੋ ਕੁਛ ਪੰਜਾਬ 'ਚ ਹੋਇਆ, ਮੈਂ ਸ਼ਾਇਦ ਕਹਿਦਾ ਕਿ ਅਨਫੋਰਚੁਨੇਟਲੀ ਪੂਰੇ ਤੋਂ ਪੂਰਾ ਡੈਕੇਡ ਕਈ ਵਾਰੀ ਸਿੱਖ ਆਈਡੈਂਟੀਟੀ ਦੇ ਲੈਂਸ ਤੋਂ ਦੇਖਿਆ ਜਾਂਦਾ, ਕਦੀ ਕਦੀ ਹਿੰਦੂ ਆਈਡੈਂਟੀਟੀ ਦੇ ਲੈਂਸ ਤੋਂ ਦੇਖਿਆ ਜਾਂਦਾ। ਅਤੇ ਜਦੋਂ ਅਸੀਂ ਇਹਨਾਂ ਛੋਟਾ ਆਈਡੈਂਟੀਟੀਜ਼ ਦੇ ਲੈਂਸ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਸਾਨੂੰ ਇੱਕ ਕਮਿਊਨਿਟੀ ਦੀ ਤਕਲੀਫ ਨਜ਼ਰ ਆਉਂਦੀ ਹੈ। ਅਤੇ ਜੇ ਅਸੀਂ ਧਿਆਨ ਨਾਲ ਨਜ਼ਰ ਮਾਰੀਏ ਤਾਂ 80 ਦੇ ਵਿੱਚ ਜੋ ਕੁਛ ਹੋਇਆ ਉਹ ਪੰਜਾਬ ਦੇ ਅੰਦਰ ਆਲਮੋਸਟ ਉਹੀ ਕੁਛ ਹੋ ਗਿਆ ਜੋ ਕਿ 47 'ਚ ਪੂਰੇ ਪੰਜਾਬ ਦੇ ਨਾਲ ਹੋ ਗਿਆ ਸੀ। ਇਸ ਸੀਰੀਜ਼ ਦੇ ਅੰਦਰ ਜਿਹੜੀ ਤੌਹੀਦ ਸਾਹਿਬ ਨੇ ਲੈਕਚਰ ਸੀਰੀਜ਼ ਸਟਾਰਟ ਕੀਤੀ ਹੈ, ਵਾਰ ਵਾਰ ਇਹ ਗੱਲ ਉੱਠ ਕੇ ਆਈ ਹੈ ਕਿ 47 'ਚ ਜੋ ਕੁਛ ਹੋਇਆ ਉਹ ਪੰਜਾਬ ਦੀ ਵੰਡ ਸੀ। ਉਸ ਵੰਡ ਨੂੰ ਅਸੀਂ ਪੋਲੀਟੀਕਲੀ ਨਹੀਂ ਦੇਖ ਸਕਦੇ, ਉਸ ਵੰਡ ਨੂੰ ਅਸੀਂ ਸਿਰਫ ਜੋਗ੍ਰਾਫਿਕਲੀ ਨਹੀਂ ਦੇਖ ਸਕਦੇ। ਜੋ ਲੁੱਟਮਾਰ ਹੋਈ, ਜੋ ਕਤਲੋ ਗਾਰਤ ਹੋਈ, ਜੋ ਲੋਕਾਂ ਦੀ ਜਾਨਾਂ ਗਈਆਂ, ਉਹ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿਵੇਂ ਇਨਸਾਨ ਦਾ ਕਤਲ ਨਹੀਂ ਹੋਇਆ ਬਲਕਿ ਪੰਜਾਬ ਦੇ ਕਲਚਰ ਦਾ ਕਤਲ ਹੋਇਆ, ਉਹ ਤਹਿਜ਼ੀਬ ਦਾ ਵੀ ਕਤਲ ਹੋਇਆ। ਹਾਲਾਂਕਿ ਉਹ ਉਹਦੀਆਂ ਰੂਟਸ ਉਸ ਤੋਂ ਕਾਫੀ ਪਿੱਛੇ ਬਣਨੀਆਂ ਸ਼ੁਰੂ ਹੋ ਗਈਆਂ ਸੀਗੀਆਂ, ਉਹ ਇੰਨੇ ਇੱਕਦਮ 47 'ਚ ਪ੍ਰੋਬਲਮ ਨਹੀਂ ਹੈ ਮਰਚ ਹੋਈ। ਲੇਕਿਨ 80 ਦੇ ਡੈਕੇਡ ਦੇ ਅੰਦਰ ਜੋ ਕੁਛ ਪੰਜਾਬ ਦੇ ਵਿੱਚ ਹੋ ਰਿਹਾ, ਉਹਨੇ ਜਦੋਂ ਪੰਜਾਬੀਆਂ ਅੱਗੇ ਇੱਕ ਨਵੀਂ ਚਿੰਤਾ ਖੜੀ ਕੀਤੀ, ਨਵੇਂ ਸਵਾਲ ਖੜੇ ਕੀਤੇ, ਅਤੇ ਪੰਜਾਬੀ ਦੇ ਨਾਟਕਕਾਰ ਆਪਣੀ ਉਸ ਪ੍ਰੈਜੈਂਟ ਦੀ ਮੂਵਮੈਂਟ ਨੂੰ ਸਮਝਣ ਲਈ, ਉਹਦੇ 'ਤੇ ਕੌਮੈਂਟ ਕਰਨ ਦੇ ਲਈ, ਕਿਤੇ ਨਾ ਕਿਤੇ ਲੋਕਾਂ ਨੂੰ ਵਾਰਨਿੰਗ ਦੇਣ ਦੇ ਲਈ 47 'ਚ ਦੁਬਾਰਾ ਵਾਪਸ ਜਾ ਰਹੇ, ਉਹ 47 ਰੀਵਿਜ਼ਿਟ ਕਰ ਰਹੇ, ਅਤੇ 47 ਦੇ ਹੀ ਜਿਹੜੇ ਨੈਰੇਟਿਵਸ ਨੇ ਉਹਨਾਂ ਨੂੰ ਦੁਬਾਰਾ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਨੇ। ਅਤੇ ਕਾਫੀ ਪਲੇਜ਼ ਉਹਨਾਂ ਦਿਨਾਂ 'ਚ ਲਿਖੇ ਗਏ ਜਿਹੜੇ ਕਿ ਜਾਂ ਤਾਂ ਪਾਰਟੀਸ਼ਨ ਸਟੋਰੀਜ਼ 'ਤੇ ਬੇਸ ਸੀਗੇ ਜਾਂ ਪਾਰਟੀਸ਼ਨ ਦੇ ਉੱਪਰ ਜਿਹੜੇ ਨੋਵਲਸ ਨੇ ਉਹਨਾਂ 'ਤੇ ਬੇਸ ਸੀਗੇ। ਪਰਪਸ ਉਹਨਾਂ ਨਾਟਕਾਂ ਦਾ ਇਹ ਸੀਗਾ ਕਿ ਲੋਕਾਂ ਨੂੰ ਇਹ ਯਾਦ ਦਿਲਾਇਆ ਜਾਏ ਕਿ ਜੋ ਸੋਚ, ਜੋ ਵਿਚਾਰਧਾਰਾ ਅੱਜ ਕੱਲ੍ਹ ਚੱਲ ਰਹੀ ਹੈ ਉਹ ਸ਼ਾਇਦ 47 ਦੁਹਰਾ ਨਾ ਦੇਵੇ ਪੰਜਾਬ ਤੋਂ। ਕਾਫੀ ਜੋ ਨਾਟਕ ਲਿਖੇ ਗਏ ਉਹਨਾਂ 'ਚ ਮੈਂ ਕੋਈ 14-15 ਨਾਟਕ ਪੜ੍ਹੇ ਨੇ, 40 ਦੇ ਆਸ ਪਾਸ ਤਾਂ ਜੋ ਮੈਨੂੰ ਡੇਟਾ ਦਿੱਤਾ ਕਿਸੇ ਨੇ ਕਿ ਉਹ ਨਾਟਕ ਨੇ ਜਿਹੜੇ ਕਿ ਅਡੈਪਟ ਹੋਏ ਨੇ ਸਟੋਰੀਜ਼ ਤੋਂ ਅਤੇ ਨੋਵਲਸ ਤੋਂ। ਟੋਟਲ ਨੰਬਰ ਆਫ ਪਲੇਜ਼ ਕਾਫੀ ਜ਼ਿਆਦਾ। ਇਸ ਟ੍ਰਾਂਸਲੇਸ਼ਨ ਦੇ ਪ੍ਰੋਜੈਕਟ 'ਚ ਮੈਂ 8 ਪਲੇਅ ਟ੍ਰਾਂਸਲੇਟ ਕਰ ਰਿਹਾ, ਲੇਕਿਨ ਮੇਰੇ 15-16 ਪਲੇਅ ਮੇਰੀ ਨਜ਼ਰ 'ਚ ਆਏ। ਅਤੇ ਉਹਨਾਂ ਨਾਟਕਾਂ 'ਚ ਜਿਹੜੇ ਥੀਮਸ ਨੇ ਮੈਂ ਉਹਨਾਂ ਦੀ ਥੋੜ੍ਹੀ ਗੱਲਬਾਤ ਕਰੂੰਗਾ, ਅਤੇ ਉਹਨਾਂ ਦੀ ਗੱਲਬਾਤ ਦੇ ਹਵਾਲੇ ਤੋਂ ਉਹ ਇਸ਼ੂਸ ਜਿਹੜੇ ਨਾਟਕਕਾਰ ਉਠਾ ਰਹੇ ਨੇ ਆਪਣੇ ਪਲੇਸ ਦੇ ਅੰਦਰ, ਉਹਨਾਂ ਦੀ ਰੈਲੇਵੈਂਸ ਕੀ ਹੈ ਸਾਡੇ ਵਾਸਤੇ ਅੱਜ ਦੇ ਟਾਈਮ 'ਚ, ਉਹ ਥੋੜ੍ਹੀ ਜਿਹੀ ਗੱਲਬਾਤ ਹੁੰਦੀ ਹੈ।
ਜਦੋਂ ਅਸੀਂ ਇਹਨਾਂ ਨਾਟਕਾਂ ਨੂੰ ਪੜ੍ਹਿਆ ਤਾਂ ਤਿੰਨ ਚਾਰ ਥੀਮ ਬੜੀ ਪ੍ਰੋਮੀਨੈਂਟਲੀ ਮੇਰੇ ਸਾਹਮਣੇ ਆਏ। ਇੱਕ ਥੀਮ ਤਾਂ ਇਹ ਸੀਗਾ ਕਮਿਊਨਲ ਵਾਇਲੈਂਸ ਦਾ, ਇੱਕ ਥੀਮ ਔਰਤਾਂ ਦੇ ਨਾਲ ਜੋ ਕੁਛ ਹੋ ਰਿਹਾ, ਤੀਸਰਾ ਲੋਕ ਜਿਹੜੇ ਉਜੜ ਕੇ ਇੱਧਰ ਆਏ ਉਹ ਆਪਣੇ ਆਪ ਨੂੰ ਰੀਸੈਟਲ ਕਰ ਰਹੇ ਨੇ ਅਤੇ ਉਹਨਾਂ ਨੂੰ ਕੀ ਕੀ ਦਿੱਕਤਾਂ ਪੇਸ਼ ਆ ਰਹੀਆਂ, ਕੁਛ ਪਲੇਸ ਇਹਦੇ ਨਾਲ ਵੀ ਡੀਲ ਕਰ ਰਹੇ। ਇੱਕ ਕੈਟੇਗਰੀ ਹੋਰ ਕਿ ਜਦੋਂ 47 ਦੀ ਵੰਡ ਹੁੰਦੀ ਹੈ, ਹਿੰਦੁਸਤਾਨ ਪਾਕਿਸਤਾਨ ਦੋ ਨਵੇਂ ਮੁਲਕ ਬਣਦੇ ਨੇ ਅਤੇ ਦੋ ਨਵੇਂ ਨੇਸ਼ਨ ਸਟੇਟਸ ਫੋਰਮੇਸ਼ਨ ਚੱਲ ਰਹੇ, ਉਹਨਾਂ ਨਵੀਆਂ ਨੇਸ਼ਨ ਸਟੇਟਸ ਨੇ ਕਿਸ ਤਰ੍ਹਾਂ ਨਵੇਂ ਚੈਲੇਂਜਸ ਦਿੱਤੇ ਸਾਡੇ ਲੋਕਾਂ ਦੇ, ਕਿਉਂਕਿ ਜਿਹੜਾ ਇੱਕ ਕਲਚਰ ਸੀਗਾ ਸਾਡਾ ਸਾਂਝਾ ਕਲਚਰ, ਉਸ ਕਲਚਰ ਨੂੰ ਲੋਕਾਂ ਨੂੰ ਸਮਝਣ ਦੇ ਲਈ ਇੱਕ ਨਵਾਂ ਫਰੇਮ ਮਿਲ ਗਿਆ ਨੇਸ਼ਨ ਸਟੇਟ ਦਾ, ਨੈਸ਼ਨਲ ਆਈਡੈਂਟੀ ਦਾ, ਉਹ ਕਿਸ ਤਰ੍ਹਾਂ ਇਨਸਾਨੀ ਰਿਸ਼ਤਿਆਂ ਨੂੰ ਖਰਾਬ ਕਰ ਰਿਹਾ, ਕਿਸ ਤਰ੍ਹਾਂ ਇਨਸਾਨਾਂ ਦੇ ਅੰਦਰ ਇੱਕ ਨਵੀਂ ਦੁਵਿਧਾ ਪੈਦਾ ਕਰ ਰਿਹਾ। ਇਹ ਤਿੰਨ ਚਾਰ ਮੇਜਰ ਕੈਟੇਗਰੀਜ਼ ਮੇਰੇ ਸਾਹਮਣੇ ਆਈਆਂ। ਅਤੇ ਜਦੋਂ ਮੈਂ ਉਹਨਾਂ ਨਾਟਕਾਂ ਦੀ ਗੱਲ ਕਰਾਂ ਜਿਹਨਾਂ ਦੇ ਅੰਦਰ ਕਮਿਊਨਲ ਵਾਇਲੈਂਸ ਦਾ ਇਸ਼ੂ ਡਿਸਕਸ ਹੋਇਆ, ਅਤੇ ਜਿਹੜੀ ਗੱਲ ਮੈਨੂੰ ਖੂਬਸੂਰਤ ਲੱਗ ਰਹੀ ਹੈ ਉਹ ਇਹ ਕਿ ਸਾਰੇ ਦੇ ਸਾਰੇ ਨਾਟਕ ਦੀ ਜਿਹੜੀ ਸੈਟਿੰਗ ਹੈ, ਜਿਹੜਾ ਐਕਸ਼ਨ ਹੈ, ਜਿਹੜੀ ਸਿਚੁਏਸ਼ਨ ਹੈ, ਉਹ ਵਾਇਲੈਂਸ ਦੀ ਹੈ। ਤਾਂ ਵਾਇਲੈਂਸ ਮੈਕਸੀਮਮ ਸਿੱਖਾਂ ਅਤੇ ਮੁਸਲਮਾਨਾਂ ਦੇ ਵਿੱਚ ਦਿਖਾਈ ਦੇ ਰਹੀ ਹੈ। ਜਿਸ ਤਰ੍ਹਾਂ ਕਿ ਇਹ ਇੰਪਰੈਸ਼ਨ ਬਣ ਰਿਹਾ ਕਿ ਜੇ ਪੰਜਾਬ ਦੀ ਵਾਇਲੈਂਸ ਹੋਈ ਹੈ ਤਾਂ ਸ਼ਾਇਦ ਇਹਨਾਂ ਦੋ ਕਮਿਊਨਿਟੀਜ਼ ਦੇ ਅੰਦਰ ਹੋਈ ਹੈ। ਇੰਨੀ ਵਾਇਲੈਂਸ ਨਾਟਕਾਂ ਦੇ ਅੰਦਰ ਹੋਣ ਦੇ ਬਾਵਜੂਦ ਵੀ ਇਹ ਨਾਟਕ ਮੈਨੂੰ ਕਮਿਊਨਲ ਨਹੀਂ ਲੱਗੇ ਜਿਹੜੇ ਮੈਂ ਪੜ੍ਹੇ ਨੇ। ਜੋ ਮੈਂ ਕ੍ਰਿਟੀਸਿਜ਼ਮ ਥੋੜ੍ਹਾ ਬਹੁਤ ਪੜ੍ਹਿਆ ਪੰਜਾਬੀ ਨਾਟਕਾਂ ਦਾ, ਉਹ ਅਹੂਜਾ, ਰੋਸ਼ਨ ਲਾਲ ਅਹੂਜਾ ਦੇ ਨਾਟਕ ਬਾਰੇ ਕਿਹਾ ਜਾਂਦਾ ਕਿ ਥੋੜ੍ਹੀ ਜਿਹੀ ਕਮਿਊਨਲ ਟੋਨਸ ਉਹਨਾਂ ਦੇ ਨਾਟਕਾਂ 'ਚ ਦਿਖਦੀ, ਪਰ ਜਿਹੜੇ ਨਾਟਕ ਉਹਨਾਂ ਦੇ ਨਾਟਕ ਮੈਂ ਹਜੇ ਤੱਕ ਪੜ੍ਹਿਆ ਨਹੀਂ ਅਤੇ ਇਸ ਬਾਰੇ ਮੈਂ ਕੁਛ ਗੱਲ ਕਰੂੰਗਾ ਨਹੀਂ, ਪਰ ਜਿਹੜੇ ਨਾਟਕ ਮੈਂ ਪੜ੍ਹੇ ਨੇ ਉਹਨਾਂ ਨਾਟਕਾਂ 'ਚ ਮੈਨੂੰ ਕੋਈ ਕਮਿਊਨਲ ਓਵਰ ਟੋਨਸ ਜਾਂ ਕਮਿਊਨਲ ਅੰਡਰ ਟੋਨਸ ਨਹੀਂ ਨਜ਼ਰ ਆਏ, ਬਲਕਿ ਉਹ ਸਭ ਨਾਟਕ ਨੇ ਜਿਨ੍ਹਾਂ ਨੇ ਵਾਇਲੈਂਸ ਦਾ ਉਸ ਥੀਮ ਲੋਕਾਂ ਦੇ ਸਾਹਮਣੇ ਦਿਖਾਇਆ, ਪੇਸ਼ ਕੀਤਾ ਅਤੇ ਸਵਾਲ ਖੜੇ ਕੀਤੇ ਕਿ ਜੋ ਕੁਛ ਹੋਇਆ ਉਸ ਵੇਲੇ 47 ਤੋਂ ਗਲਤ ਹੋਇਆ। ਜਿਸਦੇ ਜਗਦੀਸ਼ ਸਚਦੇਵਾ ਦਾ ਪਿੰਡ ਇੱਕ ਪਲੇ ਹੈ ਜਿਹੜਾ ਕਿ ਕਰਤਾਰ ਸਿੰਘ ਦੁੱਗਲ ਦੀ ਸਟੋਰੀ 'ਤੇ ਬੇਸਡ ਹੈ, ਇਸ ਜਗ੍ਹਾ ਇੱਕ ਪਿੰਡ ਸੀ, ਉਹ ਪਿੰਡ ਇਸ ਵੇਲੇ ਜੋ ਪਲੇ ਦੇ ਅੰਦਰ ਸੈਟਿੰਗ ਹੈ ਪਿੰਡ ਪਾਕਿਸਤਾਨ 'ਚ, ਪਿੰਡ ਸਿੱਖਾਂ ਦਾ, ਅਤੇ ਉਸ ਪਿੰਡ ਨੂੰ ਮੁਸਲਮਾਨਾਂ ਨੇ ਆ ਕੇ ਘੇਰ ਲਿਆ ਅਤੇ ਉਹਨਾਂ ਨੂੰ ਪਤਾ ਕਿ ਰਾਤ ਨੂੰ ਹੁਣ ਹਮਲਾ ਹੋਏਗਾ, ਜਦੋਂ ਹਮਲਾ ਹੋਏਗਾ ਤਾਂ ਲੋਕ ਲੁੱਟੇ ਜਾਣਗੇ, ਖੂਨ ਖਰਾਬਾ ਹੋਏਗਾ, ਜਿਨ੍ਹਾਂ ਨੇ ਹਮਲਾ ਕਰਨਾ ਹੈ ਉਹਨਾਂ ਦੀ ਤਾਦਾਦ ਹਜ਼ਾਰਾਂ 'ਚ ਹੈ, ਜਿਹੜੇ ਪਿੰਡ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਨੰਬਰ 100 ਤੋਂ ਵੱਧ ਦਿੱਤਾ, ਉਹਨਾਂ ਨੂੰ ਦਿਖ ਰਿਹਾ ਕਿ ਅਸੀਂ ਇਹਨਾਂ ਦੇ ਨਾਲ ਲੜ ਨਹੀਂ ਸਕਦੇ। ਸਾਰੇ ਪਿੰਡ ਦੇ ਲੋਕ ਗੁਰਦੁਆਰੇ 'ਚ ਇਕੱਠੇ ਹੁੰਦੇ ਆ, ਉੱਥੇ ਹੁਣ ਇਹ ਡਿਸਕਸ਼ਨ ਚੱਲ ਰਹੀ ਹੈ ਕਿ ਹੁਣ ਕਿਤੇ ਕੀ ਜਾਏ। ਪਿੰਡ ਵਿੱਚ ਇੱਕ ਮੁਸਲਮਾਨ ਮਹਿਤਾਬ ਅਲੀ, ਉਹ ਆਫਰ ਕਰਦਾ ਕਿ ਮੈਂ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰੂੰਗਾ ਅਤੇ ਸ਼ਾਇਦ ਕੋਈ ਹੱਲ ਨਿਕਲੇ। ਦੋ ਵਾਰੀ ਗੱਲਬਾਤ ਕਰਨ ਜਾਂਦਾ ਹੈ, ਜਿਹੜੇ ਲੋਕਾਂ ਨੇ ਘੇਰਾ ਪਾਇਆ ਹੋਇਆ ਹੈ, ਦੋ ਸ਼ਰਤਾਂ ਰੱਖਦੇ ਨੇ, ਇਹ ਸਮਝ ਜਾਂਦੇ ਨੇ ਕਿ ਇਹ ਹਰ ਵਾਰੀ ਸਾਨੂੰ ਸ਼ਰਤ ਨਵੀਂ ਅਤੇ ਨਵੀਂ ਸ਼ਰਤ ਦੇਣਗੇ, ਅਸੀਂ ਇਹਨਾਂ ਦੀ ਸ਼ਰਤਾਂ ਦੇ ਉੱਪਰ ਆ ਕੇ ਆਪਣੀ ਜ਼ਿੰਦਗੀ ਦੀ ਸੇਫਟੀ ਮੰਗ ਨਹੀਂ ਸਕਦੇ, ਸਾਨੂੰ ਲੜਨ ਲਈ ਤਿਆਰ ਹੋਣਾ ਪਵੇ। ਅਤੇ ਜਿੰਨੇ ਵੀ ਸਿੱਖ ਗੁਰਦੁਆਰੇ 'ਚ ਬੈਠੇ ਆ ਉਹ ਜਦੋਂ ਲੜਨ ਦੀ ਗੱਲ ਕਰਦੇ ਆ ਤਾਂ ਚਮਕੌਰ ਸਾਹਿਬ ਦੀ ਲੜਾਈ ਨੂੰ ਯਾਦ ਕਰਨਗੇ, ਗੁਰੂ ਸਾਹਿਬਾਨ ਨੇ ਜੋ ਲੜਾਈਆਂ ਕੀਤੀਆਂ ਉਸ ਲੜਾਈ ਦੀ ਲੜਾਈ ਨੂੰ ਯਾਦ ਕਰਨਗੇ। ਕਿਤੇ ਕਿਤੇ ਇਸ ਤਰ੍ਹਾਂ ਦੇ ਥੋਟਸ ਵੀ ਆਉਂਦੇ ਨੇ ਕਿ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਮੁਸਲਮਾਨਾਂ 'ਤੇ ਇਤਬਾਰ ਨਾ ਕਰੋ, ਤੁਰਕਾਂ 'ਤੇ ਇਤਬਾਰ ਨਹੀਂ ਕਰਨਾ ਚਾਹੀਦਾ। ਦੂਸਰਾ ਸਿੱਖ ਇਹ ਕਹਿੰਦਾ ਕਿ ਉਹਨਾਂ ਦੀ ਆਪਣੀ ਫੌਜ ਦੇ ਅੰਦਰ ਮੁਸਲਮਾਨ ਵੀ ਸੀਗੇ। ਕੀ ਇੱਕ ਡਿਬੇਟ ਚੱਲ ਰਿਹਾ ਕਿ ਅਸੀਂ ਮਹਿਤਾਬ ਅਲੀ ਦਾ ਵੀ ਭਰੋਸਾ ਕਰੀਏ ਕਿ ਨਾ ਕਰੀਏ, ਜਿਹੜੇ ਬਾਹਰ ਬੈਠੇ ਨੇ ਉਹਨਾਂ ਦਾ ਵੀ ਭਰੋਸਾ ਕਰੀਏ ਕਿ ਨਾ ਕਰੀਏ। ਅੰਤ ਵਿੱਚ ਲੜਾਈ ਹੁੰਦੀ ਹੈ, ਸਾਰੇ ਮੁਸਲਮਾਨ ਉੱਥੇ ਅਟੈਕ ਕਰਦੇ ਨੇ, ਜਿੰਨੇ ਵੀ ਸਰਦਾਰ ਨੇ ਉਸੇ ਲੜਾਈ ਦਾ ਪੈਟਰਨ ਹੈ ਜੋ ਚਮਕੌਰ ਸਾਹਿਬ ਦੀ ਲੜਾਈ ਦਾ ਪੈਟਰਨ ਹੈ, ਹੌਲੀ ਹੌਲੀ ਕਰਕੇ ਸਭ ਸਰਦਾਰ ਸਿੱਖ ਲੋਕ ਉੱਥੇ ਮਾਰੇ ਜਾਂਦੇ। ਸਿੱਖ ਔਰਤਾਂ ਦੇ ਅੱਗੇ ਇੱਕ ਸਵਾਲ ਖੜ੍ਹਾ ਹੁੰਦਾ ਹੈ ਕਿ ਹੁਣ ਉਹ ਕੀ ਕਰਨ, ਉਹਨਾਂ ਨੂੰ ਦਿਖ ਗਿਆ ਕਿ ਗੁਰਦੁਆਰੇ ਦਾ ਦਰਵਾਜ਼ਾ ਹੁਣ ਟੁੱਟਣ ਵਾਲਾ ਹੈ ਅਤੇ ਹੁਣ ਉਹਨਾਂ ਦਾ ਇੱਜ਼ਤ ਵੀ ਖਤਰੇ 'ਚ ਹੈ। ਸਾਰੀਆਂ ਸਿੱਖ ਔਰਤਾਂ ਆਪਣੇ ਬੱਚਿਆਂ ਨੂੰ
ਬੋਝ 'ਚ ਪਕੜ ਕੇ ਆਪਣੇ ਬੱਚਿਆਂ ਨੂੰ ਖੁਦ ਸ਼ਹੀਦ ਕਰਦੇ ਹੈ ਅਤੇ ਜਿਹੜਾ ਗੁਰਦੁਆਰੇ ਦੇ ਅੰਦਰ ਇੱਕ ਖੂਹ ਦੇ ਵਿੱਚ ਛਲਾਂਗ ਮਾਰਦੇ ਨੇ, ਪਿੰਡ ਤਬਾਹ ਹੋ ਜਾਂਦਾ। ਨਾਟਕ ਦਾ ਨਾਮ ਵੀ ਇਹੀ ਹੈ ਕਿ ਇਸ ਜਗ੍ਹਾ ਇੱਕ ਪਿੰਡ ਸੀ। ਸਾਰੀ ਦੀ ਸਾਰੀ ਟੈਨਸ਼ਨ ਦਿਖ ਰਹੀ ਹੈ ਮੁਸਲਮਾਨਾਂ ਅਤੇ ਸਿੱਖਾਂ ਦੇ ਵਿੱਚ, ਲੇਕਿਨ ਇੱਕ ਦੋ ਗੱਲਾਂ ਐਸੀਆਂ ਨੇ ਜੋ ਕਿ ਪਲੇ ਨੂੰ ਬਿਲਕੁਲ ਹੀ ਡਿਫਰੈਂਟ ਡਾਇਰੈਕਸ਼ਨ ਦਿੰਦੀ। ਜਦੋਂ ਮਹਿਤਾਬ ਅਲੀ ਦੀ ਮੌਤ ਹੁੰਦੀ ਹੈ ਗੁਰਦੁਆਰੇ ਦੇ ਵਿੱਚ, ਤੜਵੀਆਂ ਦੇ ਨਾਲ ਲੜਦੇ ਲੜਦੇ, ਅਤੇ ਜਿੰਨੇ ਸਿੱਖ ਨੇ ਉਹ ਕਹਿੰਦੇ ਨੇ ਕਿ ਅਸੀਂ ਮਹਿਤਾਬ ਅਲੀ ਨੂੰ ਦਫਨਾਵਾਂਗੇ ਤਾਂ ਕਿ ਜਿਹੜਾ ਇਹਦਾ ਧਰਮ ਦੇ ਮੁਤਾਬਕ ਇਹਦਾ ਆਖਰੀ ਕਿਰਿਆਕਰਮ ਹੋਣਾ ਚਾਹੀਦਾ। ਮਹਿਤਾਬ ਅਲੀ ਦੀ ਮਾਂ ਕਹਿੰਦੀ ਹੈ ਕਿ ਅਸੀਂ ਗੁਰਦੁਆਰੇ 'ਚ ਬੈਠੇ ਹਾਂ ਅਤੇ ਜੇ ਅਸੀਂ ਇਹਨੂੰ ਇੱਥੇ ਦਫਨਾਇਆ ਤਾਂ ਤੁਹਾਡੇ ਧਰਮ ਦੇ ਵਿੱਚ ਫਰਕ ਪਏਗਾ ਅਤੇ ਤੁਸੀਂ ਮੇਰੇ ਬੇਟੇ ਦਾ ਸੰਸਕਾਰ ਕਰੋ ਜਿਵੇਂ ਸਿੱਖ ਲੋਕ ਆਪਣੇ ਲੋਕਾਂ ਦਾ ਸੰਸਕਾਰ ਕਰਦੇ। ਇੱਕ ਮੁਸਲਮਾਨ ਜਿਸ ਤਰ੍ਹਾਂ ਸਿੱਖਾਂ ਦੇ ਨਾਲ ਰਲ ਕੇ ਪਿੰਡ ਨੂੰ ਬਚਾਉਣ ਵਾਸਤੇ ਲੜ ਰਿਹਾ, ਜਿਸ ਤਰ੍ਹਾਂ ਇੱਕ ਮੁਸਲਮਾਨ ਦੀ ਮਾਂ ਇਹ ਕਹਿ ਰਹੀ ਹੈ ਕਿ ਮੇਰੇ ਬੱਚੇ ਦਾ ਸੰਸਕਾਰ ਤੁਸੀਂ ਸਿੱਖ ਧਰਮ ਦੇ ਮੁਤਾਬਕ ਕਰੋ ਕਿਉਂਕਿ ਉਹਦੀ ਜਾਨ ਗੁਰਦੁਆਰੇ 'ਚ ਹੈ ਅਤੇ ਮੈਂ ਗੁਰਦੁਆਰੇ ਦੀ ਮਰਿਆਦਾ ਵੀ ਸੰਭਾਲ ਕੇ ਰੱਖਣੀ ਹੈ। ਇਹ ਕਿਤੇ ਨਾ ਕਿਤੇ ਪਿੰਡ ਇੱਕ ਮਾਡਲ ਬਣ ਜਾਂਦਾ ਹੈ ਉਸ ਕੰਟਰੀ ਵਾਸਤੇ ਜਿਹੜਾ ਕਿ ਅਸੀਂ ਗਵਾ ਬੈਠੇ। ਇਹ ਸਿਰਫ ਇੱਕ ਪਿੰਡ ਤਬਾਹ ਨਹੀਂ ਹੋਇਆ, ਇਹ ਸ਼ਾਇਦ ਐਸਾ ਕਲਚਰ ਤਬਾਹ ਹੋ ਗਿਆ, ਐਸਾ ਮੁਲਕ ਤਬਾਹ ਹੋ ਗਿਆ, ਮੈਨੂੰ ਨੇਸ਼ਨ ਨਹੀਂ ਕਹੂੰਗਾ, ਇੱਕ ਐਸਾ ਮੁਲਕ ਤਬਾਹ ਹੋ ਗਿਆ ਜਿਹਦੇ 'ਚ ਕਿਸੇ ਟਾਈਮ ਸਕੋਪ ਸੀਗਾ ਕਿ ਇਹ ਲੋਕ ਇਕੱਠੇ ਆਪਸ 'ਚ ਰਹਿ ਸਕਣ। ਇਸੇ ਤਰ੍ਹਾਂ ਇੱਕ ਪਲੇ ਹੈ ਅੰਨੇ ਨਿਸ਼ਾਨ 'ਚ, ਅਜਮੇਰ ਸਿੰਘ ਔਲਖ ਦਾ ਲਿਖਿਆ ਹੋਇਆ। ਇਸ ਪਲੇ ਦੇ ਅੰਦਰ ਦੋ ਕੈਰੈਕਟਰ ਨੇ, ਇੱਕ ਖੜਕ ਸਿੰਘ ਅਤੇ ਇੱਕ ਨੱਥੂ ਰਾਮ। ਖੜਕ ਸਿੰਘ ਸਿੱਖ ਨੈਸ਼ਨਲਿਸਟ, ਨੱਥੂ ਰਾਮ ਗੋਖਲੇ ਹਿੰਦੂ ਨੈਸ਼ਨਲਿਸਟ। ਇੱਕ ਕੈਰੈਕਟਰ ਹੈ ਗੁਰਮੁਖ ਸਿੰਘ। ਗੁਰਮੁਖ ਸਿੰਘ ਖੜਕ ਸਿੰਘ ਅਤੇ ਨੱਥੂ ਰਾਮ ਦੇ ਦੋਵਾਂ ਦੇ ਬਰਾਬਰ ਖੜਾ ਹੈ ਅਤੇ ਗੁਰਮੁਖ ਸਿੰਘ ਦੀ ਇਹ ਕੋਸ਼ਿਸ਼ ਹੈ ਕਿ ਕੋਈ ਵੀ ਇਨਸਾਨ, ਕਿਸੇ ਗਰੀਬ, ਕਿਸੇ ਵੀ ਮਜਬੂਰ ਮੁਸਲਮਾਨ ਔਰਤ ਨੂੰ ਜਾਂ ਮਰਦ ਨੂੰ ਮਾਰੇ ਨਾ ਅਤੇ ਔਰਤ ਦੇ ਨਾਲ ਕੋਈ ਨਜਾਇਜ਼ ਨਾ ਹੋ ਸਕੇ। ਖੜਕ ਸਿੰਘ ਦਾ ਜੋ ਉਹਦਾ ਧਰਮ, ਉਹਦਾ ਪੰਥ ਨੂੰ ਰਸਤਾ ਦਿਖਾ ਰਿਹਾ ਕਿ ਸਭ ਮੁਸਲਮਾਨਾਂ ਨੂੰ ਮਾਰੋ। ਗੁਰਮੁਖ ਸਿੰਘ ਜੋ ਕਿ ਸਿੱਖੀਜ਼ਮ ਦੀ ਫਿਲੋਸਫੀ ਨੂੰ ਰਿਪ੍ਰੈਜੈਂਟ ਕਰ ਰਿਹਾ ਹੈ, ਉਹ ਕਹਿੰਦਾ ਮੇਰਾ ਕੰਮ ਹੈ ਕਿ ਹਰ ਗਰੀਬ ਦੇ ਨਾਲ ਖੜਾ ਹੋਣਾ, ਹਰ ਮਜ਼ਲੂਮ ਦੇ ਨਾਲ ਖੜਾ ਹੋਣਾ। ਅਤੇ ਅਜਮੇਰ ਸਿੰਘ ਔਲਖ ਨੇ ਇਸ ਨਾਟਕ ਦੇ ਅੰਦਰ ਉਸ ਡਿਬੇਟ ਨੂੰ ਜਗ੍ਹਾ ਦਿੱਤੀ ਹੈ ਜੋ ਕਿ 1980s ਦੇ ਅੰਦਰ ਸਾਡੇ ਈਸਟਰਨ ਪੰਜਾਬ ਦੇ ਅੰਦਰ ਕੁਛ ਸਵਾਲ ਖੜੇ ਹੋ ਗਏ ਸੀਗੇ। ਨੱਥੂ ਰਾਮ ਇੱਕ ਜਗ੍ਹਾ ਕਹਿ ਰਿਹਾ ਗੁਰਮੁਖ ਸਿੰਘ ਨੂੰ ਕਿ ਤੇਰੇ ਵਰਗੇ ਲੋਕਾਂ ਕਰਕੇ ਸਾਡੇ ਅੰਦਰ ਏਕਾ ਨਹੀਂ ਬਣ ਪਾ ਰਿਹਾ, ਅਤੇ ਗੁਰਮੁਖ ਸਿੰਘ ਨੂੰ ਸਮਝਾ ਰਿਹਾ ਕਿ ਤੇਰਾ ਜਿਹੜਾ ਏਕਾ ਹੈ ਮੁਸਲਮਾਨਾਂ ਦੇ ਖਿਲਾਫ, ਤੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹ ਤੇਰੀ ਸੋਚ ਅੱਗੇ ਜਾ ਕੇ ਹੋਰ ਵੰਡ ਪਾਏਗਾ। ਜਿਸ ਤਰ੍ਹਾਂ ਦੀ ਸੋਚ ਖੜਕ ਸਿੰਘ ਦੀ ਹੈ, ਜਿਸ ਤਰ੍ਹਾਂ ਦੀ ਸੋਚ ਨੱਥੂ ਰਾਮ ਦੀ ਹੈ, ਇਹ ਸੋਚ ਸਾਡੇ ਸਮਾਜ ਨੂੰ ਇਕੱਠਾ ਨਹੀਂ ਰੱਖ ਸਕਦੀ। ਦਿਖ ਰਿਹਾ ਹੈ ਕਿ ਅਜਮੇਰ ਸਿੰਘ ਔਲਖ ਸਿਰਫ 47 ਦੇ ਉੱਪਰ ਆਪਣੀ ਕਮੈਂਟਰੀ ਨਹੀਂ ਕਰ ਰਿਹਾ, ਅਜਮੇਰ ਸਿੰਘ ਔਲਖ ਬੇਸਿਕਲੀ 1980s ਦੇ 80 ਦੇ ਦਹਾਕੇ ਦੇ ਉੱਪਰ ਆਪਣੀ ਕਮੈਂਟਰੀ ਕਰ ਰਿਹਾ। ਉਸ ਸਿਚੁਏਸ਼ਨ ਨੂੰ ਸਮਝਣ ਦੇ ਲਈ ਉਹਦੇ ਕੋਲ ਤਰੀਕਾ ਹੈ 47 ਉੱਤੇ ਵਾਪਸ ਜਾਣ ਦਾ। ਪਰਮੇਸ਼ਰ ਸਿੰਘ ਇੱਕ ਬਹੁਤ ਬੜੀ ਮਸ਼ਹੂਰ ਕਹਾਣੀ ਹੈ ਅਹਿਮਦ ਨਜ਼ੀਮ ਕਾਸਮੀ ਦੀ, ਉਹਨਾਂ ਦੀ ਉਸ ਪਲੇ ਕਹਾਣੀ ਦੀ ਅਡੈਪਟੇਸ਼ਨ ਹੋਈ ਅਹਿਮਦ ਨਵਾਜ਼ ਵੱਲੋਂ। ਹੁਣ ਜਦੋਂ ਅਸੀਂ ਪਰਮੇਸ਼ਰ ਸਿੰਘ ਵਰਗੀ ਕਹਾਣੀ ਦੀ ਗੱਲ ਕਰੀਏ ਤਾਂ ਮੈਨੂੰ ਅਲੋਕ ਭੱਲਾ ਸਾਹਿਬ ਦਾ ਕਮੈਂਟ ਯਾਦ ਆਉਂਦਾ ਜੋ ਉਹਨਾਂ ਨੇ ਆਪਣੀ ਐਂਥੋਲੋਜੀ ਦੀ ਇੰਟਰੋਡਕਸ਼ਨ 'ਚ ਲਿਖਿਆ। ਉਹਨਾਂ ਦੇ ਮੁਤਾਬਕ ਪਰਮੇਸ਼ਰ ਸਿੰਘ ਕਹਾਣੀ ਹੈ ਜਿਹੜੀ ਇਹਦੇ ਅੰਦਰ ਕੁਛ ਕਮਿਊਨਲ ਟੱਚ ਹੈ ਕਿ ਇੱਕ ਮੁਸਲਮਾਨ ਰਾਈਟਰ ਐਸੀ ਕਹਾਣੀ ਲਿਖ ਰਿਹਾ ਜਿਹਦੇ 'ਚ ਇੱਕ ਛੋਟਾ ਬੱਚਾ, ਮੁਸਲਮਾਨਾਂ ਦਾ ਬੱਚਾ, ਇੱਕ ਸਰਦਾਰਾਂ ਦੇ ਘਰ ਆ ਜਾਂਦਾ ਕਿਉਂਕਿ ਉਹਨੂੰ ਉਹ ਪਰਮੇਸ਼ਰ ਸਿੰਘ ਉਹਨੂੰ ਚੱਕ ਆਪਣੇ ਘਰ ਲੈ ਜਾਂਦਾ ਉਠਾ ਕੇ, ਪਰ ਪਰਮੇਸ਼ਰ ਸਿੰਘ ਉਹਨੂੰ ਸਿੱਖ ਨਹੀਂ ਬਣਾ ਪਾਉਂਦਾ ਅਤੇ ਕਹਾਣੀ ਦੇ ਐਂਡ ਵਿੱਚ ਉਹ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦਾ। ਉਹ ਮੁਸਲਮਾਨ ਬੱਚਾ ਪਾਕਿਸਤਾਨ ਜਾਂਦਾ, ਪਰਮੇਸ਼ਰ ਸਿੰਘ ਨੂੰ ਬਾਰਡਰ 'ਤੇ ਗੋਲੀ ਲੱਗਦੀ ਹੈ ਅਤੇ ਉੱਥੇ ਮਿਲਦਾ। ਪਰ ਕਹਾਣੀ ਅਤੇ ਨਾਟਕ ਕਮਿਊਨਲ ਨਹੀਂ ਹੈ,
बड़ा इंपॉर्टेंट मैसेज है, क्योंकि परमेश्वर सिंह की बार बार ये कोशिश रही, चाहे उनकी बीवी चाहे गुरुद्वारे तक ग्रंथी, बार बार उनके से प्रेशर पा रहे थे कि तू बच्चे नूं सिंह सजा, नहीं तो यहाँ तो बच्चा पिंड च नहीं रहेगा तो यहाँ तीनों भी पिंड छड़ना पड़ेगा। परमेश्वर सिंह इस गल से अड़िया रहा कि मैं बच्चे नूं जबरन सिख नहीं सजा, मैं जबरन उनका धर्म नहीं बदला, क्योंकि मेरा बच्चा भी पाकिस्तान च रह गया सीगा तो शायद कोई मेरे बच्चे दे नाल भी यही नाजायज ना कर दिया। ऐसे कम्यूनल वायलेंस के उपर लिखे गए नाटक ने पुलसरात, जो मैं सिर्फ एक औरत हूँ, यात्रा 1947 केवल धारीवाल का, पुलसरात स्वराजवीर का है, ये ऐसे नाटक ने जेडे कम्यूनल वायलेंस का सीन साढ़े सामने पेश करते हैं, पर उसके नाल नाल प्लेस कम्यूनल नहीं है। उन्होंने नाटकों के अंदर जो मैसेज जा रहा है वो कम्यूनल वायलेंस एक अगेंस्ट जा रहा है। तो जो तो इन्होंने नाटकों मैं थोड़ा जा ध्यान नाल देखा तो एक दो सवाल मेरे जहन च आते हैं, वो ये कि मैक्सिमम प्लेस सानू ये दस रहे हैं कि 47 च की होया या 47 तो बाद की होया। इन्हों नाटकों के अंदर एक मातम मैनु दिख रहा है, मातम की आवाज़ है, मातम की टोन है, लेमेंटेशन है, वो मातम है कि साडा सांझा पंजाब सांझा नहीं रहा। सिखां ते मुसलमानां दे दंगे जिहड़े दिखाए इन्हां नाटकां दे अंदर, किते ना किते वो सांझे कल्चर की मौत दे मातम बन रहे इन्हां नाटक ये सारे नाटक। पर मैनू जो थोड़ी जी शिकायत है वो ये है कि इन्हां सारे नाटकां दे अंदर एक मातम दिख रहा है, पंजाब दे सांझे कल्चर की मौत का मातम दिख रहा है, जिहड़ा कि अपने आप बहुत इंपॉर्टेंट है, लेकिन कोई भी नाटक इस गल वल इशारा नहीं कर रहा कि यह होया क्यों। जिहड़े कि हिस्टोरियंस ने डील किया क्वेश्चन बनाया, पर मैनू जिहड़े जिन्हें नाटक मैं लिमिटेड पढ़े ने उन्हां च यह सवाल नहीं उठा कि पार्टीशन हुई क्यों। तो जे कोई ऐसा नाटक है तो मैं चाहूँगा कि ऑडियंस वालों को मैं दसे सो दैट वो नाटक पढ़ सकें, लेकिन मेरे सामने एक क्वेश्चन के नाल एंगेज करना बड़ा जरूरी है कि जो कुछ पार्टीशन के दौरान हो रहा है हो क्यों रहा है। असी बड़ी सहूलियत के नाल, आई थिंक ये साड़ी कन्वीनियंस है कि असी सारा इल्ज़ाम अंग्रेज़ों से देते हैं। काफ़ी टॉक्स में सुनने को मिली कि ब्रिटिश पॉलिसीज ऐसा सी कि उन्होंने हिंदुस्तान के अंदर जो मुस्लिम तो हिंदुओं के अंदर, मुस्लिम तो सिखों के अंदर डिवीजन पैदा की, उन्होंने अंदर फाड़ पैदा किए, तो उस फाड़ों का रिजल्ट यह निकलिया कि आखिरकार एक दिन संप्रदायक दंगे हो रहे हैं एक दूजे की जान लगे। कल जो नैन सुख साहब गल कर रहे थे अपने लैक्चर, तो साड़ी फोकलोर के अंदर ऐसी गल् मिलती हैं जिते सिख मुसलमान को एक्सैप्ट नहीं कर रहा, मुसलमान सिख को एक्सैप्ट नहीं कर रहा, हिंदू मुसलमान को एक्सैप्ट नहीं कर रहा, मुसलमान हिंदू को एक्सैप्ट नहीं कर रहा। आई थिंक जिन्हों असी बहुत ज़्यादा रोमेंटिसाइज कर देने सिंथेटिक कल्चर का पंजाब का, सांझा कल्चर पंजाब का, उनके अंदर थोड़िया थोड़िया छोटिया छोटिया फॉल्ट लाइनस छोटिया छोटिया तरेड़ा सगिया, वो हिस्ट्री पगिया, उनका असर शायद साढ़े रहन सहन च भी दिखता सगा कि मुसलमानों के नाल हिंदुओं के नाल सिखों के नाल त्यौहार तो असं सांझे मना लाँगे, एक दूजे का दुख सुख साझा करा, पता नहीं पिंड सारे के कू सजे सके कि नहीं सके। मैं ये जरूर मनागा कि अंग्रेज़ों ने इन्हों फॉल्ट लाइनस कैच किया, आइडेंटिफाई किया, तो उन्होंने पॉलिसीज ने इन छोटे छोटे क्रैक्स व्डे व्डे गल्स के अंदर कन्वर्ट करता, वो फाड़ इन्ने व्डे बनाते कि शायद उस तो बाद साढ़े को पूरे नहीं हो, तो फाड़ हजे तक चल। ये आस्पेक्ट जेड़ा है कि कम्यूनल वायलेंस जो तो हो रही है सानू लॉस एकदम दिख रहा है, पर एकदम 47 चीज इमर्ज नहीं हो रही है। 1920 का जोड़ा डेकेड है, जैसे उनकी हिस्ट्री वाल नज़र मारीे तो 4-5 साल शायद पाँच छः साल ऐसे निकल रहे हैं जो कि बहुत सारे दंगे हो रहे हैं, तो तादाद दंगों की इन्नी है, 2-3 साल तो एक साल के अंदर 28-30-35 दंगे हो गए,
ਕਮਿਊਨਲ ਰਾਈਟਸ। ਅੰਗਰੇਜ਼ਾਂ ਦੀ ਜੋ ਪਾਲਿਸੀ ਰਹੀ 1857 ਤੋਂ ਬਾਅਦ, ਫਿਰ ਕੁਛ ਹੋਰ ਜੋ ਪੋਲੀਟੀਕਲ ਫੈਕਟਰਸ ਰਹੇ, ਆਈ ਥਿੰਕ ਜੈਸੇ ਜਲਿਆਂਵਾਲੇ ਬਾਗ ਤੋਂ ਬਾਅਦ ਦੀ ਵੀ ਪੋਲੀਟਿਕਸ ਸਮਝਣੀ ਸ਼ੁਰੂ ਕਰੀਏ, ਹਿਸਟਰੀ ਸਮਝਣੀ ਸ਼ੁਰੂ ਕਰੀਏ, ਤਾਂ 1920 ਦਾ ਡੈਕੇਡ ਜਦੋਂ ਤੱਕ ਖਤਮ ਹੋ ਰਿਹਾ ਹੈ ਕਿ ਮੇਰੇ ਹਿਸਾਬ ਨਾਲ ਉਹ ਜ਼ਮੀਨ ਤਿਆਰ ਹੋ ਗਈ ਸੀਗੀ ਜਿਹਦੇ 'ਤੇ ਕਿ 47 ਦਾ ਨਾਟਕ ਬਾਅਦ ਚੋਂ ਖੇਡਿਆ ਗਿਆ ਸੀ। ਅਤੇ ਭਗਤ ਸਿੰਘ ਆਪਣੀ ਰਾਈਟਿੰਗ 'ਚ ਵਾਰ ਵਾਰ ਵਾਰਨ ਕਰ ਰਿਹਾ ਹੈ ਕਿ ਇਸ ਚੀਜ਼ ਨੂੰ ਰੋਕਣਾ ਪਏਗਾ, ਇਹ ਜਿਹੜੀ ਕਮਿਊਨਲ ਵਾਇਲੈਂਸ ਦੀ ਸਾਡੀ ਸੋਚ ਬਣ ਰਹੀ ਹੈ, ਇਸ ਸੋਚ ਨੂੰ ਰੋਕਣਾ ਪਏਗਾ। ਪਰ ਪੰਜਾਬੀ ਨਾਟਕਾਂ ਦੇ ਜਿੰਨੇ ਕੁ ਨਾਟਕ ਮੈਂ ਪੜ੍ਹੇ ਨੇ, ਉਹਨਾਂ ਨੇ ਇਸ ਹਿਸਟੋਰੀਕਲ ਪੀਰੀਅਡ ਨੂੰ ਉਹਨਾਂ ਕ੍ਰਿਟੀਕਲੀ ਨਹੀਂ ਦੇਖਿਆ। ਜਿੰਨੇ ਪਲੇਸ ਮੈਂ ਪੜ੍ਹੇ ਨੇ, ਮੈਂ ਉਸੇ ਬੇਸਿਸ 'ਤੇ ਗੱਲ ਕਰ ਰਿਹਾ। ਅਤੇ ਮੇਰਾ ਇਹ ਮੰਨਣਾ ਹੈ ਕਿ ਇਸ ਪੀਰੀਅਡ ਨੂੰ ਕ੍ਰਿਟੀਕਲੀ ਸਮਝਣਾ ਬਹੁਤ ਜ਼ਰੂਰੀ ਹੈ। ਇਹ ਸ਼ਾਇਦ ਸਾਡੇ ਵਾਸਤੇ ਕਨਵੀਨੀਅੰਟ ਹੈ ਕਿ ਜੀ ਅੰਗਰੇਜ਼ਾਂ ਨੇ ਸਾਨੂੰ ਭੜਕਾਇਆ ਸੀ, ਪੜ੍ਹ ਅੰਗਰੇਜ਼ ਚਲੇ ਗਏ ਨੇ, ਅਸੀਂ ਲੋਕ ਹਜੇ ਵੀ ਭੜਕ ਰਹੇ ਹਾਂ। ਅਸੀਂ ਫਿਰ ਬੜੀ ਕਨਵੀਨੀਅੰਸ ਦੇ ਨਾਲ ਕਹਿ ਦਈਏ ਕਿ ਰਾਜ ਪੋਲੀਟੀਸ਼ੀਅਨਸ ਨੇ ਭੜਕਾਇਆ, ਅਸੀਂ ਪੜ੍ਹਕ ਰਹੇ ਹਾਂ ਕਿ ਲੋਕ ਵਿਚਾਰੇ ਕੀ ਕਰਨ, ਪੋਲੀਟਿਕਸ ਚੀਜ਼ ਹੀ ਐਸੀ ਹੈ। ਪਰ ਸਵਾਲ ਇਹ ਹੈ ਕਿ ਲੋਕਾਂ ਦੀ ਜ਼ਹਿਨੀਅਤ ਦੇ ਅੰਦਰ ਕਿਤੇ ਨਾ ਕਿਤੇ ਉਹ ਐਲੀਮੈਂਟ ਬੈਠਾ ਹੋਇਆ ਹੈ ਜਿਹਨੂੰ ਇਹ ਪੋਲੀਟੀਸ਼ੀਅਨ ਸਟੈਪ ਕਰਦੇ। ਅਸੀਂ ਹਜੇ ਤੱਕ ਉਸ ਐਲੀਮੈਂਟ ਨੂੰ ਜੋ ਸਾਡੀ ਜ਼ਹਿਨੀਅਤ ਦੇ ਅੰਦਰ ਬੈਠਾ ਹੈ ਉਹਨੂੰ ਠੀਕ ਕਰਨ ਦੇ ਵੱਲ ਜ਼ਿਆਦਾ ਕਦਮ ਨਹੀਂ ਉਠਾ ਪਾ। ਇਸ ਗੱਲ ਦੇ ਉੱਪਰ ਮੈਂ ਆਪਣੀ ਟੌਕ ਦੇ ਐਂਡ 'ਤੇ ਦੁਬਾਰਾ ਆਉਂਗਾ। ਦੂਸਰਾ ਜਿਹੜਾ ਆਸਪੈਕਟ ਹੈ ਜਿਹੜੇ ਮੈਨੂੰ ਇਹਨਾਂ ਪਲੇਸ ਦੇ ਅੰਦਰ ਦੇਖਿਆ, ਉਹ ਹੈ ਔਰਤ ਦੀ ਹਾਲਤ। ਇਹ ਇੱਕ ਐਸਾ ਆਸਪੈਕਟ ਹੈ ਜਿਹਦੇ 'ਤੇ ਆਲਮੋਸਟ ਹਰ ਇੱਕ ਪਲੇ ਰਾਈਟ ਨੇ ਜਿਹੜੇ ਵੀ ਪਲੇ ਲਿਖਿਆ, ਚਾਹੇ ਕਮਿਊਨਲ ਵਾਇਲੈਂਸ ਦੇ ਉੱਪਰ ਪਲੇ ਹੈ ਜਾਂ ਡਾਇਰੈਕਟਲੀ ਇਨਡਾਇਰੈਕਟਲੀ ਕਿਸੇ ਹੋਰ ਇਸ਼ੂ 'ਤੇ ਪਲੇ ਹੈ, ਉਹ 47 ਦੇ ਪੂਰੇ ਦੁੱਖ ਨੂੰ, ਸੰਤਾਪ ਨੂੰ ਔਰਤ ਦੇ ਥਰੂ ਦੇਖ ਰਿਹਾ। ਅਤੇ ਸਭ ਤੋਂ ਜ਼ਿਆਦਾ ਕੀਮਤ ਸ਼ਾਇਦ ਚੁਕਾਉਣੀ ਵੀ ਔਰਤ ਨੂੰ ਹੀ ਪਈ। ਇੱਕ ਐਸੀ ਸੋਚ ਹੈ, ਇੱਕ ਆਈਡੀਓਲੋਜੀ ਐਸੀ ਹੈ ਜਿਹਦੀ ਕਿ ਪਰਫੋਰਮੈਂਸ ਆਦਮੀ ਦਿੰਦਾ, ਮਰਦ ਦਿੰਦਾ, ਆਦਮੀ ਨਹੀਂ ਮਰਦ ਦਿੰਦਾ। ਉਹਦੀ ਪਰਫੋਰਮੈਂਸ ਕਦੀ ਮੈਦਾਨੇ ਜੰਗ 'ਚ ਹੋਏਗੀ, ਜਿਹਦੇ 'ਚ ਉਹ ਆਪਣੀ ਮਰਦਾਨਗੀ ਵੀ ਦਿਖਾਏਗਾ ਅਤੇ ਜਿਹਦੇ ਦੇ ਵਿੱਚ ਉਹ ਆਪਣਾ ਨੈਸ਼ਨਲਿਜ਼ਮ ਵੀ ਦਿਖਾਏਗਾ। ਅਤੇ ਉਹ ਸਿਪਾਹੀ ਦੀ, ਫੌਜੀ ਦੀ ਰੋਮੈਂਟੀਸਾਈਜੇਸ਼ਨ ਵੀ ਅਸੀਂ ਕੀਤੀ ਹੋਈ ਹੈ, ਹਰ ਕਲਚਰ 'ਚ ਹੋਈ ਹੈ, ਸਿਰਫ ਸਾਡੇ ਕਲਚਰ 'ਚ ਨਹੀਂ, ਹਰ ਕਲਚਰ 'ਚ ਉਹਨੂੰ ਰੋਮੈਂਟੀਸਾਈਜ਼ ਕੀਤਾ। ਉਸੇ ਪਰਫੋਰਮੈਂਸ ਦਾ ਇੱਕ ਹੋਰ ਆਸਪੈਕਟ ਹੈ ਜਿਹੜਾ ਕਿ ਸੜਕਾਂ ਦੇ ਉੱਤੇ ਕੀਤਾ ਜਾਂਦਾ, ਗਲੀਆਂ ਦੇ ਵਿੱਚ ਕੀਤਾ ਜਾਂਦਾ। ਇਹ 47 'ਚ ਜਿਹੜੀ ਪਰਫੋਰਮੈਂਸ ਹੋਈ, ਇਹ ਉਹੀ ਪਰਫੋਰਮੈਂਸ ਸੀ ਜਿਹੜੀ ਕਿ ਪਹਿਲਾਂ ਲੋਕ ਬੈਟਲ ਫੀਲਡ 'ਚ ਕਰਦੇ ਸੀਗੇ, ਫਿਰ ਉਹੀ ਮਰਦਾਨ ਵੀ ਲੋਕਾਂ ਨੇ ਗਲੀਆਂ ਦੇ ਵਿੱਚ ਅਤੇ ਸੜਕਾਂ ਦੇ ਵਿੱਚ ਕੀਤੀ। ਅਤੇ ਉਸਦਾ ਮੈਕਸੀਮਮ ਖਾਮਿਆਜ਼ਾ, ਮੈਕਸੀਮਮ ਕੀਮਤ ਹੈ ਜਿਹੜੀ ਔਰਤ ਨੂੰ ਚੁਕਾਉਣੀ ਪੈਂਦੀ ਹੈ, ਆਪਣੇ ਸਰੀਰ ਦੇ ਉੱਤੇ ਅਤੇ ਆਪਣੇ ਮਾਇੰਡ ਦੇ ਉੱਤੇ। ਪਾਰਟੀਸ਼ਨ ਦਾ ਮੈਕਸੀਮਮ ਟਰੋਮਾ ਜਿਹੜਾ ਹੈ ਉਹ ਔਰਤ ਨੇ ਭੁਗਤਿਆ। ਅਤੇ ਇੱਕ ਕਹਾਣੀ ਹੈ ਰਜਿੰਦਰ ਸਿੰਘ ਬੇਦੀ ਦੀ ਲਾਜਵੰਤੀ। ਉਸ ਕਹਾਣੀ 'ਚ ਉਹ ਔਰਤ ਜਿਹਨੂੰ ਕਿ ਹਿੰਦੂ ਔਰਤ ਜਿਹੜੀ ਸ਼ਾਇਦ ਅਗਵਾ ਹੋ ਗਈ ਸੀਗੀ, ਉਹਨੂੰ ਕਿਡਨੈਪ ਕਰਕੇ ਲੈ ਗਏ ਸੀਗੇ, ਉਹਦਾ ਹਸਬੈਂਡ ਨੂੰ ਵਾਪਸ ਕਬੂਲ ਤਾਂ ਕਰ ਲੈਂਦਾ, ਲੇਕਿਨ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਪਹਿਲੀ ਵਰਗੀ ਰਵਾਨਗੀ ਨਹੀਂ ਰਹਿੰਦੀ। ਪਹਿਲਾਂ ਉਹਦਾ ਹਸਬੈਂਡ ਬਾਰ ਬਾਰ ਉਹਨੂੰ ਝਿੜਕਦਾ ਰਹਿੰਦਾ ਸੀਗਾ, ਬੋਲਦਾ ਰਹਿੰਦਾ ਸੀਗਾ, ਡਾਂਟਦਾ ਰਹਿੰਦਾ ਸੀਗਾ, ਹੁਣ ਉਹਨੂੰ ਝਿੜਕਦਾ ਨਹੀਂ ਉਹਦਾ ਹਸਬੈਂਡ, ਉਹਦੀ ਹਰ ਗੱਲ ਮੰਨਦਾ। ਅਤੇ ਲਾਜਵੰਤੀ ਚਾਹੁੰਦੀ ਹੈ ਕਿ ਉਹਦਾ ਘਰਵਾਲਾ ਦੁਬਾਰਾ ਉਹਨੂੰ ਝਿੜਕੇ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਕਰਦਾ ਹੁੰਦਾ ਸੀਗਾ। ਜਦੋਂ ਜਦੋਂ ਲਾਜਵੰਤ ਔਰਤ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਪੁੱਛ ਕਿ ਮੈਂ ਜਦੋਂ ਉਸ ਗੈਰ ਮਰਦ ਦੇ ਨਾਲ ਸੀ ਤਾਂ ਕੀ ਮਹਿਸੂਸ ਕਰ ਰਹੀ ਸੀ, ਉਹਦਾ ਘਰਵਾਲਾ ਨਹੀਂ ਪੁੱਛ ਰਿਹਾ। ਜਦੋਂ ਗੱਲ ਛੇੜਦੀ ਹੈ ਉਹਦਾ ਘਰਵਾਲਾ ਇੱਕ ਖਾਮੋਸ਼ੀ ਇਖਤਿਆਰ ਕਰ ਲੈਂਦਾ। ਇਹ ਖਾਮੋਸ਼ੀ ਹੈ ਕਿਉਂਕਿ ਅਸੀਂ ਇੱਜ਼ਤ ਦੀ, ਔਨਰ ਦੀ ਇੱਕ ਨੋਸ਼ਨ ਹੈ ਜਿਹੜੀ ਔਰਤ ਦੇ ਸਰੀਰ ਦੇ ਨਾਲ ਅਟੈਚ ਕੀਤੀ ਹੋਈ ਹੈ, ਉਹ ਪੈਟਰੀਆਰਕਲ ਵੀ ਹੈ, ਉਹ ਫਿਊਡਲ ਵੀ ਹੈ। ਅਤੇ ਉਰਵਸ਼ੀ ਬੁਟਾਲੀਆ, ਰਿਤੂ ਮੈਨਨ, ਇਹਨਾਂ ਲੋਕਾਂ ਨੇ ਇਸੇ ਖਾਮੋਸ਼ੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ 'ਚ ਬੜੀ ਖੂਬਸੂਰਤ ਫਿਲਮ ਬਣੀ ਸੀ ਖਾਮੋਸ਼ ਖਾਨੇ, ਉਹ ਇਸੇ ਖਾਮੋਸ਼ੀ ਦੇ ਪਿੱਛੇ
ਜਿਹੜਾ ਅੰਦਰ ਸ਼ੋਰ ਹੈ ਉਸ ਸ਼ੋਰ ਨੂੰ ਬਾਹਰ ਲੈ ਕੇ ਆ ਜਾਈਏ। ਇਹ ਜਿਹੜੇ ਨਾਟਕ ਨੇ ਪੰਜਾਬੀ ਦੇ ਜਿਹੜੇ ਸਾਨੂੰ ਮਿਲ ਰਹੇ ਨੇ ਮੈਕਸੀਮਮ, ਇਹ ਸਭ ਔਰਤ ਦੇ ਥਰੂ ਪਾਰਟੀਸ਼ਨ ਦੀ ਵਾਇਲੈਂਸ ਨੂੰ, ਪਾਰਟੀਸ਼ਨ ਦੇ ਟਰੋਮਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਮੈਂ ਪਾਲੀ ਭੁਪਿੰਦਰ ਦੇ ਨਾਟਕ ਜਦੋਂ ਮੈਂ ਸਿਰਫ ਔਰਤ ਹੁੰਦੀਆਂ ਦੀ ਗੱਲ ਕਰਾਂ ਤੇ ਇਹ ਸਿਰਫ ਪਾਰਟੀਸ਼ਨ ਦਾ ਪਲੇਅ ਨਹੀਂ ਹੈ, ਸਿਚੁਏਸ਼ਨ ਪਾਰਟੀਸ਼ਨ ਦੀ ਹੈ, ਸੈਟਿੰਗ ਪਾਕਿਸਤਾਨ ਵਾਲੇ ਇਲਾਕੇ ਦੀ ਹੈ। ਇੱਕ ਹਿੰਦੂ ਫੈਮਿਲੀ ਹੈ ਜਿਹੜੀ ਕਿ ਆਪਣੀ ਜਾਨ ਬਚਾ ਕੇ ਆਪਣੇ ਮੁਸਲਮਾਨ ਕਾਮਿਆਂ ਦੇ ਘਰ ਆ ਕੇ ਰੁਕ ਰਹੀ ਹੈ ਅਤੇ ਉਹਨਾਂ ਨੂੰ ਇਹ ਕਹਿ ਰਹੀ ਹੈ ਕਿ ਅੱਜ ਦੀ ਰਾਤ ਸਾਨੂੰ ਇੱਥੇ ਰੁਕ ਲੈਣ ਦਿਓ, ਸਵੇਰੇ ਆਦਮੀ ਆ ਜਾਏਗੀ, ਅਸੀਂ ਮਿਲਟਰੀ ਦੇ ਨਾਲ ਚੱਲੇ। ਉਹਨਾਂ ਦਾ ਇੱਕ ਲੜਕਾ ਹੈ ਜਿਹਦੇ ਸਿਰ 'ਤੇ ਖੂਨ ਸਵਾਰ ਹੈ, ਕਿਉਂ? ਕਿਉਂਕਿ ਉਹਨਾਂ ਦੀ ਭੈਣ ਦੇ ਨਾਲ ਜੋ ਅੰਮ੍ਰਿਤਸਰ 'ਚ ਹੋਇਆ ਉਹ ਉਹਦਾ ਬਦਲਾ ਲੈਣਾ ਚਾਹੁੰਦਾ। ਅਤੇ ਬਾਲੀ ਆਲਰੇਡੀ ਇਸ਼ਾਰਾ ਕਰ ਰਿਹਾ ਕਿ ਜੋ ਕੁਛ ਉੱਥੇ ਹੋ ਰਿਹਾ ਪਾਕਿਸਤਾਨ ਵਾਲੀ ਸਾਈਡ, ਉਹ ਸੇਮ ਚੀਜ਼ਾਂ ਇੰਡੀਆ ਵਾਲੀ ਸਾਈਡ ਹੋ ਚੁੱਕੀ ਹੈ। ਲੇਕਿਨ ਪਲੇ ਦਾ ਫੋਕਸ ਜ਼ਿਆਦਾ ਔਰਤਾਂ ਦੇ ਉੱਪਰ ਹੈ। ਉਸ ਸਿਚੁਏਸ਼ਨ ਦੇ ਅੰਦਰ ਉਸ ਕਾਮਿਆਂ ਦਾ ਜਿਹੜਾ ਮੁੰਡਾ ਹੈ, ਨੌਜਵਾਨ ਆਦਮੀ, ਉਹਨੇ ਸ਼ਰਤ ਰੱਖਦੀ ਹੈ ਕਿ ਜੇ ਤੁਸੀਂ ਸਾਡੇ ਘਰ ਅੱਜ ਦੀ ਰਾਤ ਸ਼ਰਨ ਲੈਣੀ ਹੈ ਤਾਂ ਜਾਂ ਤਾਂ ਰਾਜ ਜਿਹੜਾ ਕੈਰੈਕਟਰ ਹੈ ਉਹਨੂੰ ਕਹਿ ਰਹੇ ਜਾਂ ਤਾਂ ਆਪਣੀ ਭੈਣ ਮੈਨੂੰ ਦੇ ਦੇ ਜਾਂ ਤਾਂ ਆਪਣੀ ਬੀਵੀ ਮੈਨੂੰ ਦੇ ਦੇ, ਜੋ ਉਹਦੀ ਮਾਂ ਕਾਮਿਆਂ ਦੀ ਮਾਂ ਨੇ ਜੋ ਸ਼ਰਤ ਰੱਖੀ। ਰਾਜ ਦੇ ਅੱਗੇ ਸਵਾਲ ਪੈਦਾ ਹੋ ਗਿਆ ਕਿ ਹੁਣ ਉਹ ਆਪਣੀ ਭੈਣ ਦੀ ਕੁਰਬਾਨੀ ਦੇਵੇ ਕਿ ਆਪਣੀ ਬੀਵੀ ਦੀ ਕੁਰਬਾਨੀ ਦੇਵੇ। ਤਾਂ ਆਪਣੀ ਬੀਵੀ ਨੂੰ ਕਹਿੰਦਾ ਕਿ ਤੂੰ ਅੱਜ ਦੀ ਰਾਤ ਇਸ ਮੁਸਲਮਾਨ ਆਦਮੀ ਦੇ ਨਾਲ ਰਹਿ ਲੈ, ਸਵੇਰੇ ਮਿਲਟਰੀ ਆਏਗੀ ਅਤੇ ਮੈਂ ਤੈਨੂੰ ਇੱਥੋਂ ਛੁਡਵਾ ਕੇ ਲੈ ਜਾਊਂ। ਤੁਹਾਡੀ ਬੀਵੀ ਉੱਥੇ ਸਵਾਲ ਖੜ੍ਹਾ ਕਰਦੀ ਹੈ ਕਿ ਸ਼ਾਇਦ ਖੂਨ ਇੱਥੇ ਖੂਨ ਦਾ ਰੰਗ ਜਿਹੜਾ ਪਾਣੀ ਦਾ ਗਾੜਾ ਹੋਣਾ ਸ਼ੁਰੂ ਹੋ ਗਿਆ, ਕਿ ਇੱਕ ਮਰਦ ਇੱਕ ਆਪਣੀ ਬੀਵੀ ਦੀ ਕੁਰਬਾਨੀ ਦੇਣ ਨੂੰ ਤਿਆਰ ਹੈ ਪਰ ਆਪਣੀ ਭੈਣ ਦੀ ਕੁਰਬਾਨੀ ਨਹੀਂ ਦੇ ਸਕਦਾ। ਇਹ ਨਹੀਂ ਉਹ ਸੋਚ ਰਿਹਾ ਕਿ ਜਿਹੜੀ ਉਹਦੀ ਬੀਵੀ ਹੈ ਉਹ ਕਿਸੇ ਹੋਰ ਦੀ ਭੈਣ ਨਹੀਂ ਹੈ। ਪਾਲੀ ਭੁਪਿੰਦਰ ਮੇਰੇ ਹਿਸਾਬ ਦੇ ਨਾਲ ਇਸ ਪਾਰਟੀਸ਼ਨ ਦੇ ਕੋਂਟੈਕਸਟ ਦੇ ਅੰਦਰ ਸਿਰਫ ਪਾਰਟੀਸ਼ਨ ਦੇ ਹੀ ਵਾਇਲੈਂਸ ਨੂੰ ਨਰੇਟ ਉਹਦਾ ਡਰਾਮਾ ਨਹੀਂ ਸਾਡੇ ਅੱਗੇ ਪੇਸ਼ ਕਰ ਰਿਹਾ, ਉਸ ਕੋਂਟੈਕਸਟ ਦੇ ਅੰਦਰ ਸਾਡੇ ਰਿਸ਼ਤਿਆਂ ਦੇ ਉੱਪਰ ਬਹੁਤ ਬਹੁਤ ਸ਼ਾਰਪ ਅਤੇ ਕ੍ਰਿਟੀਕਲ ਕੋਮੈਂਟ ਦੇ ਰਿਹਾ ਕਿ ਇਸ ਮਰਦ ਪ੍ਰਧਾਨ ਸਮਾਜ ਦੇ ਅੰਦਰ ਬੀਵੀ ਹਮੇਸ਼ਾ ਬੇਗਾਨੀ ਰਹਿੰਦੀ ਹੈ ਅਤੇ ਭੈਣ ਹਮੇਸ਼ਾ ਸਗੀ ਨਿਕਲਦੀ ਹੈ, ਬੇਗਾਨੀ ਲੜਕੀ ਭਾਵੇਂ ਤੁਹਾਡੀ ਬੀਵੀ ਕਿਉਂ ਨਾ ਬੋਲਦੇ। ਅਤੇ ਇਹਨੂੰ ਇੱਕ ਹੋਰ ਨਜ਼ਰੀਏ ਤੋਂ ਇਸ ਪਲੇਅ ਨੂੰ ਦੇਖਿਆ ਜਾ ਸਕਦਾ। ਜਿਹੜਾ ਪਲੇਅ ਇੱਕ ਬਹੁਤ ਖੁੱਲ੍ਹ ਕੇ ਸਾਹਮਣੇ ਆਉਂਦਾ ਅਤੇ ਬਹੁਤ ਵੱਡਾ ਨਾਟਕ ਬਣ ਜਾਂਦਾ ਸਾਡੇ ਸਾਹਮਣੇ, ਉਹ ਹੈ ਸਵਰਾਜ ਬੀਰ ਦਾ ਪੁਲ ਸਿਰਾਤ। ਪੁਲ ਸਿਰਾਤ ਇੱਕ ਜੋ ਇਸਲਾਮਿਕ ਕਲਚਰ ਟੂ ਮੈਟਾਫਰ ਹੈ, ਪੁਲ ਹੈ ਜਿਹੜਾ ਕਿ ਬਾਲ ਨਾਲੋਂ ਵੀ ਪਤਲਾ ਹੈ ਅਤੇ ਤਲਵਾਰ ਨਾਲੋਂ ਵੀ ਤਿੱਖਾ ਹੈ, ਜਿਹਦੇ 'ਤੇ ਕ੍ਰੋਸ ਕਰਕੇ ਹਰ ਇੱਕ ਇਨਸਾਨ ਨੂੰ ਜਾਣਾ। ਹੁਣ ਇਸ ਨਾਟਕ ਦੇ ਅੰਦਰ ਇੱਕ ਜੱਸਾ ਨਾਮ ਦਾ ਕੈਰੈਕਟਰ ਹੈ ਜਿਹੜੀ ਕਿ ਜੋ ਕਿ ਮੁਸਲਮਾਨ ਔਰਤ ਫੱਜਾਂ ਨੂੰ ਫਸਾਦਾਂ ਦੇ ਦਿਨਾਂ 'ਚ ਕਿਡਨੈਪ ਕਰਕੇ ਲਿਆਉਂਦਾ, ਉਹ ਉਦਾਬੀ ਔਰਤ, ਜ਼ਬਰਦਸਤੀ ਉਹਦਾ ਧਰਮ ਚੇਂਜ ਹੁੰਦਾ ਹੈ, ਉਹਨੂੰ ਸਰਦਾਰ ਬਣਾਇਆ ਜਾਂਦਾ ਲੜਕੀ ਨੂੰ, ਜੱਸੇ ਦੇ ਨਾਲ ਉਹਦਾ ਵਿਆਹ ਹੁੰਦਾ ਹੈ, ਉਹਦੇ ਬਾਲ ਬੱਚੇ ਹੁੰਦੇ ਨੇ, ਜੱਸੇ ਦੇ ਜੱਸੇ ਅਤੇ ਫੱਜਾਂ ਦੇ ਹੁੰਦੇ ਨੇ, ਫੱਜਾਂ ਦਾ ਨਵਾਂ ਨਾਮ ਪ੍ਰਨਾਮ ਕੌਰ ਰੱਖਿਆ ਜਾਂਦਾ। ਪਿੰਡ ਦੇ ਮਿਡਲ ਨਾਟਕ ਦੇ ਮਿਡਲ 'ਚ ਆ ਕੇ ਜੱਸੇ ਦੇ ਅੰਦਰ ਇੱਕ ਇਨਸਾਨੀਅਤ ਦੁਬਾਰਾ ਜਾਗਦੀ ਹੈ ਅਤੇ ਉਹ ਗਿਲਟੀ ਫੀਲ ਕਰਦਾ ਕਿ ਉਹਨੇ ਜੋ ਕੁਛ ਫੱਜਾਂ ਨਾਲ ਕੀਤਾ ਅਤੇ ਜੋ ਕੁਛ ਉਹਨਾਂ ਲੋਕਾਂ ਦੇ ਨਾਲ ਕੀਤਾ ਉਹ ਗਲਤ ਸੀਗਾ। ਜਾਤ ਦਾ ਨੀਵੀਂ ਜਾਤ ਦਾ ਹੈ, ਉਹ ਮਿਸਤਰੀਆਂ ਦਾ ਕੰਮ ਕਰਦਾ ਹੈ, ਉਹਦੇ ਭਰਾ ਤਰਖਾਨਾ ਅਤੇ ਲੁਹਾਰਾਂ ਦੇ ਕੰਮ ਕਰਦੇ ਨੇ, ਉਸ ਰਾਮਗੜੀਆ ਦਾ ਜਾਤ ਦੀ ਫੈਮਿਲੀ ਹੈ, ਪਰ ਉਹਦੇ ਤਰਖਾਨਾ ਦੇ ਨਾਲ ਨਾਲ ਇਹ ਲੋਕ ਦੂਸਰੇ ਕੰਮ ਵੀ ਕਰ ਰਹੇ ਨੇ। ਪਰ ਇਹ ਪਲੇਅ ਜਦੋਂ ਖਤਮ ਹੁੰਦਾ ਤੇ 47 ਦੇ ਕੰਟੈਕਸਟ 'ਚ ਇਹ ਪਲੇਅ ਨਹੀਂ ਖਤਮ ਹੋ ਗਿਆ, ਇਹ ਪਲੇਅ ਜਦੋਂ ਖਤਮ ਹੁੰਦਾ ਤੇ 1980s ਪੀਰੀਅਡ ਪਲੇਅ ਦੇ ਅੰਦਰ ਵੀ ਆ ਚੁੱਕਾ। ਉਹ ਔਰਤ ਫੱਜਾਂ ਜਿਹਦਾ ਨਾਮ ਹਰਨਾਮ ਕੌਰ ਰੱਖਦਾ ਹੈ, ਉਹਦੇ 2 ਬੱਚੇ ਹੋਏ ਨੇ, ਬੱਚਿਆਂ ਦਾ ਵੀ ਉਹਨੇ ਸਿੱਖ ਸਰਦਾਰਾਂ ਵਾਲੇ ਸਿੱਖ ਨੇਮਸ ਰੱਖੇ ਹੋਏ ਨੇ, ਪਰ ਆਪਣੇ ਦਿਲ ਦੇ ਅੰਦਰ ਕਿਤੇ ਨਾ ਕਿਤੇ ਉਹ ਮੁਸਲਮਾਨ ਰਹਿੰਦੀ ਹੈ ਸਾਰੀ ਜ਼ਿੰਦਗੀ। ਇਹ ਜਿਹੜਾ ਕੌਨਫਲਿਕਟ ਹੈ ਕਿ ਉਹਦਾ ਦਿਲ ਅੰਦਰੋਂ ਰੂਹ ਅੰਦਰੋਂ ਕੁਛ ਹੋਰ ਸੀ, ਹਾਲਾਤਾਂ ਦੇ ਮਜਬੂਰ ਹੋ ਕੇ ਉਹਨੂੰ ਕੁਛ ਹੋਰ ਜ਼ਿੰਦਗੀ ਜੀਣੀ ਪਈ, ਇਹ ਦੋਵਾਂ ਦੇ ਚੀਜ਼ ਦਾ ਜਿਹੜਾ ਕੌਨਫਲਿਕਟ ਹੈ
उस औरत नूं पागल बना दिंदा। वो औरत नाटक दे एंड विच पागलां दी तरह सड़कां दे घूमदी है ते अपने बच्चियां नूं कदी सिख नाम दे नाल बुलाउंदी है ते कदी मुसलमान इस्लामिक नाम दे नाल बुलाउंदी है। कदी अपने उन्हां मरे हुए भराउआं नूं याद करदी है जिहड़े जस्सां नहीं मरे सी बंदे घर वाले नूं मारे सी। पर वो औरत ऑलमोस्ट बेघर हो चुकी है। वो ना सिख है ना मुसलमान है, दोवां दी सताई हुई है। तो उनका मुंडा, क्योंकि सारे पिंड वाले कितना किसी तरह के ताने मेहने उन्होंने मार रहे थे, उनका मुंडा प्ले के आखिर जाके किसी बाबे के डेरे ज्वाइन कर लेंदा। तो इशारा करता है कि उत्थे नाल उन्हें हथियार भी पकड़े हुए हैं। तो बेटा अपनी माँ को आके कहता है कि हूँ तेनों कोई इतने परेशान नहीं करेगा, क्योंकि मेरे को 47 है, 41 है मेरे को 41। 1980 के दहाके पंजाब ऑलमोस्ट एक मुहावरा बन गया 41। उनकी माँ को नहीं पता कि 41 की है, उनकी माँ को 41 पता कि 47 की सी। उन्हें बार बार कह रहे कि 47 छड़ दे, 47 चंगी चीज नहीं होगी। स्वराज भीर ने दो हिस्टोरिकल मूवमेंट्स नो इको प्ले के अंदर पाके पंजाब दे पंजाबियों के अगे उ सवाल खड़े करते हैं जो पंजाबियों ने 47 देखे। औरतों के नाल जो कुछ हो रहा है उस पॉइंट ऑफ व्यू नाल ये प्ले सानू दिखा रहे। ये प्ले कम्यूनल वायलेंस के उपर भी बड़ा शार्प कॉमेंट है। ये प्ले नाल दी नाल औरत दे नाल जो कुछ हुंदा उनके उत्ते भी बहुत शार्प कॉमेंट कर रहा है। कपूर सिंह को मंदा प्ले है उदाली हुई कुड़ी। एक प्ले है शाहिद नदीम उन्होंने दुख दरिया। एक प्ले हरसरन सिंह का एक विचारी मां। तीनों नाटक औरतों को लेकर लिखे गए। उदाली हुई कुड़ी एक ऐसे औरत की कहानी है जिन्हों किडनैप किया हुआ सीगा। वो हम रह रही है सिख फैमिली अपने बच्चों के नाल। तो पाकिस्तान के फौजी आ जाते हैं, सरकारी अफसर आ जाते हैं कि तू मुसलमान है तो तेनों उधर पाकिस्तान जाना पड़ेगा क्योंकि तेरी फैमिली उधर उधर उनके उधर भी बच्चे से। ये माँ इस तरह की हालत एक बेचारी माँ से हूँ। उदाली हुई कुड़ी जो तो पुलिस लैन आती है उस औरत को छुपाया जाता है। वो जिस औरत कारण उन्हें छुपाते हैं है सरदार, पर वो भी किसी टाइम किडनैप ही हुई सी। मतलब कि तुसी किस किस औरत का केस सुलझाओगे। एक बेचारी माँ च इस सिचुएशन है जो मैं पहला दस रहा सीगा कि उनके दो बच्चे पाकिस्तान च ने, दो बच्चे हिंदुस्तान च ने, तो औरत कितने जाए। जे वो हिंदुस्तान छड़ के पाकिस्तान अपने बच्चों को जाती है तो इतने दो जोड़े बच्चे ने वो उनके को जा रहे। जे वो कह रही है कि नहीं मैं हिंदुस्तान से रहना है तो जोड़े पाकिस्तान उनके बच्चे ने वो खुश रहने उनके को। ये औरत दोनों ही हालातों के अंदर वंडी गई। ये माँ दोनों ही हालातों के अंदर डिवाइडेड। तो इस औरत की जी मौत है वह घर की दहलीज से होंगी कि जो दहलीज क्रॉस कर लगती उनका पैर अटकता है गिरती है सिर के पार तो उठे उनकी मौत होंगी क्योंकि इनका कोई सल्यूशन नहीं है। शायद इनकी डैथ एक सिंबल है सानू यह समझने वास्ते कि यह सिचुएशन का कोई साढ़े को सल्यूशन नहीं है। जी सिचुएशन जोड़े हालात 47 पैदा हो गए थे तो जोड़े हालात दोबारा 1980s पैदा हो रहे हैं ये होर कुछ नहीं करेगा। उस ट्रैजडी रिपीट करवाएगा जिड़ी ट्रैजडी ऑलरेडी 47 हो चुकी है। इंसान मरणगे, इंसान दोबारा अपने घर छड़नगे, दोबारा इंसानियत का कतल होएगा, दोबारा पंजाब के कल्चर का कतल होगा। तो यह कुछ होया। ये सब नाटक ने इस सवाल साढ़े सामने खड़े किए। दुख दरिया ऐसा खूबसूरत प्ले है जिहड़ी कैसी औरत की कहानी है जिन्हों मैरिज के विचों बच्चा नहीं हो रहा, उनका हसबेंड कहता है कि तेनों कोई प्रॉब्लम है जोड़ा कि आम जनरली साढ़े मर्द प्रधान समाज के अंदर एक सोच रही है। वो औरत द बर्थ पाकिस्तान है, हिंदुस्तान पाकिस्तान बनते ने, वन के अंदर कोई पुलिस वालों का रेप करता है, वो प्रैगनेंट होंगी है, उनकी बेटी है जी हिंदुस्तान पैदा हो।
ਹੁਣ ਨਵੀਆਂ ਸਰਕਾਰਾਂ ਨਵੇਂ ਨੇਸ਼ਨ ਸਟੇਟਸ ਆਪਣੇ ਆਪਣੇ ਲੋਕ ਵੰਡ ਰਹੇ ਨੇ ਅਤੇ ਜਦੋਂ ਇਹ ਲੋਕ ਵੰਡੇ ਜਾ ਰਹੇ ਨੇ ਅਤੇ ਮਾਵਾਂ ਵੀ ਵੰਡੀਆਂ ਜਾ ਰਹੀਆਂ ਇਸ ਮਾਂ ਨੂੰ ਪਰਮਿਸ਼ਨ ਮਿਲ ਜਾਂਦੀ ਹੈ ਪਾਕਿਸਤਾਨ ਜਾਣ ਵਾਸਤੇ ਪਰ ਉਹਦੀ ਬੇਟੀ ਨੂੰ ਪਰਮਿਸ਼ਨ ਨਹੀਂ ਮਿਲਦੀ ਕਿਉਂਕਿ ਉਹਦਾ ਜਨਮ ਹਿੰਦੁਸਤਾਨ 'ਚ ਹੋਇਆ ਉਹ ਬੇਟੀ ਹਿੰਦੁਸਤਾਨੀ ਹੈ ਮਾਂ ਉਹਦੀ ਪਾਕਿਸਤਾਨ ਦੀ ਹੈ ਤੋ ਇਸ ਪ੍ਰੋਬਲਮ ਦਾ ਹੱਲ ਬਿਊਰੋਕ੍ਰੇਸੀ ਨਹੀਂ ਸਮਝੇਗੀ ਇਸ ਸਮੱਸਿਆ ਨੂੰ ਅਸੀਂ ਨੇਸ਼ਨ ਸਟੇਟ ਦੇ ਫਰੇਮ 'ਚ ਰਹਿ ਕੇ ਵੀ ਨਹੀਂ ਸਮਝ ਸਕਦੇ ਸਿਟੀਜ਼ਨਸ਼ਿਪ ਦਾ ਸਵਾਲ ਹੈ ਕਿ ਕੌਣ ਕਿੱਥੋਂ ਦਾ ਸਿਟੀਜ਼ਨ ਹੈ ਮੰਟੋ ਨੇ ਖੂਬਸੂਰਤੀ ਦੇ ਨਾਲ ਜੋ ਟੋਬਾ ਟੇਕ ਸਿੰਘ ਦੇ ਅੰਦਰ ਸਾਨੂੰ ਪਾਗਲਖਾਨੇ ਦਾ ਮੈਟਾਫਰ ਦਿੱਤਾ ਹੈ ਕਿ ਪੂਰੀ ਤਾਂ ਪੂਰੀ ਵੰਡ ਦਾ ਆਈਡੀਆ ਹੀ ਇੱਕ ਪਾਗਲਪਨ ਸੀ ਜੋ ਲੋਕ ਪਾਗਲਖਾਨੇ ਦੇ ਬਾਹਰ ਬੈਠੇ ਨੇ ਪਾਗਲ ਉਹ ਨੇ ਪਾਗਲਖਾਨੇ ਦੇ ਅੰਦਰ ਬੈਠੇ ਪਾਗਲਾਂ ਨੂੰ ਪਤਾ ਹੈ ਕਿ ਇਹ ਕੰਮ ਜੋ ਹੋ ਰਿਹਾ ਠੀਕ ਨਹੀਂ ਹੋ ਰਿਹਾ ਲੇਕਿਨ ਜਿਹੜੇ ਜ਼ਹੀਨ ਲੋਕ ਸਿਆਣੇ ਲੋਕ ਸਮਝਦਾਰ ਲੋਕ ਬਾਹਰ ਬੈਠੇ ਸਿਆਸਤ ਕਰ ਰਹੇ ਨੇ ਮੁਲਕਾਂ ਦੀ ਤਕਦੀਰ ਦਾ ਫੈਸਲਾ ਕਰ ਰਹੇ ਨੇ ਲੋਕਾਂ ਦੀ ਤਕਦੀਰਾਂ ਦਾ ਫੈਸਲਾ ਕਰ ਰਹੇ ਨੇ ਉਹਨਾਂ ਸਿਆਣੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਕਿਸੇ ਇਨਸਾਨ ਨੂੰ ਪੁੱਟ ਕੇ ਦੂਜੀ ਜਗ੍ਹਾ ਲਗਾ ਦਿਉ ਕਿਉਂਕਿ ਜੀ ਇਹ ਨਵਾਂ ਮੁਲਕ ਬਣ ਗਿਆ ਤੁਹਾਡਾ ਆਪਣੀ ਜ਼ਮੀਨ ਦੇ ਨਾਲ ਕੋਈ ਤਾਲੁਕ ਨਹੀਂ ਰਿਹਾ ਜਿੱਥੋਂ ਤੁਸੀਂ 500 ਸਾਲ ਪਹਿਲਾਂ ਤੋਂ ਰਹਿ ਰਹੇ ਹੋ ਤੁਹਾਡੇ ਦਾਦੇ ਪੜਦਾਦੇ ਬਜ਼ੁਰਗ ਪੁਰਾਣੇ ਬਜ਼ੁਰਗ ਸਭ ਉਸੇ ਜ਼ਮੀਨ ਦੇ ਰਹਿਣ ਵਾਲੇ ਸੀਗੇ ਸਡਨਲੀ ਉਹ ਜ਼ਮੀਨ ਤੁਹਾਡੀ ਬੇਗਾਨੀ ਹੋ ਜਾਂਦੀ ਤੁਹਾਡਾ ਆਪਣਾ ਵਤਨ ਹੈ ਜਿਹੜਾ ਤੁਹਾਡੀ ਆਪਣਾ ਪਿੰਡ ਹੈ ਜਿਹੜਾ ਤੁਹਾਡਾ ਆਪਣਾ ਘਰ ਹੈ ਜਿਹੜਾ ਤੁਹਾਡਾ ਜਿਹੜਾ ਹੋਮ ਹੈ ਉਹ ਤੁਹਾਡਾ ਨਹੀਂ ਰਹੇਗਾ ਅਤੇ ਤੁਹਾਨੂੰ ਜਾ ਕੇ ਹੁਣ ਨਵੀਂ ਜਗ੍ਹਾ ਵਸਣਾ ਪਵੇਗਾ ਇਹ ਉਸੇ ਪਾਗਲਪਨ ਨੂੰ ਦਰਸਾ ਰਿਹਾ ਦੁੱਖ ਦਰਿਆ ਵੀ ਅਤੇ ਟੋਬਾ ਟੇਕ ਸਿੰਘ ਵੀ ਲੇਕਿਨ ਦੁੱਖ ਦਰਿਆ ਇਹ ਦਿਖਾ ਰਿਹਾ ਕਿ ਔਰਤਾਂ ਦੇ ਨਾਲ ਇਸ ਪੂਰੇ ਦੇ ਪੂਰੇ ਸਿਚੁਏਸ਼ਨ 'ਚ ਕੀ ਹੋ ਗਿਆ ਪੁਲਿਸ ਰਾਤ ਪਾਗਲ ਔਰਤ ਦਾ ਮੈਟਾਫਰ ਇੱਕ ਵਿਚਾਰੀ ਮਾਂ ਮਾਂ ਦਾ ਦਹਿਲੀਜ਼ 'ਤੇ ਗਿਰਨਾ ਉਦਾਲੀ ਹੋਈ ਕੁੜੀ ਜੇ ਇੱਕ ਨੂੰ ਲੱਭਣ ਜਾਓ ਤਾਂ ਤੁਹਾਨੂੰ ਚਾਰ ਮਿਲਣਗੀਆਂ ਤੁਸੀਂ ਕਿਸ ਕਿਸ ਮਸਲੇ ਦਾ ਹੱਲ ਕੱਢੋਗੇ ਹੱਲ ਇਹ ਨਹੀਂ ਹੈ ਕਿ ਪਾਕਿਸਤਾਨੀਆਂ ਨੂੰ ਮੁਸਲਮਾਨਾਂ ਨੂੰ ਪਾਕਿਸਤਾਨ ਭੇਜ ਦਿਓ ਸਿੱਖਾਂ ਤੋਂ ਹਿੰਦੂਆਂ ਨੂੰ ਹਿੰਦੁਸਤਾਨ ਭੇਜ ਦਿਓ ਇਹ ਉਸੇ ਪਾਗਲਪਨ ਦੀ ਹੀ ਇੱਕ ਐਕਸਟੈਂਸ਼ਨ ਸੀ ਸਾਰੇ ਦੇ ਸਾਰੇ ਨਾਟਕ ਮੈਕਸੀਮਮ ਸਾਨੂੰ ਉਸ ਹੈਵਾਨੀਅਤ ਵੱਲ ਨਜ਼ਰ ਦਰਵਾਉਂਦੇ ਨੇ ਜੋ ਹੈਵਾਨੀਅਤ ਅਸੀਂ ਲੋਕਾਂ ਨੇ 47 ਦੇ ਅੰਦਰ ਦਿਖਾਈ ਜਿਹਨੂੰ ਉਸ ਹੈਵਾਨੀਅਤ ਨੂੰ ਯਾਦ ਕਰਕੇ ਸ਼ਾਇਦ ਅਸੀਂ ਆਪਣੇ ਆਪ ਨੂੰ ਇਨਸਾਨ ਕਹਿਣਾ ਵੀ ਮੁਸ਼ਕਿਲ ਹੈ ਕੁਛ ਪਲੇਸ ਨੇ ਬੇਘਰੇ ਵਰਗੇ ਜਿਹੜੇ ਕਿ ਲੋਕਾਂ ਦੀ ਉਹਨਾਂ ਦਾ ਸਟਰਗਲ ਦਿਖਾ ਰਹੇ ਨੇ ਜਿਹੜੇ ਲੋਕ ਦਿੱਲੀ ਆ ਗਏ ਪਾਰਟੀਸ਼ਨ ਦੇ ਦੌਰਾਨ ਅਤੇ ਆਪਣੇ ਆਪ ਨੂੰ ਰੀਸੈਟਲ ਕਰ ਰਹੇ ਨੇ ਉਹਨਾਂ ਨੂੰ ਕੀ ਕੀ ਦਿੱਕਤਾਂ ਪੇਸ਼ ਆ ਰਹੀਆਂ ਨਾਟਕ ਮੁਨਸ਼ੀ ਖਾਨ ਦਾ ਵਿਚਾਰੀ ਮਾਂ ਇਹ ਐਸੇ ਪਲੇਸ ਨੇ ਜਿਹੜੇ ਕਿ ਨੇਸ਼ਨ ਸਟੇਟ ਦੇ ਆਈਡੀਆ ਨੂੰ ਕੁਐਸਚਨ ਕਰ ਰਹੇ ਕਿ ਤੁਸੀਂ ਜਿਹੜੇ ਲੋਕ ਆਪਣੇ ਆਪ ਨੂੰ ਇੱਕ ਪਿੰਡ ਦੇ ਨਾਲ ਆਈਡੈਂਟੀਫਾਈ ਕਰਦੇ ਸੀਗੇ ਉਹ ਸਡਨਲੀ ਇੱਕ ਨਵੀਂ ਕੈਟੇਗਰੀ ਦੇ ਅੰਦਰ ਡਿਫਾਈਨ ਹੋ ਗਏ ਅਤੇ ਉਹਨਾਂ ਦਾ ਆਪਣੀ ਪੁਰਾਣੀ ਰੂਟਸ ਦੇ ਨਾਲ ਆਪਣਾ ਪੁਰਾਣੇ ਕਲਚਰ ਦੇ ਨਾਲ ਆਪਣੇ ਪੁਰਾਣੇ ਸੱਭਿਆਚਾਰ ਦੇ ਨਾਲ ਆਪਣੇ ਗੁਆਂਢੀਆਂ ਦੇ ਨਾਲ ਰਿਸ਼ਤੇ ਕਿਸ ਤਰ੍ਹਾਂ ਤਬਦੀਲ ਹੋ ਦਵਿੰਦਰ ਦਮਨ ਦਾ ਇੱਕ ਨਾਟਕ ਹੈ ਕਾਲਾ ਲਹੂ ਇਹ ਤਿੰਨ ਹਿਸਟੋਰੀਕਲ ਪੀਰੀਅਡਸ ਦੇ ਅੰਦਰ ਇਹ ਪਲੇ ਲਿਖਿਆ ਸੈਟਿੰਗ ਪਹਿਲਾ ਕਲੋਨੀਅਲ ਪੰਜਾਬ ਹੈ ਜਿਹਦੇ ਅੰਦਰ ਕਿ ਇੱਕ ਰੈਵੋਲਿਊਸ਼ਨਰੀ ਹੈ ਜੋ ਕਿ ਆਜ਼ਾਦੀ ਦੀ ਜੰਗ 'ਚ ਆਪਣੀ ਮੁਸਲਮਾਨ ਜਾਨ ਦਿੰਦਾ ਹੈ ਉਹਦੀ ਯਾਦ ਵਿੱਚ ਇੱਕ ਸਿੱਖ ਘਰ ਦੇ ਸਾਹਮਣੇ ਪੇੜ ਲਗਾਉਂਦਾ ਫਿਰ ਪਾਰਟੀਸ਼ਨ ਦਾ ਟਾਈਮ ਪੀਰੀਅਡ ਹੈ ਉੱਥੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਸਰਦਾਰ ਦੇ ਜਿਹੜੇ ਦੋ ਬੱਚੇ ਨੇ ਉਹਨਾਂ 'ਚੋਂ ਇੱਕ ਬੱਚਾ ਉਸ ਮੁਸਲਮਾਨ ਦਾ ਜਿਹੜਾ ਕਿ ਪਹਿਲਾਂ ਮਰਿਆ ਸੀਗਾ ਉਹਨੇ ਆਪਣੇ ਬੱਚਿਆਂ ਦੀ ਤਰ੍ਹਾਂ ਨੂੰ ਪਾਲਿਆ ਅੱਜ ਸਟੇਟ ਦੀ ਮਸ਼ੀਨਰੀ ਆ ਗਈ ਹੈ ਸਰਕਾਰੀ ਅਫਸਰ ਆ ਗਏ ਨੇ ਪੁਲਿਸ ਆ ਗਈ ਹੈ ਪਾਕਿਸਤਾਨ ਤੋਂ ਇਹ ਕਹਿਣ ਕਿ ਮੁਸਲਮਾਨਾਂ ਦਾ ਬੱਚਾ ਤੁਸੀਂ ਪਾਕਿਸਤਾਨ ਭੇਜ ਦਿਓ ਪਿੰਡ ਦੇ ਹੋਰ ਮੁਸਲਮਾਨ ਜਿਹੜੇ ਕਿ ਪਾਕਿਸਤਾਨ ਜਾਣਾ ਚਾਹੁੰਦੇ ਨੇ ਉਹ ਵੀ ਕਹਿ ਰਹੇ ਨੇ ਕਿ ਤੁਸੀਂ ਇਹਨੂੰ ਨਾਲ ਭੇਜ ਦਿਓ ਇਹਦਾ ਹੁਣ ਇਹ ਮੁਸਲਮਾਨ ਬੱਚਾ ਪਿੰਡ ਵਾਲਿਆਂ ਨੂੰ ਪਤਾ ਹੈ ਪਿੰਡ 'ਚ ਨਹੀਂ ਰਹਿ ਸਕਦਾ ਪਿੰਡ ਦੇ ਇਸ ਨਾਟਕ ਦਾ ਜਿਹੜਾ ਥਰਡ ਐਪੀਸੋਡ ਹੈ
1965 ਦੀ ਜੰਗ ਦੇ ਵਿੱਚ 1965 ਦੀ ਜਿਹੜੀ ਜੰਗ ਹੈ ਉਹਦੇ ਵਿੱਚ ਇਹ ਦੋਨੋਂ ਭਰਾ ਇੱਕ ਦੂਜੇ ਦੇ ਸਾਹਮਣੇ ਖੜ੍ਹੇ ਨੇ ਅਤੇ ਜਿਹੜਾ ਪਾਕਿਸਤਾਨ ਚਲਾ ਗਿਆ ਉਹ ਭਰਾ ਆਪਣੇ ਹਿੰਦੁਸਤਾਨ ਵਾਲੇ ਭਰਾ ਨੂੰ ਲੜਾਈ ਦੇ ਵਿੱਚ ਮਾਰਦਾ। ਅਗੇਨ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਜਿਹੜੇ ਲੋਕ ਕਾਫੀ ਸਾਲਾਂ ਤੋਂ ਇਕੱਠੇ ਰਹੇ ਜਿਨ੍ਹਾਂ ਦੇ ਅੰਦਰ ਇੱਕ ਭਾਈਚਾਰਾ ਸੀ ਉਸ ਭਾਈਚਾਰੇ ਨੂੰ ਸਡਨਲੀ ਇੱਕ ਨਵੇਂ ਫਰੇਮ ਦੇ ਅੰਦਰ ਇੱਕ ਨਵਾਂ ਗ੍ਰਿਡ ਦੇ ਦਿੱਤਾ, ਉਸ ਨਵੇਂ ਗ੍ਰਿਡ ਨੇ ਸਾਡੀ ਪਹਿਚਾਣ ਬਦਲਤੀ, ਤੁਹਾਡੀ ਪਹਿਚਾਣ ਬਦਲਤੀ, ਜਿਹੜੇ ਨਾਲ ਦੇ ਲੋਕ ਰਹਿੰਦੇ ਨੇ ਉਹਨਾਂ ਦੀ ਪਹਿਚਾਣ ਬਦਲਤੀ, ਉਹਨਾਂ ਦੇ ਨਾਲ ਰਿਸ਼ਤੇ ਬਦਲ ਗਏ। ਉਹ ਰਿਸ਼ਤੇ ਐਸੇ ਬਦਲੇ ਕਿ ਇਨਸਾਨ ਦੀ ਫਿਤਰਤ ਵੀ ਬਦਲਣੀ ਸ਼ੁਰੂ ਹੋਈ। ਇਹ ਸਾਰੇ ਦੇ ਸਾਰੇ ਪਲੇਜ਼ ਜੇ ਅਸੀਂ ਦੇਖੀਏ, ਚਾਹੇ ਕਮਿਊਨਲ ਵਾਇਲੈਂਸ ਦੇ ਪਲੇਜ਼ ਹੋਣ, ਚਾਹੇ ਉਹ ਔਰਤਾਂ ਦੇ ਉੱਪਰ ਜੋ ਕੁਛ ਹੋਇਆ ਉਹਦੇ ਪਲੇਜ਼ ਹੋਣ, ਜਾਂ ਜਿਹੜੇ ਨੇਸ਼ਨ ਸਟੇਟ ਦਾ ਹਵਾਲਾ ਦੇ ਕੇ ਪਾਰਟੀਸ਼ਨ ਦੇ ਆਈਡੀਆ ਨੂੰ, ਡਿਵੀਜ਼ਨ ਦੇ ਆਈਡੀਆ ਨੂੰ ਕੁਐਸਚਨ ਕਰ ਰਹੇ ਨੇ, ਇਹ ਸਾਰੇ ਦੇ ਸਾਰੇ ਪਲੇਜ਼ ਇੱਕੋ ਹੀ ਸਪਿਰਿਟ ਦੇ ਅੰਦਰ ਲਿਖੇ ਗਏ ਨੇ ਕਿ ਲੋਕਾਂ ਨੂੰ ਅਫਸੋਸ ਹੈ, ਪੰਜਾਬੀ ਦੇ ਨਾਟਕਕਾਰਾਂ ਨੂੰ ਅਫਸੋਸ ਹੈ ਕਿ ਜੋ ਸੰਤਾਲੀ 'ਚ ਹੋਇਆ ਗਲਤ ਹੋਇਆ ਅਤੇ ਇਹ ਦੁਬਾਰਾ ਨਹੀਂ ਹੋਣਾ ਚਾਹੀਦਾ। ਅਤੇ ਮੈਂ ਵਾਪਸ ਉਸੇ ਗੱਲ 'ਤੇ ਆਉਂਦਾ ਜਿਹੜੀ ਮੈਂ ਪਹਿਲਾਂ ਸ਼ੁਰੂ ਕੀਤੀ ਸੀਗੀ ਕਿ ਜਦੋਂ ਅਸੀਂ ਕਮਿਊਨਲ ਵਾਇਲੈਂਸ ਦੀ ਗੱਲ ਕਰੀਏ ਤਾਂ ਬੜਾ ਆਸਾਨ ਹੈ ਕਹਿਣਾ ਕਿ ਜੀ ਪਹਿਲਾਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ, ਅਸੀਂ ਤਾਂ ਫਿਰ ਬਾਅਦ 'ਚੋਂ ਅਸੀਂ ਰੁਕੇ। ਇੱਥੇ ਕਹਾਂਗੇ ਕਿ ਪਹਿਲਾਂ ਮੁਸਲਮਾਨਾਂ ਨੇ ਸ਼ੁਰੂ ਕੀਤਾ, ਮੁਸਲਮਾਨ ਇਹ ਕਹਿਣਗੇ ਕਿ ਪਹਿਲਾਂ ਸਿੱਖਾਂ ਨੇ, ਸਿੱਖਾਂ ਨੇ ਅਤੇ ਹਿੰਦੂਆਂ ਨੇ ਸ਼ੁਰੂ ਕੀਤਾ। ਸਵਾਲ ਇਹ ਨਹੀਂ ਕਿ ਕਿੰਨੇ ਪਹਿਲਾਂ ਸ਼ੁਰੂ ਕੀਤਾ ਅਤੇ ਕਿੰਨੇ ਜਵਾਬ ਦਿੱਤਾ, ਅਸਲੀ ਸਵਾਲ ਇਹ ਹੈ ਕਿ ਇਹ ਹੋਇਆ ਕਿਉਂ ਅਤੇ ਜੋ ਵੀ ਹੋਇਆ ਉਹ ਗਲਤ ਹੋਇਆ ਸੀ। ਇਹ ਸਾਰੇ ਦੇ ਸਾਰੇ ਨਾਟਕ ਕਿਤੇ ਨਾ ਕਿਤੇ ਸਾਨੂੰ ਉਸੇ ਚੀਜ਼ ਵੱਲ ਇਸ਼ਾਰਾ ਕਰ ਰਹੇ ਨੇ ਕਿ ਇਹਦਾ ਨੁਕਸਾਨ ਸਭ ਤੋਂ ਜ਼ਿਆਦਾ ਕਿਸ ਨੂੰ ਉਠਾਉਣਾ ਪਿਆ। ਇਸ ਦਾ ਨੁਕਸਾਨ ਸਭ ਤੋਂ ਜ਼ਿਆਦਾ ਪੰਜਾਬ, ਸਰਟਨਲੀ ਪੰਜਾਬ ਦੇ ਕਲਚਰ ਨੂੰ ਹੋਇਆ। ਬੰਗਾਲ ਦੀ ਪਾਰਟੀਸ਼ਨ ਹੋਈ, ਪੰਜਾਬ ਦੀ ਪਾਰਟੀਸ਼ਨ ਹੋਈ, ਪੰਜਾਬ ਦਾ ਜਿਹੜਾ ਕਲਚਰ ਸੀ ਕਿੱਥੇ ਬਾਬਾ ਨਾਨਕ ਸਾਰਿਆਂ ਦਾ ਸਾਂਝਾ, ਉਹਨੂੰ ਗੁਰੂ ਨਾਨਕ ਦੇਵ ਕਹੋ, ਬਾਬਾ ਨਾਨਕ ਕਹੋ, ਨਾਨਕ ਸ਼ਾਹ ਪੀਰ ਕਹੋ, ਬਾਬਾ ਨਾਨਕ ਦੇ ਨਾਲ ਰਬਾਬ ਹੈ, ਰਬਾਬ ਮਰਦਾਨਾ ਵਜਾ ਰਿਹਾ, ਉਹ ਆਪਣੇ ਆਪ ਬੜਾ ਖੂਬਸੂਰਤ ਮੈਟਰ ਹੋ ਗਿਆ। ਕੋਈ ਐਸਾ ਹਿੰਦੁਸਤਾਨੀ ਦਿਖਾਓ, ਸੋਰੀ ਕੋਈ ਐਸਾ ਮੈਨੂੰ ਪੰਜਾਬੀ ਦਿਖਾਓ ਜਿਹੜਾ ਇਹ ਕਵੇ ਕਿ ਬੁੱਲੇ ਸ਼ਾਹ ਮੇਰਾ ਨਹੀਂ ਹੈਗਾ, ਜਿਹੜਾ ਇਹ ਕਵੇ ਕਿ ਹੀਰ ਮੇਰੀ ਨਹੀਂ ਹੈਗੀ, ਜਿਹੜਾ ਇਹ ਕਵੇ ਕਿ ਬਾਬਾ ਫਰੀਦ ਮੇਰਾ ਨਹੀਂ ਹੈਗਾ। ਇਹ ਐਸਾ ਕਲਚਰ ਸੀ ਜਿਹੜਾ ਸਾਂਝਾ ਰਿਹਾ ਸਾਡਾ। ਫੋਲਟ ਲਾਈਨਸ ਡੈਫੀਨੇਟਲੀ ਰਹੀਆਂ ਹੁੰਦੀਆਂ, ਕਿਸ ਸੋਸਾਇਟੀ ਦੇ ਅੰਦਰ ਫੋਲਟ ਲਾਈਨਸ ਨਹੀਂ ਹੁੰਦੀਆਂ? ਕਿਆ ਮੁਸਲਮਾਨਾਂ ਦੀ ਜਿਸ ਸਮਾਜ ਦੀ ਗੱਲ ਕਰੀਏ ਉਹ ਸਾਰੇ ਸਾਰਾ ਇੱਕਦਮ ਐਸਾ ਸਮਾਜ ਹੈ ਜਿਹਦੇ ਅੰਦਰ ਫੋਲਟ ਲਾਈਨਸ ਨਹੀਂ ਹੈਗੀਆਂ? ਦਿਖਣਗੀਆਂ ਕਿ ਸਿੱਖ ਸੋਸਾਇਟੀ ਦੇ ਅੰਦਰ ਸਾਨੂੰ ਅਪਰ ਕਾਸਟ ਅਤੇ ਲੋਅਰ ਕਾਸਟ ਦੀ ਪ੍ਰੋਬਲਮਸ ਨਹੀਂ ਦਿਖਣਗੀਆਂ? ਦਿਖਣਗੀਆਂ। ਹਿੰਦੂ ਸੋਸਾਇਟੀ ਦੇ ਅੰਦਰ ਵਨ ਸਿਸਟਮ ਨੇ ਪ੍ਰੋਬਲਮ ਨਹੀਂ ਕ੍ਰੀਏਟ ਕੀਤੀ ਹੋਈ ਕੀਤੀ ਹੋਈ? ਕਿਹੜਾ ਸਮਾਜ ਹੈ ਜਿਹੜਾ ਆਪਣੇ ਆਪ 'ਚ ਬੜਾ ਸਟੇਬਲ ਹੈ, ਆਪਣੇ ਆਪ 'ਚ ਇੰਨਾ ਅੱਛੀ ਤਰ੍ਹਾਂ ਗੁੰਦਿਆ ਹੋਇਆ ਹੈ ਕਿ ਉਹਦੇ ਅੰਦਰ ਕੋਈ ਛੋਟੇ ਛੋਟੇ ਕ੍ਰੈਕਸ ਨਹੀਂ ਨਜ਼ਰ ਆ ਰਹੇ? ਹਰ ਸਮਾਜ ਦੇ ਅੰਦਰ ਹੈ ਜੀ ਉਹ ਕਲਚਰ। ਪਾਕਿਸਤਾਨ ਉਹ ਜੋ ਕਲਚਰ ਸਾਡਾ ਜਿਹੜਾ ਹਿੰਦੂ ਫਿਰ ਜਿਹੜਾ ਕਿ ਹਿੰਦੂ ਮੁਸਲਮਾਨ ਸਿੱਖ ਕਮਿਊਨਿਟੀ ਸਾਂਝੀਆਂ ਰਹਿ ਰਹੀਆਂ ਸੀਗੀਆਂ, ਉਸ ਕਲਚਰ ਨੂੰ ਜੇ ਇਸ ਤਰ੍ਹਾਂ ਹਿੰਦੁਸਤਾਨ ਦੇ ਪਾਕਿਸਤਾਨ ਦੇ ਵਿੱਚ ਡਿਵਾਈਡ ਕਰ ਦਿੱਤਾ ਜਾਏ ਤਾਂ ਇਹ ਸੋਚ ਬਣ ਜਾਏ ਕਿ ਪਾਕਿਸਤਾਨ ਸਿਰਫ ਮੁਸਲਮਾਨਾਂ ਦਾ ਅਤੇ ਹਿੰਦੁਸਤਾਨ ਸਿਰਫ ਗੈਰ ਮੁਸਲਮਾਨਾਂ ਦਾ, ਤਾਂ ਉਹ ਸੋਚ ਆਪਣੇ ਆਪ 'ਚ ਪ੍ਰੋਬਲਮੈਟਿਕ ਹੈ, ਜਿਹਦੇ ਵੱਲ ਇਸ਼ਾਰਾ ਅਜਮੇਰ ਸਿੰਘ ਔਲਖ ਨੇ ਆਪਣੇ ਪੇਸ਼ ਕੀਤਾ। ਮੈਂ ਜੋ ਗੱਲਬਾਤ ਕਹਿ ਰਿਹਾ ਸੀਗਾ ਕਿ ਸਾਨੂੰ ਸਾਡੇ ਵਾਸਤੇ ਬੜਾ ਕਨਵੀਨੀਅੰਟ ਹੈ ਕਹਿਣਾ ਕਿ ਅੰਗਰੇਜ਼ਾਂ ਦੀ ਸਾਜ਼ਿਸ਼ ਸੀਗੀ, ਅੰਗਰੇਜ਼ਾਂ ਨੇ ਪੋਲਿਸੀਜ਼ ਅਸੀਂ ਚਲਾਈਆਂ ਅਤੇ ਅਸੀਂ ਲੋਕ ਡਿਵਾਈਡ ਹੋ ਗਏ। ਯਕੀਨਨ ਉਹਨਾਂ ਨੇ ਪੋਲਿਸੀਜ਼ ਚਲਾਈਆਂ, ਮੈਂ ਇਹ ਨਹੀਂ ਕਹਿ ਰਿਹਾ ਉਹਨਾਂ ਨੇ ਪੋਲਿਸੀਜ਼ ਨਹੀਂ ਚਲਾਈਆਂ। ਉਹਨਾਂ ਨੇ ਇੱਕ ਕਮਿਊਨਿਟੀ ਨੂੰ ਇਸ ਤਰ੍ਹਾਂ ਦੀ ਨੌਕਰੀਆਂ ਦਿੱਤੀਆਂ, ਦੂਜੀ ਕਮਿਊਨਿਟੀ ਨੂੰ ਦੂਸਰੀ ਤਰ੍ਹਾਂ ਪ੍ਰਮੋਟ ਕੀਤਾ, ਤੀਸਰੀ ਕਮਿਊਨਿਟੀ ਨੂੰ ਹੋਰ ਤਰ੍ਹਾਂ ਪ੍ਰਮੋਟ ਕੀਤਾ। ਉਹਨਾਂ ਨੇ ਡਿਵਾਈਡ ਕੀਤਾ, ਰੂਲ ਕੀਤਾ ਡਿਵਾਈਡ ਕਰਕੇ, ਪਰ ਅਸੀਂ ਡਿਵਾਈਡ ਹੋਏ। ਇਸ ਗੱਲ ਦੇ ਉੱਤੇ ਸਾਨੂੰ ਕਨਫਰੰਟ ਕਰਨਾ ਬੜਾ ਜ਼ਰੂਰੀ ਹੈ ਕਿ ਸਾਰੀ ਦੀ ਸਾਰੀ ਸਾਜ਼ਿਸ਼ ਅੰਗਰੇਜ਼ਾਂ ਦੀ ਨਹੀਂ ਸੀ, ਇਹਦੇ ਵਿੱਚ ਸਾਡੀ ਆਪਣੀ ਗਲਤੀ ਵੀ ਇੰਕਲੂਡ। ਅਸੀਂ ਜੇ ਬਾਰ ਬਾਰ ਇਲਜ਼ਾਮ ਅੰਗਰੇਜ਼ਾਂ ਨੂੰ ਦਿੰਦੇ ਰਹਾਂਗੇ, ਬਾਰ ਬਾਰ ਇਲਜ਼ਾਮ ਪੋਲੀਟੀਸ਼ੀਅਨਸ ਨੂੰ ਦਿੰਦੇ ਰਹਾਂਗੇ, ਤਾਂ ਸੰਤਾਲੀ ਬਾਰ ਬਾਰ ਹੁੰਦਾ ਰਹੇਗਾ।
ਤੇ ਕਮਲੇਸ਼ਰ ਸਿੰਘ ਦੀ ਟਾਈਟਲ ਯਾਦ ਆਏਗਾ ਕਿ ਔਰਕੇਸਟਰਾ ਚਾਹੀਦੀਆਂ। ਆਈ ਥਿੰਕ ਇਹ ਸਾਨੂੰ ਸਾਰਿਆਂ ਨੂੰ ਮੰਨਣਾ ਪਏਗਾ ਕਿ ਇਸ ਗਲਤੀ ਦੇ ਅੰਦਰ ਸਾਡਾ ਵੀ ਹਿੱਸਾ ਗਿਆ, ਅਸੀਂ ਵੀ ਓਨੇ ਕਸੂਰਵਾਰ ਹਾਂ ਜਿੰਨੇ ਕਿ ਅੰਗਰੇਜ਼ ਕਸੂਰਵਾਰ ਸੀ ਜਿਨ੍ਹਾਂ ਨੇ ਸਾਨੂੰ ਵੰਡਿਆ। ਇਸ ਕੰਟੈਕਸਟ ਵਿੱਚ ਮੈਂ ਦੋ ਲੋਕਾਂ ਦੀਆਂ ਸਟੇਟਮੈਂਟਸ ਕੋਟ ਕਰਨਾ ਚਾਹੂੰਗਾ। ਇੱਥੇ ਇੱਕ ਗਿਰੀਸ਼ ਕਰਨਾਟ, ਬੜੇ ਇੰਪੋਰਟੈਂਟ ਕੰਨੜ ਦੇ ਪਲੇਅ ਰਾਈਟ ਹੋਏ, ਅਤੇ ਦੂਸਰੇ ਲੋਕ ਭੱਲਾ ਜਿਨ੍ਹਾਂ ਨੇ ਕਿ ਗਿਰੀਸ਼ ਕਰਨਾਟ ਇਹ ਕਹਿ ਰਿਹਾ ਕਿ ਜੋ ਪਾਰਟੀਸ਼ਨ ਹੋਈ ਉਸਦਾ ਪੂਰੇ ਹਿੰਦੁਸਤਾਨ 'ਤੇ ਅਸਰ ਨਹੀਂ ਪਿਆ ਉਹਨਾਂ ਦਾ। ਇਟ ਮੀਨਸ ਜਿਹੜਾ ਆਦਮੀ ਕਰਨਾਟਕਾ 'ਚ ਬੈਠਾ ਹੈ ਉਹਨੂੰ ਸ਼ਾਇਦ ਪਾਰਟੀਸ਼ਨ ਦੀ ਵੰਡ ਦੀ ਉਹ ਤਪਿਸ਼ ਨਹੀਂ ਮਹਿਸੂਸ ਹੋਈ ਜੋ ਕਿ ਅਸੀਂ ਲੋਕਾਂ ਨੇ ਜਾਂ ਕਿ ਜੋ ਪੰਜਾਬੀਆਂ ਨੇ ਝੇਲੀ ਹੈ। ਦੂਸਰਾ ਗੱਲ ਜੋ ਅਲੋਕ ਭੱਲਾ ਕਹਿ ਰਹੇ ਆਪਣੇ ਇੰਟਰੋਡਕਸ਼ਨ 'ਚ ਕਿ ਪਾਰਟੀਸ਼ਨ ਸਾਡੇ ਇੱਥੇ ਪੋਲੀਟੀਕਲ ਡਿਸਕੋਰਸ ਦਾ ਪਾਰਟ ਨਹੀਂ ਬਣ ਸਕਦਾ, ਇਹ ਮੇਰੇ ਹਿਸਾਬ ਨਾਲ ਸਟੇਟਮੈਂਟ ਬਹੁਤ ਇੰਪੋਰਟੈਂਟ ਹੈ। ਪਾਰਟੀਸ਼ਨ ਦੇ ਥਰੂ ਇੱਕ ਹੋਰ ਤਰ੍ਹਾਂ ਦੀ ਪੋਲੀਟਿਕਸ ਤਾਂ ਹੋਈ ਹੈ, ਦੰਗਿਆਂ ਨੂੰ ਯਾਦ ਕਰਾ ਕੇ ਹੋਰ ਤਰ੍ਹਾਂ ਦੇ ਵਿਚਾਰ, ਹੋਰ ਤਰ੍ਹਾਂ ਦੀ ਵਿਚਾਰਧਾਰਾ ਤਾਂ ਕੱਢੀ ਗਈ ਇਹਦੇ ਅੰਦਰ, ਪਰ ਪਾਰਟੀਸ਼ਨ ਦੀ ਉਹ ਵਿਚਾਰਧਾਰਾ, ਉਹ ਸੋਚ, ਉਹ ਵਿਚਾਰ ਨਹੀਂ ਕੱਢੇ ਗਏ ਜੋ ਕਿ ਸਾਨੂੰ ਲਿਟਰੇਚਰ ਦੇ ਅੰਦਰ, ਇਹਨਾਂ ਨਾਟਕਾਂ ਦੇ ਅੰਦਰ, ਪੋਇਟਰੀ ਦੇ ਅੰਦਰ, ਪਲੇਸ ਦੇ ਅੰਦਰ ਦੇਖਣ ਨੂੰ ਮਿਲਦੇ। ਉਸ ਪੁਆਇੰਟ ਆਫ ਵਿਊ ਦੇ ਨਾਲ ਇਹਨੂੰ ਪੋਲੀਟੀਕਲ ਡਿਸਕੋਰਸ ਦਾ ਪਾਰਟ ਬਣਨਾ ਚਾਹੀਦਾ। ਇੱਕ ਚੀਜ਼ ਜੋ ਮੈਂ ਵਾਰ ਵਾਰ ਇਸ ਲੈਕਚਰ ਸੀਰੀਜ਼ 'ਚ ਦੇਖ ਰਿਹਾ ਸੀਗਾ ਕਿ ਇਸ ਗੱਲ 'ਤੇ ਬੜਾ ਐਮਫੋਸਿਸ ਹੈ ਕਿ ਇਹ ਵੰਡ ਹਿੰਦੁਸਤਾਨ ਦੀ ਨਹੀਂ ਹੋਈ, ਇਹ ਵੰਡ ਪੰਜਾਬ ਦੀ ਹੋਈ। ਯੈਸ, ਫੈਕਚੁਅਲੀ ਵੰਡ ਪੰਜਾਬ ਦੀ ਹੋਈ ਜਾਂ ਬੰਗਾਲ ਦੀ ਹੋਈ, ਪਰ ਇਸ ਵੰਡ ਨੂੰ ਸਿਰਫ ਪੰਜਾਬ ਦੇ ਫਰੇਮ ਦੇ ਅੰਦਰ ਬੈਠ ਕੇ ਨਾ ਦੇਖੋ, ਕਿਉਂਕਿ ਜੇ ਪੰਜਾਬ ਦੀ ਹੀ ਵੰਡ ਬਣੀ ਰਹਿ ਗਈ ਤਾਂ ਇਹ ਸ਼ਾਇਦ ਮੁਲਕਾਂ ਦੀ ਪੋਲੀਟੀਕਲ ਡਿਸਕੋਰਸ ਦਾ ਪਾਰਟ ਨਹੀਂ ਬਣ ਪਾਏਗਾ। ਜ਼ਰੂਰੀ ਹੈ ਕਿ ਇਹ ਜਿਹੜੀ ਵੰਡ ਦਾ ਸੰਤਾਪ ਹੈ, ਇਹ ਜੋ ਵੰਡ ਨੇ ਜੋ ਕੁਛ ਸਾਡੇ ਨਾਲ ਕੀਤਾ, ਇਹ ਆਪਣੇ ਬਾਰਡਰਸ ਨੂੰ ਕ੍ਰੋਸ ਕਰਕੇ ਦੂਸਰੇ ਲੋਕਾਂ ਤੱਕ ਵੀ ਪਹੁੰਚੇ, ਉਹਨਾਂ ਨੂੰ ਸਮਝ ਆਏ ਕਿ ਇਹ ਵੰਡ ਹੋਈ ਕਿਉਂ ਅਤੇ ਵੰਡ ਨੇ ਲੋਕਾਂ ਨਾਲ ਕੀਤਾ ਕੀ ਹੈ। ਇਸ ਡਾਇਰੈਕਸ਼ਨ ਦੇ ਅੰਦਰ ਆਈ ਥਿੰਕ ਇਹ ਜਿਹੜੇ ਨਾਟਕ ਨੇ, ਜਿਹੜਾ ਲਿਟਰੇਚਰ ਹੈ, ਬਹੁਤ ਖੂਬਸੂਰਤ ਰੋਲ ਪਲੇ ਕਰੇ। ਯੈਸ, ਲਿਟਰੇਚਰ, ਜੇ ਮੈਂ ਹਿਸਟਰੀ ਅਤੇ ਲਿਟਰੇਚਰ ਦੇ ਡਿਬੇਟ 'ਤੇ ਆਵਾਂ ਤਾਂ ਉਸ ਤੋਂ ਬਾਅਦ ਮੈਂ ਆਪਣੀ ਗੱਲ ਖਤਮ ਕਰਾਂਗਾ। ਲਿਟਰੇਚਰ ਦੇ ਅੰਦਰ ਸ਼ਾਇਦ ਫੈਕਟਸ ਨਾ ਹੋਣ, ਫੈਕਟਸ ਨੂੰ ਅੰਡਰਸਟੈਂਡ ਕਰਨਾ ਹਿਸਟੋਰੀਅਨ ਦਾ ਕੰਮ ਹੈ, ਫੈਕਟਸ ਨੂੰ ਇੰਟਰਪ੍ਰੇਟ ਕਰਨਾ ਹਿਸਟੋਰੀਅਨ ਦਾ ਕੰਮ ਹੈ। ਪਰ ਜੋ ਕੁਛ ਲੋਕ ਭੁਗਤਦੇ ਹੈ, ਜੋ ਕੁਛ ਲੋਕ ਮਹਿਸੂਸ ਕਰਦੇ ਹੈ, ਜੋ ਲੋਕਾਂ ਦੇ ਐਕਸਪੀਰੀਅੰਸਿਸ ਹੁੰਦੇ ਹੈ, ਬਹੁਤ ਇੰਪੋਰਟੈਂਟ ਸੋਰਸ ਹੈ ਕਿਸੇ ਵੀ ਹਿਸਟੋਰੀਕਲ ਪੀਰੀਅਡ ਨੂੰ ਸਮਝਣ ਦੇ ਲਈ। ਪਾਰਟੀਸ਼ਨ ਕਿਉਂ ਹੋਈ, ਮਾਊਂਟਬੈਟਨ ਨੇ ਕੀ ਕੀਤਾ, ਚਰਚਿਲ ਨੇ ਪਹਿਲਾਂ ਤੋਂ ਪਲਾਨ ਬਣਾ ਰੱਖੀ ਸੀ ਕਿ ਨਹੀਂ ਬਣਾ ਰੱਖੀ ਸੀ, ਅੰਗਰੇਜ਼ਾਂ ਨੇ 47 'ਚ ਹਿੰਦੁਸਤਾਨ ਕਿਉਂ ਛੱਡਿਆ, ਵਰਲਡ ਵਾਰ ਤੋਂ ਬਾਅਦ ਇਹ ਮਾਹੌਲ ਕਿਉਂ ਬਣਿਆ, ਜਿਨ੍ਹਾਂ ਦੀ ਸਟੇਟਮੈਂਟ ਕੀ ਸੀ, ਗਾਂਧੀ ਅਤੇ ਨਹਿਰੂ ਦੀ ਸਟੇਟਮੈਂਟ ਕੀ ਸੀ, ਯੂਨੀਅਨਿਸਟ ਪਾਰਟੀ ਕੀ ਕਰ ਰਹੀ ਸੀ, ਇਹ ਸਭ ਫੈਕਟਰਸ ਅਸੀਂ ਸਮਝ ਲਾਂਗੇ। ਲੇਕਿਨ ਇੱਕ ਆਸਪੈਕਟ ਹੋਰ ਰਹਿ ਜਾਏਗਾ ਕਿ ਜੇ ਹੋ ਗਿਆ ਇਹ ਚੀਜ਼, ਉਸ ਤੋਂ ਬਾਅਦ ਕੀ, ਉਹਦਾ ਰਿਜ਼ਲਟ ਕੀ ਹੈ, ਅਤੇ ਜੇ ਅਸੀਂ ਉਹਨਾਂ ਰਿਜ਼ਲਟਸ ਨੂੰ 'ਤੇ ਨਜ਼ਰ ਮਾਰ ਕੇ ਇਸ ਪੂਰੇ ਦੇ ਪੂਰੇ ਹਿਸਟੋਰੀਕਲ ਪੀਰੀਅਡ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਸ਼ਾਇਦ ਸਾਡਾ ਡਿਸਕੋਰਸ ਇਹ ਬਦਲੇ ਕਿ ਇਹ ਚੀਜ਼ ਦੁਬਾਰਾ ਨਹੀਂ ਹੋਣੀ ਚਾਹੀਦੀ। ਜੋ ਲੋਕਾਂ ਦੇ ਹੰਡਾਏ ਹੋਏ ਦੁੱਖ ਨੇ, ਜੋ ਲੋਕਾਂ ਨੇ ਆਪਣੇ ਸਰੀਰਾਂ ਦੇ ਉੱਪਰ ਭੁਗਤਿਆ, ਜੋ ਲੋਕਾਂ ਨੇ ਆਪਣੇ ਮਾਈਂਡਸ ਦੇ ਉੱਪਰ ਜਿਹੜਾ ਟਰੋਮਾ ਐਕਸਪੀਰੀਅੰਸ ਕੀਤਾ, ਅਤੇ ਉਹ ਆਪਣੀ ਸਾਰੀ ਜ਼ਿੰਦਗੀ ਉਸ ਤੋਂ ਬਾਅਦ ਉਸ ਟਰੋਮਾ 'ਚ ਰਹੇ, ਉਹ ਵੀ ਸਾਡੀ ਹਿਸਟਰੀ ਦਾ ਇੱਕ ਸੱਚ ਹੈ, ਉਹ ਵੀ ਸਾਡੇ ਇਤਿਹਾਸ ਦਾ ਇੱਕ ਸੱਚ ਹੈ। ਉਹ ਸੱਚ ਨੂੰ ਨਜ਼ਰ ਮਾਰਨਾ, ਉਹ ਸੱਚ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਤਾਂ ਕਿ ਅਸੀਂ 47 ਦੀ ਹਿਸਟਰੀ ਨੂੰ ਸਮਝ ਸਕੀਏ, ਤਾਂ ਕਿ ਅਸੀਂ ਇਹ ਸਮਝ ਸਕੀਏ ਕਿ 47 ਦਾ ਮਤਲਬ ਕੀ ਹੈ, 1980 ਦੇ ਡੈਕਟ ਦੇ ਅੰਦਰ ਅਸੀਂ ਕਿਉਂ ਰੀਵਿਜ਼ਿਟ ਕਰ ਰਹੇ ਹਾਂ 47 ਨੂੰ, ਅਤੇ ਅੱਜ ਦੇ ਮਾਹੌਲ 'ਚ ਵੀ ਬੈਠ ਕੇ ਸਾਡੇ ਵਾਸਤੇ 47 ਜਾਂ 80 ਕਿਉਂ ਇੰਪੋਰਟੈਂਟ ਬਣਦੇ। ਬਹੁਤ ਬਹੁਤ ਸ਼ੁਕਰੀਆ। ਜੀ ਸਰ, ਬਹੁਤ ਬਹੁਤ ਮਿਹਰਬਾਨੀ, ਬੜਾ ਅੱਛਾ ਲੈਕਚਰ ਅਸੀਂ ਤੇ
ਸਾਰੇ ਡਰਾਮੇ ਜਿਸ ਤਰ੍ਹਾਂ ਤੁਸੀਂ ਦੱਸਿਆ ਬਿਲਕੁਲ ਉਹ ਅਸੀਂ ਨਾਲ ਨਾਲ ਉਹਨੂੰ ਯਾਦ ਕਰਦੇ ਸਾਂ। ਕੁਐਸਚਨ ਤੇ ਸਰ ਮੇਰੇ ਕੋਲ ਕੁਛ ਆਇਆ ਨਹੀਂ, ਪਰ ਮੈਂ ਇਸ ਕੁਐਸਚਨ ਤੋਂ ਪਹਿਲੇ ਇੱਕ ਕੁਐਸਚਨ ਕਰਾਂਗਾ ਜਿਹੜਾ ਮੇਰੇ ਦਿਲ 'ਚ ਆਉਂਦਾ ਸੀ ਪਿਆ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬ੍ਰਿਟਿਸ਼ ਨੇ ਸਾਰਾ ਕੁਝ ਨਹੀਂ ਕੀਤਾ ਜਾਂ ਉਸ ਵੇਲੇ ਦੀ ਹਕੂਮਤ ਨੇ ਸਾਰਾ ਕੁਝ ਨਹੀਂ ਕੀਤਾ, ਲੋਕਾਂ ਦਾ ਵੀ ਇਹਦੇ 'ਚ ਹੱਥ ਹੈ। ਮੈਨੂੰ ਯਾਦ ਪੈਂਦਾ ਕਿ ਹੁਣ ਤੀਕਰ ਕਿੰਨੀਆਂ ਕੋਈ ਸਟੋਰੀਆਂ ਜਿਹੜੀਆਂ ਮੈਂ ਇਕੱਠੀਆਂ ਕਰਦਾ ਰਿਹਾ ਜਾਂ ਵੇਂਹਦਾ ਰਿਹਾ ਜਾਂ ਮੇਰੇ ਨਾਲ ਲੱਗ ਗਏ ਲੋਕ ਕਰਦੇ ਸਨ, ਜਿਹੜੇ ਲੋਕ ਉਸ ਖੂਨ ਖਰਾਬੇ ਚੋਂ ਲੰਘ ਕੇ ਆਏ ਔਰ ਅੱਜ ਇੱਥੇ ਵਸੇ ਜਾਂ ਉੱਥੇ ਵਸੇ, ਉਹ ਆਪਣੇ ਪਿੰਡ ਨੂੰ ਬੜਾ ਰੋਂਦੇ ਨੇ, ਉਹ ਆਪਣੇ ਲੋਕਾਂ ਨੂੰ ਬੜਾ ਰੋਂਦੇ ਨੇ। ਮੈਨੂੰ ਕਦੀ ਜਿਹੜਾ ਹੈ ਕੋਈ ਬੰਦਾ ਨਹੀਂ ਲੱਭਿਆ ਜਿਹਨੇ ਮਾਣ ਕੀਤਾ ਹੋਇਆ ਕਿ ਮੈਂ ਮਾਰਿਆ ਇਹਨੇ, ਜਾਂ ਉਹਨੇ ਕਦੀ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੋਏ। ਮੈਂ ਹੋ ਸਕਦਾ ਕਿ ਮੇਰਾ ਉਹਦੇ ਨਾਲ ਟਾਕਰਾ ਨਾ ਹੋਇਆ ਹੋਏ, ਪਰ ਮੈਂ ਅਗਰ ਕਹਿੰਦਾ ਕਿ ਮੈਂ ਅਗਰ 200 ਬੰਦੇ ਨੂੰ ਮਿਲਿਆ ਵਾਂ ਤੇ ਉਹਦੇ ਚੋਂ ਅਗਰ ਇੱਦਾਂ ਕਰ ਦਈਏ ਕਿ ਬੱਚੇ ਸਨ ਬਹੁਤ ਸਾਰੇ, 40 ਬੱਚੇ ਸਨ ਉਹਦੇ ਚੋਂ, 60 ਬੱਚੇ ਸਨ, ਉਹ ਕੱਢ ਦਈਏ ਕਿ ਉਸ ਵੇਲੇ ਬਾਲਾਂ ਨੂੰ ਕੀ ਪਤਾ ਹੋਏਗਾ, ਲੇਕਿਨ ਜਿਹੜੇ ਪਿੱਛੇ 40-50 ਲੋਕ ਬਚਦੇ ਨੇ ਉਹ ਤੇ ਉਸ ਵੇਲੇ ਉੱਥੇ ਵੱਡੇ ਵੱਡੇ ਸਨ, ਵਿਆਹੇ ਸਨ ਜਾਂ ਵਿਆਹ ਕੇ ਇੱਧਰ ਗਏ, ਇੱਧਰੋਂ ਉੱਧਰ ਗਏ ਸਨ ਜਾਂ ਉੱਧਰੋਂ ਇੱਧਰ ਆਏ ਸਨ, ਉਹ ਬੜਾ ਰੋਂਦੇ ਨੇ ਆਪਣੇ ਉਸ ਥਾਂ ਨੂੰ, ਉਹ ਨਹੀਂ ਗੱਲ ਕਰਦੇ ਇਹਦੀ, ਪਤਾ ਨਹੀਂ ਕਿਉਂ, ਹਾਲਾਂਕਿ ਉਹਨਾਂ 'ਤੇ ਉਹ ਵੇਖਿਆ, ਪਰ ਜਦੋਂ ਅਸੀਂ ਬਾਅਦ ਦੀ ਗੱਲ ਕਰਦੇ ਹਾਂ ਤਾਂ ਬਾਅਦ ਵਾਲਿਆਂ ਨੇ ਉਹਦੇ 'ਚ ਬੜਾ ਕੁਛ ਕਿਹਾ ਕਿ ਜੀ ਨਹੀਂ ਹਮ ਲੈਦਾ ਹੈ, ਉਹ ਲੈਦਾ ਹੈ, ਇੱਦਾਂ ਦੀਆਂ ਗੱਲਾਂ ਹੋਈਆਂ। ਅਤੇ ਮੈਂ ਕਹਿੰਦਾ ਵਾਂ ਕਿ ਇਹ ਗੱਲਾਂ ਜਿਸ ਤਰ੍ਹਾਂ ਅਸੀਂ ਐਜੂਕੇਸ਼ਨ ਸਿਸਟਮ ਦੀ ਵੀ ਗੱਲ ਕਰਦੇ ਕਿ ਕਿਹਨਾਂ ਨੇ ਪੜ੍ਹਾਈਆਂ, ਕਿਹਨਾਂ ਦੇ ਅੰਡਰ ਚੱਲ ਰਹੀਆਂ ਸਨ, ਪਰ ਜਿਹੜੇ ਲੋਕ ਸਕੂਲ ਨਹੀਂ ਗਏ ਉਸ ਬਲੱਡਸ਼ੈਡ ਦੇ ਵਿੱਚੋਂ ਨਿਕਲ ਕੇ ਆਏ, ਉਹਨਾਂ ਨੇ ਦੱਸਿਆ ਕਿ ਅਸੀਂ ਕਿਵੇਂ ਬਚੇ ਜਾਂ ਕੀ ਹੋਇਆ, ਪਰ ਉਹ ਕਦੀ ਵੀ ਇਹ ਨਹੀਂ ਕਹਿੰਦੇ ਕਿ ਅਸੀਂ ਸ਼ੁਕਰ ਆ ਗਏ ਹਾਂ, ਜਾਨ ਛੁੱਟੀ, ਹੁਣ ਨਹੀਂ ਅਸਾਂ ਜਾਣਾ ਉੱਥੇ, ਹਾਲਾਂਕਿ ਉਹਨਾਂ ਨੇ ਵੇਖਿਆ। ਇਸ ਬਾਰੇ ਸਰ ਮੈਨੂੰ ਥੋੜ੍ਹਾ ਜਿਹਾ ਇਹਦੇ 'ਤੇ ਤੁਹਾਡੇ ਕੋਲੋਂ ਗੱਲਬਾਤ। ਤੁਸੀਂ ਉਹੀ ਗੱਲ ਹੈ ਕਿ ਇੱਕ ਚੀਜ਼ ਤਾਂ ਹੈ ਜੋ 47 ਤੋਂ ਬਾਅਦ ਹੋਇਆ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਿਹੜੇ ਲੋਕ ਉਸ ਦੌਰਾਨ ਇੱਧਰੋਂ ਉੱਧਰ ਗਏ ਜਾਂ ਉੱਧਰੋਂ ਇੱਧਰ ਆਏ ਉਹਨਾਂ ਨੂੰ ਆਪਣੇ ਪਿੰਡ ਨਹੀਂ ਖੁੱਲ੍ਹੇ। ਇਹ ਗੱਲਬਾਤ ਮੈਂ ਆਪਣੀ ਸਟੂਡੈਂਟ ਦੇ ਨਾਲ ਵੀ ਗੱਲ ਕਰ ਰਿਹਾ ਸੀਗਾ, ਉਹ ਲਾਹੌਰ ਤੋਂ ਆਏ ਸੀਗੇ ਉਹਨਾਂ ਦੀ ਫੈਮਿਲੀ, ਅਤੇ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀਗਾ ਕਿ ਜਿਹੜੇ ਲੋਕ ਲਾਹੌਰੋਂ ਆਏ ਨੇ ਉਹ ਲਾਹੌਰ ਨਹੀਂ ਭੁੱਲਦੇ। ਇੱਕਦਮ ਮੇਰੀ ਸਟੂਡੈਂਟ ਬੋਲ ਪਈ, ਕਹਿੰਦੀ ਸਰ ਮੇਰੀ ਦਾਦੀ ਹੈ, ਉਹ ਫੈਮਿਲੀ ਲਾਹੌਰ ਤੋਂ ਆਈ ਸੀ, ਅਤੇ ਉਹਨੂੰ ਜਦੋਂ ਵੀ ਗੱਲ ਕਰੀਏ ਤਾਂ ਕਹਿੰਦੀ ਨਹੀਂ ਭਾਈ ਲਾਹੌਰ ਲਾਹੌਰ, ਤੁਸੀਂ ਲਾਹੌਰ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ। ਲਾਹੌਰ ਚਾਹੇ ਸ਼ਹਿਰ ਹੋਵੇ ਚਾਹੇ ਪਿੰਡ ਹੋਵੇ, ਦੇਖੋ ਇਨਸਾਨ ਦਾ ਇੱਕ ਰਿਸ਼ਤਾ ਹੁੰਦਾ ਆਪਣੀ ਮਿੱਟੀ ਦੇ ਨਾਲ, ਆਪਣੇ ਜਿੱਥੇ ਉਹਦਾ ਬਰਥ ਹੋਇਆ, ਜਿੱਥੇ ਜੰਮ ਪਲ ਹੋਈ, ਜਿੱਥੇ ਸਦੀਆਂ ਤੋਂ ਰਹਿ ਰਹੇ ਨੇ, ਉਹ ਆਪਣੇ ਘਰੋਂ ਬੇਘਰ ਤਾਂ ਸਾਰੇ ਹੀ ਹੋਏ ਨੇ। ਇਹ ਸੈਂਟੀਮੈਂਟ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਕਿ ਵੰਡ ਹੰਢਾਈ ਹੈ, ਸੰਤਾਪ ਦੇਖਿਆ। ਤੁਸੀਂ ਬੜੇ ਸੋਫਟ ਤਰੀਕੇ ਦੇ ਨਾਲ ਦੂਜੀ ਗੱਲ ਵੱਲ ਵੀ ਇਸ਼ਾਰਾ ਕਰ ਰਹੇ ਸੀ ਕਿ ਕੁਛ ਲੋਕਾਂ ਨੇ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਹ ਵੱਖਰੇ ਨੇ ਅਤੇ ਅਸੀਂ ਵੱਖਰੇ ਹਾਂ, ਅਤੇ ਉਹ ਲੋਕ ਹੈਗੇ ਨੇ ਹਜੇ ਵੀ ਨੇ, ਉਹ ਲੋਕ 47 ਦਾ ਹਵਾਲਾ ਦੇ ਕੇ ਕਹਿਣਗੇ ਕਿ ਦੇਖੋ ਜੀ ਕੀ ਕੁਛ ਹੋਇਆ। ਪਰ ਇੱਕ ਪੋਪੂਲਰ ਨੋ ਡਾਊਟ ਇਹ ਸੈਂਟੀਮੈਂਟ ਹੈ ਲੋਕਾਂ ਦੇ ਅੰਦਰ, ਕੁਛ ਤਾਦਾਦ ਦੇ ਅੰਦਰ ਇਹ ਲੋਕਾਂ 'ਚ ਸੈਂਟੀਮੈਂਟ ਹੈ। ਅਸੀਂ ਉਹਦੇ ਵੱਲੋਂ ਆਪਣੇ ਆਪ ਨੂੰ ਅੱਖਾਂ ਨਾਲ ਮੀਟ ਲਈਏ ਕਿ ਨਹੀਂ ਹੈ, ਅਤੇ ਜ਼ਰੂਰੀ ਹੈ ਉਹਨਾਂ ਨੂੰ ਅਹਿਸਾਸ ਦਿਵਾਉਣਾ ਕਿ ਅੱਗ ਦੋਨੋਂ ਪਾਸੇ ਲੱਗੀ ਸੀ, ਨੁਕਸਾਨ ਦੋਵਾਂ ਦਾ ਹੋਇਆ ਸੀਗਾ, ਸਿਰਫ ਤੁਹਾਡਾ ਜਾਂ ਸਾਡਾ ਨਹੀਂ ਹੋਇਆ। ਮੈਨੂੰ ਤੁਸੀਂ ਜਿਹੜੀ ਗੱਲ ਕਰ ਰਹੇ ਸੀਗੇ ਕਿ ਆਪਣਾ ਪਿੰਡ ਯਾਦ ਆਉਂਦਾ, ਮੈਨੂੰ ਆਪਣੇ ਫਾਦਰ ਸਾਹਿਬ ਦਾ ਕਿੱਸਾ ਯਾਦ ਆ ਰਿਹਾ। ਉਹ ਛੋਟੇ ਸੀਗੇ, 5 ਸਾਲ ਦੇ ਸੀਗੇ ਜਦੋਂ ਪਾਰਟੀਸ਼ਨ ਹੋਈ, ਅਤੇ ਬੜੀ ਦੇਰ ਤੋਂ ਬਾਅਦ ਮੈਂ ਤਾਂ ਉਦੋਂ ਦਿੱਲੀ ਆ ਗਿਆ ਸੀਗਾ, ਅਤੇ ਮੇਰੇ ਬ੍ਰਦਰ ਨੇ ਮੇਰੇ ਫਾਦਰ ਸਾਹਿਬ ਨੂੰ ਦਿਖਾ ਰਿਹਾ ਕਿ ਜੇ ਦੇਖੋ ਗੂਗਲ ਮੈਪ ਹੈ, ਮੈਂ ਤੁਹਾਨੂੰ ਇੱਥੋਂ ਜੋ ਵੀ ਦੁਨੀਆਂ ਦਾ ਨਕਸ਼ਾ ਕਹੋਗੇ, ਜਗ੍ਹਾ ਪਿੰਡ ਕਹੋਗੇ, ਉਹ ਦਿਖਾ ਦੂੰਗਾ। ਅਤੇ ਉਹਨੇ ਕਿਹਾ ਕਿ ਮੈਂ ਤੁਹਾਨੂੰ ਆਪਣੇ ਮਾਮਾ ਜੀ ਦਾ ਘਰ ਦਿਖਾਵਾਂ ਜਿਹੜਾ ਇੰਗਲੈਂਡ ਹੈਗਾ। ਮੇਰੇ ਫਾਦਰ ਕਹਿੰਦੇ ਨਹੀਂ, ਕਹਿੰਦੇ ਤੂੰ ਮੈਨੂੰ ਮੇਰਾ ਪਿੰਡ ਦਿਖਾ ਜਿਹੜਾ ਪਾਕਿਸਤਾਨ ਛੱਡ ਰਿਹਾ, ਕਸੂਰ ਦੇ ਕੋਲ ਜਿਹੜਾ ਪਿੰਡ ਸੀ ਉਹਨਾਂ ਦਾ, ਕੁੜੀਆਂ, ਕਹਿੰਦੇ ਮੈਨੂੰ ਕੁੜੀਆਂ ਦਿਖਾ। ਇੱਥੋਂ ਇਹ ਦਿਖਦਾ ਕਿ 5 ਸਾਲ ਦੇ ਬੱਚੇ ਦੇ ਅੰਦਰ ਵੀ ਕਿਤੇ ਨਾ ਕਿਤੇ ਇਹ ਗੱਲ ਸਾਰੀ ਜ਼ਿੰਦਗੀ ਰਹੀ ਕਿ ਮੇਰਾ ਪਿੰਡ ਉੱਥੇ ਰਹਿ ਗਿਆ ਦੂਜੇ ਪਾਸੇ। ਇਹ ਸੈਂਟੀਮੈਂਟ ਹੈ, ਦੋ ਤਰ੍ਹਾਂ ਦੇ ਸੈਂਟੀਮੈਂਟਸ ਨਿਕਲਣਗੇ ਜਿਹਦੇ ਵੱਲ ਤੁਸੀਂ ਇਸ਼ਾਰਾ ਕੀਤਾ ਕਿ ਉਹਨਾਂ ਦੇ ਨੇ ਜਿਹੜੇ ਕਿ 47 ਤੋਂ ਬਾਅਦ ਜਿਹਨਾਂ ਲੋਕਾਂ ਨੇ ਜਾਂ 47 ਨੂੰ ਹੰਢਾਇਆ ਜਾਂ ਜਿਹੜੇ 47 ਨੂੰ ਕਿਸੇ ਡਿਸਟੈਂਸ
ਜਦੋਂ ਮੈਂ ਇਹ ਕਹਿ ਰਿਹਾ ਕਿ ਲੋਕ ਵੀ ਸ਼ਾਮਿਲ ਹੋਏ ਨੇ ਉਹ ਲੋਕ ਨੇ ਜਿਹੜੇ ਕਿ 47 ਤੋਂ ਪਹਿਲਾਂ 1857 ਤੋਂ ਬਾਅਦ ਜੇ ਅਸੀਂ ਕਹਿ ਦਈਏ ਇੰਪੋਰਟੈਂਟ ਮੇਜਰਲੀ ਬ੍ਰਿਟਿਸ਼ ਪੋਲਿਸੀ ਚੇਂਜ ਹੋ ਰਹੀਆਂ ਤੇ 47 ਤੱਕ ਕੁਛ ਲੋਕ ਆਏ ਜਿਨ੍ਹਾਂ ਨੇ ਕਿ ਇਸ ਡਿਵਾਈਸਿਵ ਪੋਲੀਟਿਕਸ ਦੇ ਅੰਦਰ ਆਪਣਾ ਹਿੱਸਾ ਦਿੱਤਾ ਕਈ ਉਹ ਦੰਗੇ ਹੋਏ ਤੇ ਅਸੀਂ ਸਿਰਫ ਨੋਸਟਾਲਜੀਆ ਦੀ ਗੱਲ ਨਾ ਕਰੀਏ ਅਸੀਂ ਸਿਰਫ ਉਸ ਪੁਰਾਣੇ ਕਲਚਰ ਨੂੰ ਸਿਰਫ ਰੋਮੈਂਟਿਸਾਈਜ਼ ਨਾ ਕਰੀਏ ਸਾਨੂੰ ਇਹ ਸਮਝਣਾ ਜ਼ਰੂਰੀ ਹੋਏਗਾ ਕਿ ਕਿਸ ਤਰ੍ਹਾਂ ਦੇ ਵਿਚਾਰ ਹੈ ਜਿਹੜੇ ਕਿ ਸਾਨੂੰ ਇੱਕ ਦੂਜੇ ਦੇ ਨਾਲ ਲੜਨ 'ਤੇ ਮਜਬੂਰ ਕਰ ਦਿੰਦੇ ਨੇ ਇੱਕ ਦੂਜੇ ਦੇ ਖਿਲਾਫ ਖੜੇ ਕਰ ਦਿੰਦੇ ਨੇ ਕਿਉਂ ਦੋ ਭਰਾ ਜ਼ੇਰਾ ਅਤੇ ਸ਼ੇਰਾ ਜਿਹੜੇ ਇੱਕੋ ਘਰ ਦੇ ਵਿੱਚ ਪਲੇ ਨੇ ਉਹ ਬਾਅਦ 'ਚੋਂ ਇੱਕ ਦੂਜੇ ਦੇ ਦੁਸ਼ਮਣ ਫੌਜੀ ਬਣ ਕੇ ਇੱਕ ਦੂਜੇ ਦੀ ਜਾਨ ਲੈਣ ਵਾਲੇ ਨੇ ਅਤੇ ਦੋ ਅਲੱਗ ਅਲੱਗ ਆਸਪੈਕਟਸ ਨੇ ਪੂਰੇ ਨੈਰੇਟਿਵ ਅਤੇ ਜਦੋਂ ਮੈਂ ਇਹ ਕਹਿ ਰਿਹਾ ਸੀਗਾ ਕਿ ਲੋਕ ਵੀ ਆਏ ਅਤੇ ਉਹ 47 ਤੋਂ ਪਹਿਲਾਂ ਕੁਛ ਲੋਕ ਆਏ ਜੀ ਨੀਤੀ ਨਾਇਰ ਦੀ ਵੀ ਕਿਤਾਬ ਹੈ ਜਿਹੜੀ ਕਿ ਇਸ਼ਾਰਾ ਕਰ ਰਹੀ ਹੈ ਕਿ ਸਾਰਾ ਇਲਜ਼ਾਮ ਅਸੀਂ ਕਿਸੇ ਇੱਕ ਪੋਲੀਟੀਕਲ ਪਾਰਟੀ 'ਤੇ ਨਹੀਂ ਦੇ ਸਕਦੇ ਦੂਸਰੇ ਲੋਕ ਵੀ ਸੀ ਪਰ ਲੋਕ ਸੀਗੇ ਜਿਹੜੇ ਲੋਕ ਤਿਆਰ ਹੋ ਗਏ ਸੀਗੇ ਮੈਂ ਸਿਰਫ ਇਹ ਕਹਿ ਰਿਹਾ ਸੀਗਾ ਕਿ ਉਹ 47 ਤੋਂ ਪਹਿਲਾਂ ਕੁਛ ਲੋਕ ਤਿਆਰ ਹੋ ਗਏ ਸੀਗੇ ਜਿਨ੍ਹਾਂ ਨੇ ਕਿ 47 ਦਾ ਖੇਡ ਖੇਡਿਆ ਪਰ ਸ਼ਾਇਦ ਉਹ ਖੇਡਣ ਤੋਂ ਬਾਅਦ ਲੋਕਾਂ ਨੂੰ ਅਕਲ ਆਈ ਕੀ ਖੇਡ ਖੇਡ ਲਿਆ ਸੀ ਸਮਝਣ ਦੀ ਗੱਲ ਇਹ ਹੈ ਕਿ ਦੁਬਾਰਾ ਨਾ ਕਿਤੇ ਅਸੀਂ ਖੇਡ ਬੈਠੀ ਦੈਟਸ ਆਲ ਉਹਦੇ ਵਾਸਤੇ ਸਿਰਫ ਇਮੋਸ਼ਨਲੀ ਰਿਸਪੋਂਡ ਨਹੀਂ ਕਰਨਾ ਚਾਹੀਦਾ ਸਾਨੂੰ ਥੋੜ੍ਹਾ ਜਿਹਾ ਉਸ ਸੋਚ ਨੂੰ ਸਮਝਣਾ ਚਾਹੀਦਾ ਕਿ ਜਿਹੜੀ ਸੋਚ ਸਾਨੂੰ ਮਜਬੂਰ ਕਰ ਦੇਗੀ ਕਿ ਅਸੀਂ ਇੱਕ ਦੂਜੇ ਦਾ ਗਲਾ ਕੱਟਣ ਨੂੰ ਤਿਆਰ ਹੋ ਗਏ ਜੀ ਸਰ ਸਰ ਇੱਥੇ ਰਕੇਸ਼ ਸ਼ਰਮਾ ਜੀ ਨੇ ਉਹਨਾਂ ਨੇ ਕੁਐਸਚਨ ਇਹ ਕੀਤਾ ਸੀ ਕਿ ਕੋਈ ਐਸਾ ਪਲੇ ਹੋਵੇ ਜਿਹਦੇ 'ਚ ਰੀਕੌਂਸਲੀਏਸ਼ਨ ਦੀ ਗੱਲ ਕੀਤੀ ਗਈ ਹੋਵੇ ਦੇਖੋ ਜੇ ਆਪਾਂ ਧਿਆਨ ਨਾਲ ਸੋਚੀਏ ਤਾਂ ਸਾਰੇ ਪਲੇਅਜ਼ ਉਹਨਾਂ ਵੱਲ ਇਸ਼ਾਰਾ ਕਰਦੇ ਨੇ ਲਿਟਰੇਚਰ ਦਾ ਆਰਟ ਦਾ ਜਿਹੜਾ ਹੁੰਦਾ ਨਾ ਉਹ ਆਪਣਾ ਮੈਸੇਜ ਕਈ ਵਾਰੀ ਡਾਇਰੈਕਟਲੀ ਨਹੀਂ ਦੇ ਰਿਹਾ ਹੁੰਦਾ ਆਤਮਜੀਤ ਉਹਨਾਂ ਦਾ ਜਿਹੜਾ ਪਲੇਅ ਹੈ ਰਿਸ਼ਤਿਆਂ ਦਾ ਕੀ ਰੱਖੀਏ ਨਾਂ ਟੋਬਾ ਟੇਕ ਸਿੰਘ ਦੀ ਕਹਾਣੀ ਦੇ ਉੱਪਰ ਬਣਿਆ ਹੋਇਆ ਜਾਂ ਦੂਸਰੇ ਜਿਹੜੇ ਨਾਟਕ ਨੇ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਹੋਰ ਵੀ ਜੇ ਇਹ ਸਾਨੂੰ ਇਸ ਤਰ੍ਹਾਂ ਦਾ ਮੈਸੇਜ ਦੇ ਰਹੇ ਨੇ ਕਿ ਇਹਦੀ ਅੱਗ ਦੋਨੋਂ ਪਾਸੇ ਲੱਗੀ ਮੁਸਲਮਾਨਾਂ ਨੇ ਹਿੰਦੂਆਂ ਸਿੱਖਾਂ ਨੂੰ ਮਾਰਿਆ ਸਿੱਖਾਂ ਹਿੰਦੂਆਂ ਨੇ ਮੁਸਲਮਾਨਾਂ ਨੂੰ ਮਾਰਿਆ ਅਤੇ ਅਖੀਰ 'ਚ ਸਾਡੇ ਜ਼ਹਿਨ 'ਚ ਸਵਾਲ ਪੈਦਾ ਖੜ੍ਹਾ ਕਰ ਰਿਹਾ ਅਤੇ ਲਿਟਰੇਚਰ ਆਰਟ ਇਹੀ ਸਵਾਲ ਖੜ੍ਹਾ ਕਰ ਰਿਹਾ ਕਿ ਇਹਦਾ ਹੱਲ ਕੀ ਹੈ ਕਿਉਂਕਿ ਖੂਬਸੂਰਤ ਆਰਟ ਖੂਬਸੂਰਤ ਲਿਟਰੇਚਰ ਮੇਰੀ ਨਜ਼ਰ 'ਚ ਉਹੀ ਹੈ ਕਿ ਜਿਹੜਾ ਡਾਇਰੈਕਟਲੀ ਤੁਹਾਨੂੰ ਪ੍ਰੀਚ ਨਾ ਕਰੇ ਉਹ ਇਸ਼ਾਰਿਆਂ ਦੇ ਵਿੱਚ ਤੁਹਾਨੂੰ ਆਪਣਾ ਮੈਸੇਜ ਦੇਵੇਗਾ ਇਹ ਸਾਰੇ ਦੇ ਸਾਰੇ ਪਲੇਸ ਜਿਹੜੇ ਪਲੇਸ ਮੈਂ ਖਾਸ ਤੌਰ 'ਤੇ ਕਮਿਊਨਲ ਵਾਇਲੈਂਸ ਦੇ ਕੰਟੈਕਸਟ ਡਿਸਕਸ ਕੀਤੇ ਨੇ ਉਹਨਾਂ ਦੇ ਅੰਦਰ ਜੇ ਇਹ ਮਾਤਮ ਦੀ ਟੋਨ ਆ ਰਹੀ ਹੈ ਕਿ ਸਾਡਾ ਕਲਚਰ ਦਾ ਕਤਲ ਹੋਇਆ ਅਸੀਂ ਕਿਉਂ ਇੱਕ ਦੂਜੇ ਦੇ ਗਲੇ ਕੱਟੇ ਨੇ ਅਤੇ ਮੈਸੇਜ ਇਹੀ ਹੈ ਕਿ ਅਸੀਂ ਸ਼ਾਇਦ ਇਹ ਸੋਚ ਤੋਂ ਬਾਹਰ ਨਿਕਲੀਏ ਇਹ ਸਾਰੇ ਦੇ ਸਾਰੇ ਨਾਟਕ ਉਸੇ ਚੀਜ਼ ਵੱਲ ਇਸ਼ਾਰਾ ਕਰ ਰਹੇ ਇਨ ਅ ਵੇ ਜੀ ਸਾਡੇ ਕੋਲ ਸਰ ਇੱਕ ਹੈਵੇ ਕਿ ਸੁਖਦੇਵ ਸੋਲ ਹੋਰਾਂ ਨੇ ਕਿਹਾ ਕਿ ਵੀ ਤੁਸੀਂ ਕੋਈ ਕੋਈ ਈਸਟ ਔਰ ਵੈਸਟ ਦੇ ਡਰਾਮਿਆਂ ਦੇ ਵਿੱਚ ਜਿਹੜਾ ਹੈ ਕੋਈ ਸਿਮਿਲੈਰਿਟੀਜ਼ ਵੀ ਵੇਖੀਆਂ ਕਿ ਉੱਧਰੋਂ ਵੀ ਜਿਹੜੇ ਲਿਖੇ ਗਏ ਡਰਾਮੇ ਹੋਣ ਇਸ ਪਾਰਟੀਸ਼ਨ ਦੇ ਹਵਾਲੇ ਨਾਲ ਇੱਕ ਉਹਨਾਂ ਦਾ ਕੁਐਸਚਨ ਸੀ ਕਿ ਕੋਈ ਜਿਹੜਾ ਪਾਰਟੀਸ਼ਨ ਦੇ ਉੱਪਰ ਸੋਰੀ ਸਰ ਪਾਰਟੀਸ਼ਨ ਦੇ ਉੱਪਰ ਕਿਹੜਾ ਪਹਿਲਾ ਡਰਾਮਾ ਲਿਖਿਆ ਗਿਆ ਸੀ ਔਰ ਕਿੰਨਾ ਲਿਖਿਆ ਸੀ ਇਸ ਤਰ੍ਹਾਂ ਦਾ ਦੇਖੋ ਇਹ ਟ੍ਰੈਂਡ ਦਿੱਤਾ ਹੋਵੇ ਇਹ ਮੇਰੇ ਵਾਸਤੇ ਡੇਟ ਲੱਭਣੀ ਬੜੀ ਮੁਸ਼ਕਿਲ ਹੈ ਕਿ ਸਭ ਤੋਂ ਪਹਿਲਾਂ ਪੇ ਕਿਹੜਾ ਆਇਆ ਲੇਕਿਨ ਜਿਹੜਾ ਪਰਮੇਸ਼ਵਰ ਸਿੰਘ ਵਰਗਾ ਪਲੇ ਹੈ ਇਹ ਅਹਿਮਦ ਨਜ਼ੀਮ ਕਾਜ਼ਮੀ ਦੀ ਕਹਾਣੀ ਦੇ ਉੱਪਰ ਹੀ ਬੇਸਡ ਹੈ ਇਹ ਪਲੇ ਉੱਥੇ ਪਾਕਿਸਤਾਨ 'ਚ ਖਿੜੇ ਵੀ ਗਿਆ ਸੀਗਾ ਸ਼ਾਹਿਦ ਨਦੀਮ ਉਹਨਾਂ ਦਾ ਪਲੇ ਹੈ ਦੁੱਖ ਦਰਿਆ ਇਹ ਉਹ ਪਲੇ ਨੇ ਜਿਹੜੇ ਜਿਨ੍ਹਾਂ ਨੂੰ ਸਿੱਖਿਆ ਸੀ ਕਿ ਪਾਕਿਸਤਾਨ ਤੋਂ ਲਿਖੇ ਗਏ ਨੇ ਇਹਨਾਂ ਦਾ ਥੋਟ ਸੇਮ ਹੈ ਸੈਂਟੀਮੈਂਟ ਸੇਮ ਹੈ ਇਹ ਚਾਹੇ ਇਸੇ ਆਈ ਥਿੰਕ ਜਿਹੜਾ ਪੂਰੀ ਦੀ ਪੂਰੀ ਕਾਰਪਸ ਹੈ ਉਹਦੀ ਖੂਬਸੂਰਤੀ ਇਹੀ ਹੈ ਕਿ ਚਾਹੇ ਉਹ ਪਲੇ ਲਹਿੰਦੇ ਪੰਜਾਬ ਤੋਂ ਲਿਖੇ ਗਏ ਹੋਣ ਜਾਂ ਚੜ੍ਹਦੇ ਪੰਜਾਬ ਤੋਂ ਲਿਖੇ ਗਏ ਹੋਣ ਤਕਲੀਫ ਦੋਵਾਂ ਦੀ ਸਾਂਝੀ ਹੈ ਅਤੇ ਦੋਨੋਂ ਹੀ ਤਰਫੋਂ ਜਿਹੜੇ ਇਸ ਤਰ੍ਹਾਂ ਦੇ ਨਾਟਕ ਆਏ ਨੇ ਉਹਨਾਂ ਨੇ ਇੱਕੋ ਹੀ ਸੈਂਟੀਮੈਂਟ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਸ ਪੂਰੇ ਤੋਂ ਪੂਰੀ ਵੰਡ ਦੀ ਜਿਹੜੀ ਵਾਇਲੈਂਸ ਹੋਈ ਸੀ ਉਹਨੇ ਇਨਸਾਨਾਂ ਦੇ ਨਾਲ ਕੀ ਕੀਤਾ ਇਹ ਪਲੇਸ ਪਾਕਿਸਤਾਨ ਤੋਂ ਵੀ ਕੁਛ ਐਸੇ ਲਿਖੇ ਗਏ ਨੇ ਅਤੇ ਯੈਸ ਸਾਡੇ ਈਸਟਰਨ ਪੰਜਾਬ ਤੋਂ ਵੀ ਲਿਖੇ ਗਏ ਜੀ ਸਰ ਸਰ ਅਸੀਂ ਕੁਛ ਸਵਾਲ ਆਪਣੇ ਯੰਗ ਹਿਸਟੋਰੀਅਨ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਹਵਾਲੇ ਨਾਲ ਵੀ ਅਸੀਂ ਕਰਦੇ ਹਾਂ ਕਿ
ਐਜ਼ ਏ ਹਿਸਟਰੀ ਸੋਰਸ ਜਦੋਂ ਅਸੀਂ ਪਲੇ ਨੂੰ ਜਿਹੜਾ ਵਰਤਨੇ ਤੁਸੀਂ ਲਿਟਰੇਚਰ ਦੇ ਕਿਉਂਕਿ ਉਸਤਾਦ ਤੇ ਇਹ ਇਹਨੂੰ ਅਸੀਂ ਕਿਸ ਤਰ੍ਹਾਂ ਅਸੀਂ ਵਰਤ ਸਕਦੇ ਹਾਂ, ਯਾਨੀ ਤੁਸੀਂ ਇਹਦੀ ਕੀ ਟੈਕਨੀਕ ਜਾਂ ਕੀ ਸਾਨੂੰ ਸੁਜੈਸ਼ਨ ਦਿਓਗੇ ਕਿ ਇਸ ਲਿਟਰੇਚਰ ਨੂੰ ਕਿੱਦਾਂ ਹਿੱਸਾ ਬਣਨਾ ਚਾਹੀਦਾ ਤਾਰੀਖ ਦਾ, ਕਿਉਂਕਿ ਇਹ ਲੋਕਾਂ ਦੀ ਗੱਲ ਹੈ, ਲੋਕਾਂ ਨੇ ਲਿਖੀ ਹੈ। ਇਹ ਹਿਸਟੋਰੀਅਨ ਨੂੰ ਬੁਲਾਓ ਜਿਹਨੇ ਕਿ ਨੈਰੇਟਿਵਸ 'ਤੇ ਕੰਮ ਕੀਤਾ ਹੋਵੇ, ਜਿਹਦੀ ਹਿਸਟੋਰੀਓਗ੍ਰਾਫੀ ਇਹ ਹੋਵੇ ਕਿ ਉਹ ਆਰਕਾਈਵਲ ਰਿਸੋਰਸਿਸ ਤੋਂ ਬਾਅਦ ਜਾ ਕੇ ਇਹਨਾਂ ਦੀ ਗੱਲਬਾਤ ਕਰ ਰਿਹਾ। ਖੈਰ, ਦੇਖੋ, ਮੈਂ ਆਪਣੀ ਜਿਹੜੀ ਟੋਕ ਸੀਗੀ ਉਹਦੇ ਐਂਡ ਵਿੱਚ ਮੈਂ ਇਸੇ ਗੱਲ ਵੱਲ ਇਸ਼ਾਰਾ ਕਰ ਰਿਹਾ ਸੀਗਾ ਕਿ ਜਿਹੜੇ ਲਿਟਰੇਚਰ ਹੈ, ਚਾਹੇ ਨਾਟਕ ਹੋਣ, ਨੋਵਲ ਹੋਣ, ਅਸੀਂ ਇਹ ਨਹੀਂ ਕਹਿ ਸਕਦੇ ਕਿ ਖੜਕ ਸਿੰਘ ਨਾਮ ਦਾ ਕੈਰੈਕਟਰ ਕੋਈ ਹਿਸਟੋਰੀਕਲ ਕੈਰੈਕਟਰ ਸੀਗਾ, ਰੀਅਲ ਫਿਗਰ ਸੀਗਾ ਕਿ ਨਹੀਂ ਸੀਗਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਪੁਲਿਸ ਰਾਜ ਦੀ ਜਿਹੜੀ ਔਰਤ ਹੈ ਫੱਜਾਂ, ਉਹ ਇੱਕ ਹਿਸਟੋਰੀਕਲੀ ਫੈਕਚੁਅਲ ਵੂਮਨ ਸੀਗੀ ਕਿ ਨਹੀਂ ਸੀ। ਲਿਟਰੇਚਰ ਸਾਨੂੰ ਫੈਕਟਸ ਨਹੀਂ ਦਿੰਦਾ, ਲਿਟਰੇਚਰ ਦਾ ਜਿਹੜਾ ਟਰੂਥ ਹੈ ਦੈਟ ਇਜ਼ ਨੋਟ ਫੈਕਚੁਅਲ ਟਰੂਥ, ਲਿਟਰੇਚਰ ਦਾ ਜਿਹੜਾ ਟਰੂਥ ਹੈ ਦੈਟ ਇਜ਼ ਪੋਇਟਿਕ ਟਰੂਥ। ਉਸ ਪੋਇਟਿਕ ਟਰੂਥ ਦੇ ਅੰਦਰ ਤੁਸੀਂ ਇਹ ਨਾ ਦੇਖੋ ਕਿ ਜੋ ਐਪੀਸੋਡਸ ਲਿਟਰੇਚਰ ਦੇ ਅੰਦਰ, ਡਰਾਮਾ ਦੇ ਅੰਦਰ, ਨੋਵਲ ਦੇ ਅੰਦਰ, ਫਿਲਮ ਦੇ ਅੰਦਰ ਦਿੱਤੇ ਗਏ ਨੇ, ਉਹ ਅਸੀਂ ਫੈਕਚੁਅਲੀ ਉਹਨਾਂ ਨੂੰ ਲੈ ਕੇ ਚੱਲਣਾ। ਲੇਕਿਨ ਉਹਨਾਂ ਹਾਦਸਿਆਂ ਦੇ ਅੰਦਰ, ਉਹਨਾਂ ਨੈਰੇਟਿਵਸ ਦੇ ਅੰਦਰ, ਉਹਨਾਂ ਨਾਟਕਾਂ ਦੇ ਅੰਦਰ, ਫਿਲਮਾਂ ਦੇ ਅੰਦਰ ਇੱਕ ਐਸੈਂਸ ਮਿਲੇਗੀ, ਇੱਕ ਹਿਊਮਨ ਇਮੋਸ਼ਨਸ ਮਿਲੇਗੀ, ਇੱਕ ਪਰਸਪੈਕਟਿਵ ਮਿਲੇਗਾ। ਉਹ ਪਰਸਪੈਕਟਿਵ ਲੋਕਾਂ ਦਾ ਹੈ, ਉਹ ਪਰਸਪੈਕਟਿਵ ਸ਼ਾਇਦ ਆਮ ਲੋਕਾਂ ਦਾ, ਜਿਹੜਾ ਕਿ ਜ਼ਰੂਰੀ ਨਹੀਂ ਕਿ ਪੋਲੀਟੀਸ਼ੀਅਨਸ ਦੇ ਨਾਲ ਅਗਰੀ ਕਰੇ। ਉਹ ਪਰਸਪੈਕਟਿਵ ਵੀ ਸਾਨੂੰ ਧਿਆਨ 'ਚ ਰੱਖਣਾ ਪਏਗਾ ਉਸ ਹਿਸਟੋਰੀਕਲ ਪੀਰੀਅਡ ਨੂੰ ਸਮਝਣ ਵਾਸਤੇ, ਕਿਉਂਕਿ ਜੇ ਅਸੀਂ ਆਰਕਾਈਵਸ ਤੋਂ ਦੇਖਾਂਗੇ ਜਾਂ ਓਫੀਸ਼ੀਅਲ ਰਿਕਾਰਡਸ ਤੋਂ ਦੇਖਾਂਗੇ ਤਾਂ ਸਾਨੂੰ ਪਤਾ ਹੈ ਕਿ ਆਰਕਾਈਵਸ ਨੂੰ ਨਰੇਟ ਕਰਨ ਦਾ, ਰਿਕਾਰਡ ਕਰਨ ਦੇ ਪਿੱਛੇ ਵੀ ਇੱਕ ਆਪਣੀ ਪੋਲੀਟਿਕਸ ਹੈ। ਉਹ ਇੱਕ ਪਰਟੀਕੁਲਰ ਪੁਆਇੰਟ ਆਫ ਵਿਊ ਤੋਂ ਆਰਕਾਈਵਸ ਮੇਨਟੇਨ ਹੋ ਰਹੇ ਨੇ, ਰਿਕਾਰਡ ਕੀਤੇ ਜਾ ਰਹੇ ਨੇ ਅਤੇ ਲਿਖੇ ਜਾ ਰਹੇ ਨੇ। ਅਲਟਰਨੇਟਿਵ ਪਰਸਪੈਕਟਿਵ ਸਾਨੂੰ ਕਿੱਥੋਂ ਮਿਲੇਗਾ? ਉਹ ਅਲਟਰਨੇਟਿਵ ਪਰਸਪੈਕਟਿਵ ਸਾਨੂੰ ਫੋਕਲੋਰ 'ਚ ਮਿਲੇਗਾ, ਉਹ ਅਲਟਰਨੇਟਿਵ ਪਰਸਪੈਕਟਿਵ ਸਾਨੂੰ ਲਿਟਰੇਚਰ 'ਚ ਮਿਲੇਗਾ, ਆਰਟ ਵਿੱਚ ਮਿਲੇਗਾ। ਅਤੇ ਉਹ ਸਿਰਫ ਤੁਸੀਂ ਪਰਸਪੈਕਟਿਵ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਲਿਟਰੇਚਰ ਦੇ ਅੰਦਰ, ਨਾਟਕਾਂ ਦੇ ਅੰਦਰ, ਨੋਵਲਸ ਦੇ ਅੰਦਰ, ਫਿਲਮਾਂ ਦੇ ਅੰਦਰ, ਤੁਸੀਂ ਉਹਨੂੰ ਫੈਕਚੁਅਲ ਟਰੂਥ ਦੇ ਵੱਲ ਤਲਾਸ਼ ਨਾ ਕਰੋ, ਪਰਸਪੈਕਟਿਵ ਦੇਖੋ ਕਿ ਇਹਦੀ ਸੋਚ ਕੀ, ਇਹਦਾ ਨਜ਼ਰੀਆ ਕੀ। ਜੀ ਸਰ, ਸਾਡੇ ਕੋਲ ਇੱਕ ਕੁਐਸਚਨ ਦੋ ਦਫ਼ਾ ਇਹਨਾਂ ਨੇ ਦੁਬਾਰਾ ਕੀਤਾ। ਮੈਂ ਚੇਤਨਾ ਕਰਨਾਨੀ ਜੀ ਨੇ ਉਹਨਾਂ ਨੇ ਪੁੱਛਿਆ ਕਿ ਸਰ ਜੀ ਆਇਸ਼ਾ ਦੇ ਪੁੱਤਰ ਸਲੀਮ ਦੀ ਗੱਲ ਕੀਤੀ ਜਾਏ ਜਾਂ ਸਾਡੀ ਜਿਹੜੀ ਪਾਰਟੀਸ਼ਨ ਦੀ ਦੂਜੀ ਤੀਜੀ ਪੀੜ੍ਹੀ ਸਨ, ਤੁਹਾਡੇ ਕੀ ਵਿਚਾਰ ਨੇ? ਅਸਾਂ 47 ਦੀ ਵਾਇਲੈਂਸ ਦੀ ਮੈਮਰੀ ਦੇ ਕਿੰਨੇ ਕੁ ਵੱਡੇ ਭਾਗੇਦਾਰ ਹਾਂ? ਪਲੀਜ਼ ਆਸਕ ਦਿਸ ਕੁਐਸਚਨ ਟੂ ਉਹਨਾਂ ਨੇ। ਦੇਖੋ, 47 ਦੀ ਜਿਹੜੀ ਮੈਮਰੀ ਹੈ ਸਾਡੇ ਸਾਰਿਆਂ ਦੀ ਮੈਮਰੀ ਹੈ। ਜਿਸ ਤਰ੍ਹਾਂ ਮੈਂ ਦੱਸਿਆ ਕਿ ਮੇਰੀ ਦਾਦੀ ਨੇ ਇੱਕ ਹਾਸਾ ਆਪਣਾ ਜ਼ਿਕਰ ਕੀਤਾ, ਮੇਰੇ ਮਾਮਾ ਜੀ ਨੇ ਇੱਕ ਆਪਣਾ ਜ਼ਿਕਰ ਕੀਤਾ, ਇਹ ਚੇਤਨਾ ਜੋ ਬੱਚੇ ਜ਼ਿਕਰ ਕਰਦੀ ਹੈ, ਇਹਨੂੰ ਵੀ ਆਪਣੀ ਫੈਮਿਲੀ 'ਚੋਂ ਕਹਾਣੀਆਂ ਸੁਣਨ ਨੂੰ ਮਿਲੀਆਂ ਹੋਣਗੀਆਂ। ਇਹ ਪੰਜਾਬ ਦੀ ਇੱਕ ਐਸੀ ਮੈਮਰੀ ਹੈ ਜਿਹਨੂੰ ਅਸੀਂ ਥਰੈਟਿਕਲੀ ਪੋਸਟ ਮੈਮਰੀ ਕਹਿ ਦਾਂਗੇ ਕਿ ਅਸੀਂ ਲੋਕਾਂ ਨੇ ਹੰਡਾਈ ਨਹੀਂ ਹੈ, ਪਰ ਸਾਨੂੰ ਇਹ ਜਨਰੇਸ਼ਨ ਟੂ ਜਨਰੇਸ਼ਨ ਮਿਲੀ ਹੈ। ਇਸ ਹੋਰੀਜ਼ੋਂਟਲੀ ਵੀ ਹੁਣ ਸਪਰੈਡ ਹੋ ਗਈ ਹੈ ਅਤੇ ਵਰਟੀਕਲੀ ਵੀ ਸਪਰੈਡ ਹੋ ਗਈ ਹੈ। ਮੈਮਰੀ 'ਚ ਤਾਂ ਇਹ ਹੈ, ਇਹ ਪੰਜਾਬ ਦੀ ਕਲੈਕਟਿਵ ਅਨਕੋਨਸ਼ੀਅਸ ਪਾਰਟ ਬਣ ਚੁੱਕੀ ਹੈ, ਇਹਨੂੰ ਉੱਥੋਂ ਤੋੜਨਾ ਬੜਾ ਮੁਸ਼ਕਿਲ ਹੈ। ਪਰ ਇੰਪੋਰਟੈਂਟ ਇਹ ਹੈ ਕਿ ਅਸੀਂ ਇਸ ਮੈਮਰੀ ਨੂੰ ਅਪਰੋਚ ਕਿਸ ਤਰ੍ਹਾਂ ਕਰਦੇ ਹਾਂ ਅਤੇ ਉਸ ਮੈਮਰੀ ਨੂੰ ਅੰਡਰਸਟੈਂਡ ਕਿਸ ਤਰ੍ਹਾਂ ਕਰਦੇ ਹਾਂ। ਮੈਂ ਇਹਨੂੰ ਇਸ ਤਰ੍ਹਾਂ ਦੇਖਦਾ। ਜੀ ਸਰ, ਬਹੁਤ ਸ਼ੁਕਰੀਆ ਸਾਡੇ ਨਾਲ ਅੱਜ ਤੁਸੀਂ ਇੱਕ ਬਹੁਤ ਖੂਬਸੂਰਤ ਲੈਕਚਰ, ਸਾਡੀ ਇਸ ਲੈਕਚਰਾਂ ਦੀ ਜਿਹੜੀ ਇੱਕ ਪੂਰੀ ਜਿਹਨੂੰ ਕਹਿੰਦੇ ਨੇ ਇੱਕ ਗੱਲਬਾਤ ਦੀ ਜਿਹੜੀ ਇੱਕ ਲੜੀ ਟੁਰੀ ਜਾਂਦੀ ਸੀ, ਉਹਦੇ 'ਚ ਇੱਕ ਖੂਬਸੂਰਤ ਅੱਜ ਦਾ ਜਿਹੜਾ ਲੈਕਚਰ ਸੀ ਤੁਹਾਡਾ ਸਾਡੇ ਨਾਲ ਰਿਹਾ। ਕਿਉਂਕਿ ਅਸੀਂ ਬਿਲਕੁਲ ਹੁਣ 50 ਕਰਨ ਵਾਲੇ ਹਾਂ, ਬਿਲਕੁਲ ਲਾਗੇ ਲਾਗੇ ਹਾਂ, ਅਤੇ ਬਿਲਕੁਲ ਲਾਗੇ ਲਾਗੇ ਵਾਲੇ ਲੈਕਚਰਾਂ 'ਚ ਤੁਸੀਂ ਵੀ ਅੱਜ ਆਏ ਅਤੇ ਪੰਜਾਬ ਦੇ ਇਸ ਜਿਹੜੇ ਅਸੀਂ ਇੱਕ ਆਰਕਾਈਵ ਬਣਾ ਰਹੇ ਹਾਂ ਉਹਦੇ 'ਚ ਤੁਸੀਂ ਸਾਡਾ ਸਾਥ ਦਿੱਤਾ ਸਰ, ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਸਰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਬੁਲਾਇਆ। ਹਾਲਾਂਕਿ ਮੈਂ ਹਿਸਟੋਰੀਅਨ ਹੈ ਨਹੀਂ, ਮੇਰਾ ਹਿਸਟਰੀ ਨਾਲ ਕੋਈ ਲੈਣਾ ਦੇਣਾ ਹੈ ਨਹੀਂ, ਪਰ ਯੈਸ, ਆਪਣੇ ਜੋ ਮੇਰਾ ਟ੍ਰਾਂਸਲੇਸ਼ਨ ਦਾ ਰਿਸ਼ਤਾ ਹੈ, ਜੋ ਲਿਟਰੇਚਰ ਦੇ ਨਾਲ ਮੇਰਾ ਇੱਕ ਰਿਸ਼ਤਾ ਹੈ, ਉਸ ਰਾਬਤੇ ਦੇ ਥਰੂ ਮੈਂ ਜਿੰਨੀ ਕੁ ਥੋੜ੍ਹੀ ਬਹੁਤ ਗੱਲਬਾਤ ਕਰ ਸਕਦਾ ਸੀ ਪੰਜਾਬ ਬਾਰੇ, ਪਾਰਟੀਸ਼ਨ ਬਾਰੇ ਗੱਲ ਕੀਤੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ।
जी सर, तुहाडे भी असीं बहुत ज़्यादा शुक्रगुजार हाँ, क्योंकि एक बहुत खूबसूरत एनालिसिस अज सानू इस पूरी गलबात चो मिलिया। सारे दोस्तों का भी बहुत शुक्रिया जिहड़े साडे नाल अज इस लैक्चर च शामिल सन। बिल्कुल तुसीं अपनी गलबात लिख देना कॉमेंट के दे विच, असीं उन्हां नूं जरूर वेख लैणगे, सर भी वेख लैणगे। तो तुहाडा बहुत शुक्रिया कि तुसीं अज साडे नाल आए। सो इस तरह साडी जिहड़ी गलबात का अगे सिलसिला है वह जारी रहेगा, तो असीं हर रोज जिला है हुण एक लैक्चर करांगे ईद आण तिकर, क्योंकि अगो फिर ईद आ जानी है और ईद तो ईद के दिन काफ़ी सारिया साड़िया छुट्टियां भी हो जाए, तो उस तक असी जिले है वह लैक्चर लैके चलांगे। और कल साढ़े नाल जिला है वह उपिंदर जी तखार जी होंगे, उन्होंने लैक्चर असी थोड़े नाल साझा करांगे, उन्हां दा पोस्टर भी थोड़ी देर तक असी पब्लिश कर देंगे। इस दे नाल ही सारे दोस्तों तो इजाजत, रब रखा।